ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਬਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਲਾਇ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਾਗੈ ਮੋਕਾ ਕਰ ਸੰਤਨ ਕੀ ਧੂਰੇ ਸੱਜਣ ਸੱਚਾ ਪਾਤ ਸਾਹ ਸਿਰਸਾਹਾਂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ
ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਅਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਤਮਸਤਕ ਹੋ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਵਤਾਰੀ ਮਹਾਂਪੁਰਸ਼ ਸੰਤ ਸਿਪਾਹੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਵਿਖੇ ਹਰ ਸਾਲ ਦੀ ਤਰ੍ਹਾਂ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਸੰਗਤ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ 17 ਫਰਵਰੀ ਨੂੰ ਸਾਰੇ ਨਗਰ ਦੀ ਸੰਗਤ ਨਗਰ ਰੋਡਿਆਂ ਦੀ ਸਮੁੱਚੀ ਸੰਗਤ
ਇਰਦ ਗਿਰਦ ਸਮੁੱਚੇ ਨਗਰਾਂ ਦੀ ਸੰਗਤ ਨੇ ਮਿਲ ਕੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਬਹੁਤ ਹੀ ਸੁੰਦਰ ਬੜੀ ਸੱਜ ਧੱਜ ਦੇ ਨਾਲ ਬੜੀ ਸ਼ਰਧਾ ਔਰ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਹਾਨ ਨਗਰ ਕੀਰਤਨ ਜਲੂਸ ਇਸ ਅਸਥਾਨ ਤੋਂ ਪ੍ਰਾਰੰਭ ਕੀਤੇ ਸਨ ਔਰ ਸਾਰੇ ਨਗਰ ਦੇ ਵਿੱਚ ਇਹ ਜਲੂਸ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਪੰਜ ਨਿਸ਼ਾਨਚੀ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਸਾਰੇ ਨਗਰ ਦੇ ਵਿੱਚ ਸਤਿਗੁਰਾਂ ਦੇ ਚਰਨ ਪਏ, ਗੁਰਬਾਣੀ ਦੇ ਕੀਰਤਨ ਅਤੇ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਸਨ। ਸਤਿ ਸੰਗਤ ਜੀ, ਜਲੂਸ ਸ਼ਬਦ ਵੈਸੇ ਬਹੁਤ ਹੀ ਸਨਮਾਨਿਤ ਸ਼ਬਦ ਹੈ, ਕਿਉਂਕਿ ਜਲੂਸ ਦੇ ਜੋ ਅੱਖਰੀ ਅਰਥ ਹਨ ਇਹ ਸਾਡੇ ਪੁਰਾਣੇ ਧਾਰਮਿਕ ਕੋਸ਼ਾਂ ਦੇ ਅੰਦਰ, ਗ੍ਰੰਥਾਂ ਦੇ ਅੰਦਰ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਗਈ ਹੈ। ਜਲੂਸ ਸ਼ਬਦ ਜੋ ਹੈ ਜਾਹੋ ਜਲਾਲ ਦਾ ਪ੍ਰਤੀਕ ਹੈ। ਜਦੋਂ ਬਹੁਤ ਜਾਹੋ ਜਲਾਲ ਦੇ ਨਾਲ ਰਣ ਸਿੰਘਿਆਂ ਦੀ ਘਨਘੋਰ ਵਾਜਿਆਂ ਗਾਜਿਆਂ ਦੇ ਨਾਲ ਨਿਸ਼ਾਨਾਂ ਦੀ ਛਤਰਛਾਇਆ ਹੇਠ ਨਗਾਰਿਆਂ ਧੌਂਸਿਆਂ ਦੇ ਸੰਯੋਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਘਰ ਦਾ ਪੂਰਾ ਰਾਜ ਸਾਜ ਜਿਸ ਨੂੰ ਖਾਲਸਾ ਕਹਿੰਦਾ ਉਹ ਸਾਰਾ ਕੁਝ ਜਦੋਂ ਪੂਰਾ ਸ਼ਾਮਿਲ ਕਰਕੇ ਸਤਿਗੁਰੂ ਦੀ ਅਗਵਾਈ ਵਿੱਚ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ, ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ, ਤਾਜ਼ੇ ਫੁੱਲਾਂ ਦੇ ਸਿਹਰੇ ਸਤਿਗੁਰੂ ਜੀ ਦੀ ਪਾਲਕੀ ਨੂੰ ਸਜਾ ਕੇ ਲੈ ਕੇ ਤੁਰਦੀਆਂ ਹਨ ਔਰ ਸਾਰੀ ਲੋਕਾਈ ਜਦੋਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਜਾਹੋ ਜਲਾਲ ਅੱਗੇ ਨਤਮਸਤਕ ਹੋ ਜਾਂਦੀ ਹੈ, ਝੁਕ ਜਾਂਦੀ ਹੈ ਔਰ ਸਤਿਗੁਰੂ ਦੇ ਅਲਾਹੀ ਜਲਾਉ ਦੇ ਦਰਸ਼ਨ ਕਰਦੀਆਂ ਹਨ, ਉਸ ਨੂੰ ਜਲੂਸ ਕਿਹਾ ਜਾਂਦਾ ਹੈ। ਨਗਰ ਕੀਰਤਨ ਦਾ ਮਤਲਬ ਤਾਂ ਇਹ ਹੁੰਦਾ ਵੀ ਸਾਰੇ ਨਗਰ ਵਿੱਚ ਫਿਰ ਕੇ ਕੀਰਤਨ ਕਰਨਾ, ਜਿਵੇਂ ਆਪਾਂ ਪ੍ਰਭਾਤ ਫੇਰੀਆਂ ਕੱਢਦੇ ਹਾਂ, ਜਾਂ ਇਉਂ ਕਹਿ ਲਓ ਜਦੋਂ ਮਹਾਂਪੁਰਖ ਤੁਹਾਡੇ ਨਗਰ ਵਿੱਚ ਜਥੇ ਸਮੇਤ ਆਇਆ ਕਰਦੇ, ਪਰਿਵਾਰਾਂ ਨੇ ਜਥੇ ਦਾ ਲੰਗਰ ਘਰਾਂ ਦੇ ਵਿੱਚ ਰੱਖਣਾ ਤਾਂ ਮਹਾਂਪੁਰਖ ਜਥੇ ਸਮੇਤ ਰਾਗੀ ਸਿੰਘਾਂ ਨੂੰ ਅੱਗੇ ਕਰਕੇ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਨੇ, ਸਾਰੀ ਸੰਗਤ ਨੇ ਮਗਰ ਸ਼ਬਦ ਜੋਟੀਆਂ ਵਿੱਚ ਪੜ੍ਹਨੇ ਔਰ ਕੀਰਤਨ ਕਰਦਿਆਂ ਘਰ ਵਿੱਚ ਕਿਸੇ ਗੁਰਮੁਖ ਦੇ ਲੰਗਰ ਛਕਣ ਜਾਣਾ, ਉੱਥੋਂ ਲੰਗਰ ਛੱਕ ਕੇ ਫਿਰ ਕੀਰਤਨ ਕਰਦਿਆਂ ਵਾਪਸ ਆਉਣਾ। ਨਗਰ ਵਿੱਚ ਕੀਰਤਨ ਕਰਦਿਆਂ ਸਤਿਗੁਰੂ ਦੇ ਸਨਮਾਨ ਲਈ ਜਾਣਾ ਜਾਂ ਪ੍ਰਭਾਤ ਫੇਰੀਆਂ ਕੱਢਣੀਆਂ, ਜਾਂ ਇਹਨੂੰ ਪ੍ਰਚਾਰ ਫੇਰੀ ਵੀ ਕਿਹਾ ਜਾਂਦਾ ਹੈ। ਨਗਰ ਵਿੱਚ ਕੀਰਤਨ ਕਰਦਿਆਂ ਜਾਣਾ, ਜੋਟੀਆਂ ਵਿੱਚ ਸ਼ਬਦ ਪੜ੍ਹਦੇ, ਰਾਗਾਂ ਵਿੱਚ ਸ਼ਬਦ ਪੜ੍ਹਦੇ ਜਾਣਾ,
ਵਾਜੇ ਨਾਲ ਸ਼ਬਦ ਪੜ੍ਹਦੇ ਜਾਣਾ, ਢੋਲਕੀਆਂ ਨਾਲ, ਛੈਣਿਆਂ ਨਾਲ, ਕਿਉਂਕਿ ਸਾਡੇ ਪੁਰਾਣੇ ਸਾਜ਼ ਹਨ, ਕੈਂਸੀਆਂ ਆਦਿਕ, ਰਬਾਬ ਆਦਿਕ, ਮਿਰਦੰਗ ਆਦਿਕ, ਵਾਜੇ ਆਦਿਕ। ਇਸ ਤਰ੍ਹਾਂ ਪੁਰਾਤਨ ਗੁਰਸਿੱਖ ਇਹ ਨਗਰ ਕੀਰਤਨ ਦੇ ਰੂਪ ਵਿੱਚ ਸਾਰੇ ਨਗਰ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਅੱਜ ਵੀ ਸਾਧ ਸੰਗਤ ਜੀ, ਜਦੋਂ ਕਦੇ ਤੁਸੀਂ ਤਰਨ ਤਾਰਨ ਸਾਹਿਬ ਮੱਸਿਆ ਦੇ ਦਿਹਾੜੇ 'ਤੇ ਜਾਓ, ਇਹ ਮੱਸਿਆ ਦੇ ਮਹਾਨ ਜੋੜ ਮੇਲੇ ਧੰਨ ਗੁਰੂ ਅਰਜਨ ਗੁਰ ਇਤਿਹਾਸਕ ਸਾਂ ਸੱਚਖੰਡ ਜੀਤ ਸਿੰਘ ਜੀ ਦੀ ਆਗਿਆ ਕਰਨ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਸਾਰੀ ਜਗ੍ਹਾ ਇਰਦ ਗਿਰਦ ਜਿੰਨਾ ਨੰਦੇੜ ਸ਼ਹਿਰ ਹੈ ਸਾਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ 'ਤੇ ਲਗਵਾਈ। ਉਸ ਦਾ ਤੋਸ਼ੇ ਖਾਨਾ ਦੁਨੀਆਂ ਵਿੱਚ ਬੜਾ ਪ੍ਰਸਿੱਧ ਸੀ ਕਿ ਉਤਨਾ ਵੱਡਾ ਤੋਸ਼ੇ ਖਾਨਾ ਸ਼ਾਇਦ ਹੀ ਕਿਸੇ ਰਾਜੇ ਦਾ ਹੋਏ। ਅੱਜ ਵੀ ਹੈਦਰਾਬਾਦ ਦੇ ਅਜਾਇਬ ਘਰ ਦੇ ਵਿੱਚ ਜੇ ਕਿਸੇ ਨੂੰ ਜਾਣ ਦਾ ਵਕਤ ਮਿਲੇ ਤਾਂ ਉੱਥੇ ਇਤਨੇ ਕੀਮਤੀ ਕਰੋੜਾਂ ਅਰਬਾਂ ਰੁਪਇਆਂ ਦੇ ਸ਼ਸਤਰ ਹੀਰੇ ਜੜਤ ਤੁਹਾਨੂੰ ਦਰਸ਼ਨ ਹੋਣਗੇ, ਜੋ ਰਿਆਸਤਾਂ ਤੋਂ ਬਾਅਦ ਫਿਰ ਗੌਰਮੈਂਟ ਨੇ ਉਹ ਸਾਰੀਆਂ ਰਿਆਸਤਾਂ ਜ਼ਬਤ ਕਰਕੇ ਆਪਣੇ ਰਾਜ ਵਿੱਚ ਮਿਲਾਈਆਂ। ਫਿਰ ਉਹਨਾਂ ਦਾ ਕੁਝ ਜਿਹੜਾ ਤੋਸ਼ੇ ਖਾਨਾ ਬਚਿਆ ਸੀ ਉਸ ਨੂੰ ਅਜਾਇਬ ਘਰ ਦਾ ਰੂਪ ਦਿੱਤਾ, ਤਾਂ ਉੱਥੇ ਬੇਸ਼ਕੀਮਤੇ ਸ਼ਸਤਰ ਅੱਜ ਵੀ ਕੋਈ ਦਰਸ਼ਨ ਕਰਨ ਜਾਣ ਦਾ ਮੌਕਾ ਮਿਲੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਬੇਸ਼ਕੀਮਤੇ ਖਜ਼ਾਨੇ ਔਰ ਕਿੰਨੀਆਂ ਬੇਸ਼ਕੀਮਤੀਆਂ ਵਸਤੂਆਂ ਅਤੇ ਸ਼ਸਤਰ ਸਨ ਉਹਨਾਂ ਲੋਕਾਂ ਦੇ ਕੋਲੇ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਿਜ਼ਾਮ ਹੈਦਰਾਬਾਦ ਦੀ ਮਦਦ ਕੀਤੀ, ਅੰਗਰੇਜ਼ ਜਬਰੀ ਉਸ ਦੀ ਰਿਆਸਤ ਨੂੰ ਕਬਜ਼ਾ ਕਰਨਾ ਚਾਹੁੰਦੇ ਸਨ ਔਰ ਹੋਰ ਵੀ ਉਸ ਦੇ ਇਰਦ ਗਿਰਦ ਦੇ ਰਾਜੇ ਵਿਰੋਧ ਵਿੱਚ ਹੋਏ, ਸਿੱਖ ਫੌਜ ਨੂੰ ਭੇਜ ਕੇ ਮਦਦ ਕੀਤੀ, ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਰਿਆਸਤ ਵਿੱਚ ਇੱਕ ਵਾਰੀ ਚਰਨ ਪਾਓ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਗਏ, ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਾਣ ਤੋਂ ਪਹਿਲਾਂ ਉਹ ਸਮੇਂ 9 ਲੱਖ ਰੁਪਇਆ ਲਾ ਕੇ ਰੇਸ਼ਮ ਦੇ ਕੀਮਤੀ ਵਸਤਰ ਦੇ ਵਿੱਚ ਹੀਰੇ ਜੜ ਸੋਨੇ ਦੇ ਤਾਰਾਂ ਦੇ ਨਾਲ, ਚਾਂਦੀ ਦੀਆਂ ਤਾਰਾਂ ਦੇ ਨਾਲ ਬਹੁਤ ਕੀਮਤੀ ਇੱਕ ਚਾਨਣੀ, ਇੱਕ ਚੰਦੋਆ ਤਿਆਰ ਕੀਤਾ, ਜਿਸ ਉੱਤੇ 9 ਲੱਖ ਰੁਪਇਆ ਉਦੋਂ ਖਰਚ ਆਇਆ ਔਰ ਥੱਲੇ ਸੋਨੇ ਦਾ ਹੀਰੇ ਜੜਤ ਸਿੰਘਾਸਨ ਡਾਹਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੈਠਣ ਵਾਸਤੇ। ਉਹ ਤਿਆਰੀ, ਉਹ ਸੱਜ ਧੱਜ ਇੱਕ ਅਲੌਕਿਕ ਨਿਜ਼ਾਮ ਹੈਦਰਾਬਾਦ ਦੀ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਵਾਗਤ ਵਾਸਤੇ। ਜਦੋਂ ਮਹਾਰਾਜਾ ਰਣਜੀਤ ਸਿੰਘ ਗਏ, ਬੜਾ ਸ਼ਾਹੀ ਸਨਮਾਨ ਕੀਤਾ ਗਿਆ। ਅੱਜ ਵੀ ਜਦੋਂ ਬਾਹਰਲੇ ਮੁਲਕਾਂ ਦੇ ਹਿੰਦੁਸਤਾਨ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਉਂਦੇ ਹੈ, ਉਹਨਾਂ ਦਾ ਸਮੇਂ ਦੀ ਹਕੂਮਤ ਬੜਾ ਸ਼ਾਹੀ ਸਨਮਾਨ ਕਰਦੀ ਹੈ, ਜਾਂ ਇੱਧਰੋਂ ਉੱਧਰ ਜਾਂਦੇ ਹੈ, ਕਰਦੇ ਹੀ ਆਪੋ ਆਪਣੇ ਬਿੱਤ ਮੁਤਾਬਕ ਰਹੋ ਵਿਚਾਰ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਨਮਾਨ ਵਿੱਚ ਜਦੋਂ 9 ਲੱਖ ਦੀ ਚਾਨਣੀ ਲਾਈ ਗਈ, ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਸੋਨੇ ਦਾ ਡਾਹਿਆ ਗਿਆ, ਜਦੋਂ ਇੱਕਦਮ ਥੱਲੇ ਗਏ
ਸੂਰਜ ਦੀਆਂ ਕਿਰਨਾਂ ਦੇ ਨਾਲ ਸਤ ਸੰਗਤ ਜੀ ਉਹ ਹੀਰਿਆਂ ਦੀਆਂ ਕਿਰਨਾਂ ਦੀ ਜਦੋਂ ਝਲਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਖੜੇ ਦੇ ਉੱਤੇ ਪਈ ਨਾ ਇਕਦਮ ਉੱਤੇ ਵੇਖਿਆ ਚਾਨਣੀ ਤੋਂ ਬਾਹਰ ਆ ਗਏ ਕਹਿਣ ਲੱਗੇ ਬੜੀ ਅਵੱਗਿਆ ਹੋਈ ਇਹ ਚਾਨਣੀ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਲੱਗਣ ਵਾਲੀ ਸੀ ਇੱਕ ਮੇਰੇ ਉੱਤੇ ਦੁਨਿਆਵੀ ਮਨੁੱਖ ਦੇ ਉੱਤੇ ਇੰਨੀ ਕੀਮਤੀ ਚਾਨਣੀ ਲਾ ਦਿੱਤੀ ਗਈ ਨਿਜ਼ਾਮ ਹੈਦਰਾਬਾਦ ਕਹਿਣ ਲੱਗੇ ਮਹਾਰਾਜਾ ਸਾਹਿਬ ਇਹ ਚਾਨਣੀ ਕੇਵਲ ਤੁਹਾਡੇ ਸਨਮਾਨ ਲਈ ਨਹੀਂ ਲਾਈ ਗਈ ਇਹ ਸਾਰਾ ਸੰਘਾਸਨ ਸਾਰੀ ਚਾਨਣੀ ਮੈਂ ਤੁਹਾਨੂੰ ਭੇਟਾ ਕਰਨੀ ਹੈ ਇਹ ਤੁਹਾਡੇ ਵਾਸਤੇ ਹੈ ਤੁਸੀਂ ਇਹ ਚਾਨਣੀ ਲੈ ਜਾਓ ਜਿੱਥੇ ਮਰਜ਼ੀ ਲਾਓ ਇਹ ਮੈਂ ਤੁਹਾਡੇ ਵਾਸਤੇ ਤਿਆਰ ਕੀਤੀ ਹੈ ਇੰਨੀ ਉਹਨਾਂ ਦੀ ਸ਼ਰਧਾ ਸੀ ਇੰਨਾ ਉਹਨਾਂ ਦਾ ਪ੍ਰੇਮ ਸੀ ਕਿ ਉਹਨਾਂ ਨੇ ਦੁਬਾਰਾ ਉਸ ਚੰਦੋਏ ਦੇ ਥੱਲੇ ਨਹੀਂ ਗਏ ਉਹ ਸਾਰੀਆਂ ਵਸਤੂਆਂ ਲਿਆ ਕੇ ਚੰਦੋਆ ਚਾਨਣੀ ਜਿਹੜੀ ਸੀ ਉਹ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਲਿਆ ਕੇ ਭੇਟਾ ਕੀਤੀ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਥੱਲੇ ਜਾ ਚੁੱਕੇ ਸਨ ਇਸ ਕਰਕੇ ਹਰਿਮੰਦਰ ਸਾਹਿਬ ਜੀ ਦੇ ਜਿੰਨੇ ਵੀ ਸਿੰਘ ਸਾਹਿਬ ਸਨ ਉਹਨਾਂ ਨੂੰ ਪਹਿਲਾਂ ਪੁਜਾਰੀ ਕਿਹਾ ਜਾਂਦਾ ਸੀ ਪੁਜਾਰੀ ਸ਼ਬਦ ਕੋਈ ਮਾੜਾ ਨਹੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਵੀ ਪੁਰਾਣੇ ਸਾਡੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਹੈੱਡ ਪੁਜਾਰੀ ਸਾਹਿਬ ਕਹਿ ਕੇ ਉਹਨਾਂ ਦਾ ਨਾਮ ਜਿਹੜਾ ਹੈ ਸਤਿਕਾਰ ਵਜੋਂ ਲਿਆ ਜਾਂਦਾ ਹੈ ਮਹਾਂਪੁਰਖ ਵੀ ਜਦੋਂ ਕਥਾ ਕਰਦੇ ਅੱਜ ਵੀ ਕੈਸਟਾਂ ਵਿੱਚ ਸੁਣੋ ਤਾਂ ਉਦੋਂ ਇਹੋ ਹੀ ਕਰਦੇ ਆ ਕਿ ਵੱਡੇ ਪੁਜਾਰੀ ਸਾਹਿਬ ਆ ਗਏ ਭਾਵ ਗੁਰੂ ਸਾਹਿਬ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਸਮਝ ਕੇ ਪੂਜਾ ਅਤੇ ਸੇਵਾ ਕਰਨੀ ਹੈੱਡ ਗ੍ਰੰਥੀ ਜਿਹੜਾ ਸ਼ਬਦ ਹੈ ਇਹ ਅੰਗਰੇਜ਼ੀ ਦਾ ਸ਼ਬਦ ਹੈ ਸਾਡਾ ਸ਼ਬਦ ਹੈ ਮੁੱਖ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਵੱਡੇ ਸਿੰਘ ਸਾਹਿਬਾਨ ਸੋ ਸਾਧ ਸੰਗਤ ਜੀ ਇਉਂ ਉਹਨਾਂ ਨੂੰ ਵੱਡੇ ਜਥੇਦਾਰ ਨੂੰ ਤਖ਼ਤ ਹਜ਼ੂਰ ਸਾਹਿਬ ਦੇ ਨੂੰ ਅੱਠੇ ਪੈਰ ਸੇਵਾ ਵਿੱਚ ਰਹਿਣ ਕਰਕੇ ਕੇਵਲ ਦੋ ਤਿੰਨ ਘੰਟੇ ਆਰਾਮ ਕਰਨ ਦਾ ਹੀ ਸਮਾਂ ਮਿਲਦਾ ਦਿਨ ਦਾ ਰਾਤ ਦਾ ਜ਼ਿਆਦਾ ਵਕਤ ਗੁਰੂ ਸਾਹਿਬ ਦੀ ਸੇਵਾ ਵਿੱਚ ਗੁਜ਼ਰਨ ਕਰਕੇ ਪੂਰਾ ਸੇਵਾ ਸਨਮਾਨ ਵਿੱਚ ਤਾਂ ਉਹਨਾਂ ਨੂੰ ਪੁਜਾਰੀ ਕਿਹਾ ਜਾਂਦਾ ਹੈ ਅੱਜ ਹੁਣ ਆਪਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਕਹਿ ਕੇ ਬੁਲਾਉਂਦੇ ਹਾਂ ਪਰ ਪ੍ਰਾਤਨ ਸ਼ਬਦ ਪੁਜਾਰੀ ਹੀ ਵਰਤਿਆ ਜਾਂਦਾ ਸੀ ਵੱਡੇ ਪੁਜਾਰੀ ਸਾਹਿਬ ਵੱਡੇ ਜਥੇਦਾਰ ਛੋਟੇ ਪੁਜਾਰੀ ਸਾਹਿਬ ਜਿਹੜੇ ਮੀਤ ਜਥੇਦਾਰ ਤਾਂ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨਾਂ ਨੂੰ ਵੀ ਇਹੋ ਹੀ ਨਾਮ ਦਿੱਤੇ ਜਾਂਦੇ ਸਨ ਉਸ ਸਮੇਂ ਦੇ ਫਿਰ ਉਹਨਾਂ ਨੇ ਇਹ ਫੈਸਲਾ ਕੀਤਾ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਅਗਵਾਈ ਵਿੱਚ ਕਿਉਂਕਿ ਤਖ਼ਤ ਦਾ ਜਥੇਦਾਰ ਜਥੇਦਾਰ ਹੀ ਹੁੰਦਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਹਨਾਂ ਨੇ ਰਾਏ ਕਰਕੇ ਫੈਸਲਾ ਲਿਆ ਕਿ ਚਾਨਣੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਦਰਸ਼ਨਾਂ ਲਈ ਲਾਈ ਜਾਇਆ ਕਰੇਗੀ ਕਿਉਂਕਿ ਇੱਕ ਵਾਰੀ ਮਹਾਰਾਜਾ ਸਾਹਿਬ ਥੱਲੇ ਚਲੇ ਗਏ ਇਹ ਗੁਰੂ ਸਾਹਿਬ ਦੇ ਉੱਤੇ ਹਰਿਮੰਦਰ ਸਾਹਿਬ ਨਹੀਂ ਲੱਗੇਗੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਉਦੋਂ ਸੰਕਲਪ ਪੈਦਾ ਹੋਇਆ ਕਿ ਰਾਜਿਆਂ ਦੇ ਜਿਵੇਂ ਤੋਸ਼ੇ ਖਾਨੇ ਹਨ ਮੇਰੇ ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਤੋਸ਼ੇ ਖਾਨਾ ਬਣਨਾ ਚਾਹੀਦਾ ਇਹ ਤਾਂ ਲੋਕ ਪ੍ਰਲੋਕ ਦੇ ਮਾਲਕ ਦਾ ਘਰ ਹੈ ਹਰਿਮੰਦਰ ਸਾਹਿਬ ਫਿਰ ਉਹਨਾਂ ਨੇ ਬੜੀ ਸ਼ਰਧਾ ਦੇ ਨਾਲ ਸਾਧ ਸੰਗਤ ਜੀ ਉਹ ਤੋਸ਼ੇ ਖਾਨਾ ਤਿਆਰ ਕਰਾਇਆ
ਔਰ ਉਸ ਤੋਸ਼ੇ ਖਾਨੇ ਦੇ ਵਿੱਚ ਅੱਜ ਐਸੇ ਕੀਮਤੀ ਅਦਭੁਤ ਵਸਤੂਆਂ ਜਿਹੜੀਆਂ ਦੁਨੀਆਂ ਵਿੱਚੋਂ ਵੀ ਨਹੀਂ ਲੱਭ ਸਕਦੀਆਂ। ਜਦੋਂ ਹਰਿਮੰਦਰ ਸਾਹਿਬ ਸਤਿਗੁਰਾਂ ਦੇ ਗੁਰਪੁਰਬ ਹੁੰਦੇ ਆ, ਜਲਾਓ ਸਜਦਾ, ਔਰ ਨੀਲਮ ਦੀ ਨੀਲਮ ਸਭ ਤੋਂ ਬੇਸ਼ਕੀਮਤੀ ਹੀਰਾ ਮੰਨਿਆ ਜਾਂਦਾ। ਨੀਲਮ ਦੇ ਹੀਰੇ ਦੀ ਬੜੀ ਸੁੰਦਰ ਘਾੜਤ ਘੜ ਕੇ ਮੋਰ ਤਿਆਰ ਕੀਤਾ ਗਿਆ, ਜਿਹੜੀ ਉਹਦੀ ਸਾਰੀ ਗਰਦਨ ਉਹ ਨੀਲਮ ਦੇ ਹੀਰੇ ਦੀ ਬਣੀ ਹੋਈ ਹੈ। ਸੁੱਚੇ ਮੋਤੀਆਂ ਦੀ ਮਾਲਾ ਉਸ ਦੇ ਮੁੱਖ ਵਿੱਚ ਪਰੋਈ ਹੋਈ ਹੈ ਔਰ ਉਹ ਛਤਰ ਦੇ ਉੱਤੇ ਲੱਗਾ ਹੋਇਆ। ਪਿੱਛੇ ਜਦੋਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਮੁੱਖ ਗ੍ਰੰਥੀ ਸਨ, ਉਦੋਂ ਤੋਸ਼ੇਖਾਨਾ ਸਾਹਿਬ ਦੀ ਸੇਵਾ ਦੀ ਮੁਰੰਮਤ ਹੋਈ, ਮੈਨੂੰ ਵੀ ਦਰਸ਼ਨ ਕਰਵਾਏ। ਉਦੋਂ ਜੈਪੁਰ, ਮੁੰਬਈ ਅਤੇ ਦਿੱਲੀ ਔਰ ਆਗਰੇ ਦੇ ਜਿੰਨੇ ਜੌਹਰੀ ਆਏ ਸਨ, ਉਹਨਾਂ ਨੇ ਇਹ ਗੱਲ ਉੱਥੇ ਦੱਸੀ ਸੀ ਕਿ ਜਿਹੜਾ ਇਹ ਬੇਸ਼ਕੀਮਤੀ ਨੀਲਮ ਮੋਰ ਦੀ ਗਰਦਨ ਨੂੰ ਲੱਗ ਚੁੱਕਾ, ਦੁਨੀਆਂ ਵਿੱਚ ਇਤਨਾ ਵੱਡਾ ਨੀਲਮ ਅਤੇ ਦੁਨੀਆਂ ਵਿੱਚ ਇਤਨੀ ਬੇਸ਼ਕੀਮਤੀ ਵਸਤੂ ਦੁਨੀਆਂ ਦੇ ਕਿਸੇ ਰਾਜੇ ਪਾਸ ਨਹੀਂ। ਮੈਂ ਇਹ ਤਾਂ ਬੇਨਤੀ ਕਰ ਰਿਹਾ ਕਿ ਇੰਨੀ ਉਹਨਾਂ ਦੇ ਮਨ ਵਿੱਚ ਸ਼ਰਧਾ ਸੀ, ਭਾਵਨਾ ਸੀ ਕਿ ਗੁਰਸੰਗਤ ਜੀ ਉਹਨਾਂ ਨੇ ਬੇਸ਼ਕੀਮਤੀ ਵਸਤੂਆਂ ਦਾ ਤੋਸ਼ੇਖਾਨਾ ਤਿਆਰ ਕਰਵਾਇਆ। ਪੀੜਾ ਸਾਹਿਬ ਹੀਰੇ ਜੜਤ, ਕਦੇ ਕਦੇ ਹਰਿਮੰਦਰ ਸਾਹਿਬ ਉਹ ਲੱਗਦੇ ਹੈ। ਔਰ ਇਸੇ ਤਰ੍ਹਾਂ ਬੜਾ ਸੁੰਦਰ ਛਤਰ ਮਹਾਰਾ ਸਾਹਿਬ ਵਾਸਤੇ ਇੱਕ ਸ੍ਰੀ ਸਾਹਿਬ ਹੀਰੇ ਜੜਤ, ਔਰ ਚਾਰ ਸੋਨੇ ਦੇ ਪਿਓਰ ਸੋਨੇ ਦੇ ਦਰਵਾਜ਼ੇ, ਉਹਨਾਂ ਦੇ ਵਿੱਚ ਕੋਈ ਤਾਂਬੇ ਦੀ ਮਿਲਾਵਟ ਨਹੀਂ। 250-300 ਸਾਲ ਦਾ ਪਹਿਲਾਂ ਦਾ ਜਿਹੜਾ ਕੰਮ ਹੋਇਆ ਨਾ, ਔਰ ਹੱਥਾਂ ਨਾਲ ਹੋਇਆ, ਅੱਜ ਵੀ ਉਹੀ ਚਮਕ ਹੈ ਉਸ ਉਹਨਾਂ ਦਰਵਾਜ਼ਿਆਂ ਦੀ ਜਿਹੜੇ ਜਲਾਓ ਦੇ ਵਕਤ 2-3 ਘੰਟੇ ਲੱਗਦੇ ਹੈ। ਔਰ ਗੁਰਪੁਰਬਾਂ 'ਤੇ ਉਹ ਜਲਾਓ ਲਾਇਆ ਜਾਂਦਾ, ਉਹਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਬਾਦਸ਼ਾਹ ਕੋਲ ਵੀ ਐਸਾ ਜਲਾਓ ਨਹੀਂ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਲਾਓ ਹਰ ਗੁਰਪੁਰਬ ਦੇ ਉੱਤੇ ਲਾਇਆ ਜਾਂਦਾ ਹੈ। ਉਹ ਸਾਡੀ ਸੱਜ ਧੱਜ ਦਾ, ਸਾਡੀ ਸ਼ਾਨੋ ਸ਼ੌਕਤ ਦਾ, ਖਾਲਸੇ ਦੀ ਅਮੀਰੀ ਦਾ ਪ੍ਰਤੀਕ ਹੈ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹ ਬਚਨ ਕਥਾ ਵਿੱਚ ਕਿਹਾ ਕਰਦੇ ਸਨ। ਕਹਿੰਦੇ ਖਾਲਸਾ ਜੀ, ਇਹ ਨਾ ਸੋਚਿਆ ਕਰੋ ਵੀ ਸਾਡੀ ਸਿੱਖ ਕੌਮ ਬੜੀ ਗਰੀਬ ਹੈ। ਜੇ ਸਾਡੀ ਕੌਮ ਗਰੀਬ ਹੋਵੇ ਤਾਂ ਕਹਿੰਦੇ ਸਾਡੇ ਹਰਿਮੰਦਰ ਸਾਹਿਬ ਤੇ ਸਾਡੇ ਗੁਰ ਅਸਥਾਨਾਂ ਤੇ ਸੋਨੇ ਦੀ ਸੇਵਾ ਨਾ ਹੋਈ ਹੁੰਦੀ। ਕਹਿੰਦੇ ਇੰਨਾ ਜ਼ਿਆਦਾ ਸੋਨਾ ਕਿਸੇ ਵੀ ਕੌਮ ਕੋਲੇ ਨਹੀਂ ਜਿੰਨਾ ਸਿੱਖ ਕੌਮ ਦੇ ਕੋਲੇ ਹੈ। ਮੈਂ ਇਹ ਬਚਨ ਉਹਨਾਂ ਦੀ ਰਸਨਾ ਤੋਂ ਸੁਣੇ ਆ। ਕਹਿੰਦੇ ਸਾਡੇ ਗੁਰਦੁਆਰਿਆਂ ਤੇ ਸਾਡੇ ਤਖਤਾਂ ਤੇ ਜਿੰਨਾ ਸੋਨਾ ਲੱਗਾ, ਇੰਨਾ ਕਿਸੇ ਵੀ ਧਰਮ ਦੀ ਕੌਮ ਦੇ ਪਾਸ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਇੰਨਾ ਸੋਨਾ ਨਹੀਂ ਅੱਜ ਤੱਕ ਲੱਗਾ। ਤੇ ਸੋਨੇ ਨੂੰ ਹੀ ਸਭ ਤੋਂ ਕੀਮਤੀ ਮੰਨਿਆ ਜਾਂਦਾ। ਜਿਹੜੇ ਦੇਸ਼ ਕੋਲੇ ਸੋਨਾ, ਉਸੇ ਦੇਸ਼ ਦੀ ਜਿੰਨਾ ਵਧੇਰੇ ਸੋਨਾ ਉਨੀ ਵੱਡੀ ਉਹਦੀ ਕਰੰਸੀ ਮੰਨੀ ਜਾਂਦੀ ਹੈ। ਇਹ ਤਾਂ ਵਿਚਾਰ ਚੱਲ ਗਿਆ ਨਾ ਵੈਸੇ ਹੀ। ਸੋ ਕਹਿਣ ਤੋਂ ਭਾਵ ਇਹ ਸਾਡੀ ਸ਼ਾਹੀ ਸੱਜ ਧੱਜ ਦਾ ਜਲਾਓ ਦਾ ਪ੍ਰਤੀਕ ਹੈ ਨਗਰ ਕੀਰਤਨ, ਜਿਹਨੂੰ ਜਲੂਸ ਕਿਹਾ ਜਾਂਦਾ। ਕੌਮ ਦਾ ਜਾਹੋ ਜਲਾਲ ਦੁਨੀਆਂ ਨੂੰ ਵਿਖਾਉਣਾ। ਜਦੋਂ ਜਾਰਜ ਪੰਚਮ ਹਿੰਦੁਸਤਾਨ ਵਿੱਚ ਆਇਆ,
ਸਾਰੇ ਰਿਆਸਤਾਂ ਦੇ ਰਾਜੇ ਗਏ ਦਿੱਲੀ ਵਿੱਚ ਅਤੇ ਸਿੱਖ ਕੌਮ ਨੂੰ ਵੀ ਕਿਹਾ ਵੀ ਤੁਸੀਂ ਵੀ ਆਪਣਾ ਨਗਰ ਕੀਰਤਨ ਜਲੂਸ ਕੱਢ ਕੇ ਆਓ, ਤੁਹਾਡੀ ਸਜ ਧਜ ਵੀ ਵੇਖਣੀ ਹੈ। ਸਾਰੇ ਸਿੱਖ ਰਿਆਸਤਾਂ ਦੇ ਰਾਜਿਆਂ ਨੇ ਦਿੱਲੀ ਵਿੱਚ ਫਿਰ ਐਸਾ ਨਿਰਾਲਾ ਨਗਰ ਕੀਰਤਨ ਜਲੂਸ ਕੱਢਿਆ। ਸਾਧ ਸੰਗਤ ਜੀ, ਸ਼ਾਹੀ ਹਾਥੀ ਦੇ ਉੱਤੇ ਸੋਨੇ ਦੇ ਅਹੁਦੇ ਵਿੱਚ ਹੀਰੇ ਜੜਤ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੁਭਾਈਮਾਨ ਕਰਕੇ ਸੋਨੇ ਦੇ ਭਾਲੇ ਵਾਲੇ ਨਿਸ਼ਾਨ ਸਾਹਿਬ, ਸੋਨੇ ਦੀਆਂ ਮੁੱਠੀਆਂ ਵਾਲੀਆਂ ਸ੍ਰੀ ਸਾਹਿਬਾਂ ਪੰਜਾਂ ਪਿਆਰਿਆਂ ਅਤੇ ਨਿਸ਼ਾਨਚੀਆਂ ਦੇ ਹੱਥਾਂ ਵਿੱਚ ਦੇ ਕੇ ਸੋਨੇ ਦੇ ਰਣ ਸਿੰਘੇ ਵਜਾਉਂਦੇ, ਚਾਂਦੀ ਦੇ ਨਗਾਰਿਆਂ ਨਾਲ ਚੋਬਾਂ ਲਾਉਂਦੇ, ਸੋਨੇ ਦਾ ਚੌਰ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਦੇ ਹੱਥ ਵਿੱਚ ਦੇ ਕੇ ਤਾਬਿਆ ਬਿਠਾਇਆ। ਜਦੋਂ ਲਾਲ ਕਿਲ੍ਹੇ ਦੇ ਕੋਲ ਦੀ ਸਾਡਾ ਜਲੂਸ ਲੰਘਿਆ ਨਾ ਸਿੱਖ ਪੰਥ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ, ਤਾਂ ਜਾਰਜ ਪੰਚਮ ਦੇ ਵੀ ਹੱਥ ਜੁੜ ਗਏ ਸਨ। ਉਹ ਵੀ ਪੈਰਾਂ ਵਿੱਚੋਂ ਜੋੜਾ ਲਾਹ ਕੇ ਸਿਰ ਝੁਕਾ ਕੇ ਖਲੋ ਗਿਆ। ਕਹਿੰਦਾ ਜ਼ਿੰਦਗੀ ਵਿੱਚ ਇਹੋ ਜਿਹੀ ਨਿਰਾਲੀ ਸਜ ਧਜ, ਇਹੋ ਜਿਹਾ ਜਾਹੋ ਜਲਾਲ ਅੱਜ ਤੱਕ ਮੈਂ ਦੁਨੀਆਂ ਵਿੱਚ ਕਿਸੇ ਕੌਮ ਦਾ ਨਹੀਂ ਤੱਕਿਆ ਜਿਹੜਾ ਅੱਜ ਆਪਣੀਆਂ ਅੱਖਾਂ ਨਾਲ ਵੇਖ ਰਿਹਾ। ਉਹ ਸਾਡਾ ਜਲੂਸ ਸੀ, ਉਹ ਸਾਡੀ ਸਜ ਧਜ ਸੀ, ਉਹ ਸਾਡਾ ਜਲਾਲ ਸੀ ਖਾਲਸਾ ਜੀ। ਇਸ ਕਰਕੇ ਇਹ ਜਿਹੜੇ ਨਗਰ ਕੀਰਤਨ ਜਲੂਸ ਹੁੰਦੇ ਆ ਨਾ, ਇਹਦੇ ਵਿੱਚ ਖਾਲਸੇ ਨੇ ਆਪਣਾ ਜਾਹੋ ਜਲਾਲ ਵਿਖਾਉਣਾ ਹੁੰਦਾ। ਜਿਵੇਂ ਜੋੜ ਮੇਲਿਆਂ 'ਤੇ ਜਥੇਬੰਦੀਆਂ ਨਿਹੰਗ ਸਿੰਘ ਮਹੱਲੇ ਕੱਢਦੇ ਆ, ਉਦੋਂ ਸਿੰਘ ਫਿਰ ਕੀਮਤੀ ਤੋਂ ਕੀਮਤੀ ਸ਼ਸਤਰ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਮਹੱਲਿਆਂ ਵਿੱਚ ਚੜ੍ਹਦੇ ਆ ਔਰ ਪੂਰੀ ਸਜ ਧਜ ਦੇ ਨਾਲ। ਹਜ਼ੂਰ ਸਾਹਿਬ ਜਾਓ ਹੋਲੇ ਮਹੱਲੇ 'ਤੇ, ਜਦੋਂ ਮਹੱਲਾ ਨਿਕਲਦਾ ਉਦੋਂ ਫਿਰ ਤੁਸੀਂ ਸ੍ਰੀ ਸਾਹਿਬਾਂ ਦੇ ਦਰਸ਼ਨ ਉਹਨਾਂ ਸਿੰਘਾਂ ਦੇ ਹਜ਼ੂਰੀ ਖਾਲਸੇ ਦੇ ਕਿਤੇ ਜਾ ਕੇ ਕਰਿਓ। ਜਿਵੇਂ ਰਾਜਿਆਂ ਦੇ ਹੱਥਾਂ ਵਿੱਚ ਸੋਨੇ ਅਤੇ ਹੀਰਿਆਂ ਦੀ ਜੜਤ ਤਲਵਾਰਾਂ ਹੁੰਦੀਆਂ ਸਨ, ਉਵੇਂ ਸਿੰਘਾਂ ਦੇ ਹੱਥਾਂ ਵਿੱਚ ਸ੍ਰੀ ਸਾਹਿਬਾਂ ਹੁੰਦੀਆਂ। ਉਹ ਸਾਡੀ ਮੀਰੀ ਹੈ ਸਾਧ ਸੰਗਤ ਜੀ, ਮੀਰੀ ਔਰ ਪੀਰੀ ਹੈ ਨਾ। ਗੁਰੂ ਮਹਾਰਾਜ ਗੁਰੂ ਧੰਨ ਗੁਰੂ ਨਾਨਕ ਸਾਹਿਬ ਵੀ ਸਾਨੂੰ ਬਖਸ਼ ਗਏ, ਪਰ ਅਮਲੀ ਜਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਪਣਾਇਆ। ਇਹ ਜਿਹੜਾ ਗੁਰਦੁਆਰਾ ਸੰਤ ਖਾਲਸਾ ਨਾ, ਇਹ ਵੀ ਮੀਰੀ ਪੀਰੀ ਦਾ ਪ੍ਰਤੀਕ ਹੈ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੀਰੀ ਪੀਰੀ ਦੇ ਦੋਨੋਂ ਹੀ ਗੁਣਾਂ ਨੂੰ ਸੰਸਾਰ ਵਿੱਚ ਕਮਾਉਂਦਿਆਂ ਹੋਇਆਂ ਇੱਕ ਸੇ ਕੌਮ ਲਈ ਵਿਲੱਖਣ ਪੂਰਨੇ ਉਹਨਾਂ ਨੇ ਪਾਏ। ਜਿਹੜਾ ਸੰਤ ਸ਼ਬਦ ਹੈ ਪੀਰੀ ਦਾ ਪ੍ਰਤੀਕ ਹੈ, ਔਰ ਜਿਹੜਾ ਖਾਲਸਾ ਸ਼ਬਦ ਹੈ ਇਹ ਸਾਡਾ ਮੀਰੀ ਦਾ ਪ੍ਰਤੀਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਦੋਂ ਤਖ਼ਤ ਉੱਤੇ ਬੈਠੇ ਤਾਂ ਬਾਬਾ ਬੁੱਢਾ ਜੀ ਨੇ ਪਹਿਲਾਂ ਪੀਰੀ ਦੀ ਸ੍ਰੀ ਸਾਹਿਬ ਫਿਰ ਮੀਰੀ ਦੀ ਸ੍ਰੀ ਸਾਹਿਬ, ਸੱਜੇ ਖੱਬੇ ਦੋ ਤਲਵਾਰੀ ਵੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਇਸ ਕਰਕੇ ਉਹ ਮੀਰੀ ਪੀਰੀ ਦਾ ਪ੍ਰਤੀਕ, ਔਰ ਇਹ ਗੁਰਦੁਆਰਾ ਵੀ ਮੀਰੀ ਪੀਰੀ ਦਾ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਵੀ ਦੋਨੋਂ ਪੱਖ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਉਹਨਾਂ ਨੇ ਪੀਰੀ ਕੀ ਧਾਰਮਿਕ ਪੱਖ, ਸੰਤਾਂ ਵਾਲਾ ਪੱਖ, ਸੰਤਾਂ ਦੀ ਅਵਸਥਾ, ਦੁਨੀਆਂ ਵਿੱਚ ਉਹਨਾਂ ਨੂੰ ਕੇਵਲ ਇੱਕ ਜੁਝਾਰੂ ਜਰਨੈਲ ਵਜੋਂ ਪੇਸ਼ ਕੀਤਾ ਜਾਂਦਾ,
ਉਹਨਾਂ ਨੂੰ ਸੰਤ ਵਜੋਂ ਉਹਨਾਂ ਦੀ ਸ਼ਖਸੀਅਤ ਨੂੰ ਵੇਖਣ ਲਈ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ। ਪਰ ਸਤਿਸੰਗ ਜੀ ਜਿੱਡੇ ਵੱਡੇ ਉਹ ਜਰਨੈਲ ਸਨ, ਉਸ ਤੋਂ ਵੱਡੇ ਉਹ ਸੰਤ ਸਨ। ਕਿੰਨਾ ਸਿਮਰਨ, ਕਿੰਨੀ ਗੁਰਬਾਣੀ, ਕਿੰਨੀ ਕਮਾਈ। ਅੱਜ ਦਾ ਜਿਹੜਾ ਦਿਹਾੜਾ ਨਾ 22 ਫਰਵਰੀ, ਇਹ 22 ਫਰਵਰੀ 1960 ਨੂੰ ਜਦੋਂ ਆਪਾਂ ਪਿੱਛੇ ਨਿਗਾਹ ਮਾਰਾਂਗੇ ਨਾ, ਪਿੱਛੇ ਚਲੇ ਜਾਵਾਂਗੇ, ਤਾਂ ਅੱਜ ਦੇ ਦਿਨ 22 ਫਰਵਰੀ 1960 ਨੂੰ ਇਸੇ ਨਗਰ ਵਿੱਚ ਉਹਨਾਂ ਮਹਾਂਪੁਰਖਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਕਈ ਵਿਚਾਰ ਕਰਦੇ ਸਨ ਕਿ ਜੀ ਇਹ 12 ਫਰਵਰੀ ਨੂੰ ਸੰਤਾਂ ਦਾ ਜਨਮ ਸਾਡੇ ਬਰਾਬਰ ਮਨਾਉਣ ਲੱਗ ਪਏ ਹੈ। ਮੈਂ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦਾ ਮਨ ਰਾਜੀ ਰਹੇ, ਆਪਾਂ ਕਾਹਨੂੰ ਇਸ ਵਾਦ ਵਿਵਾਦ ਦੇ ਵਿੱਚ ਪੈਣਾ। ਜਨਮ ਤਾਂ ਉਹਨਾਂ ਦਾ 2 ਜੂਨ 1947 ਦਾ। ਮਹਾਂਪੁਰਖਾਂ ਦੇ ਭਰਾਤਾ ਬੈਠੇ ਹੈ, ਕੈਪਟਨ ਸਾਹਿਬ ਬੈਠੇ ਹੈ, ਸਰਪੰਚ ਹਰਜੀਤ ਸਿੰਘ ਬੈਠੇ ਹੈ, ਪੁਰਾਣੇ ਬਜ਼ੁਰਗ ਬੈਠੇ ਹੈ, ਜੋ ਖੋਜ ਵੀ ਕੀਤੀ ਗਈ ਹੈ ਮਹਾਂਪੁਰਖਾਂ ਦੇ ਮਾਤਾ ਨਿਹਾਲ ਕੌਰ ਜੀ ਵੀ ਦੱਸਦੇ ਸਨ ਕਿ ਗਰਮੀ ਦੀ ਰੁੱਤ ਸੀ, ਹੁਣ ਤਾਂ ਠੰਡ ਹੈ। ਹਾਂ, ਮਹਾਂਪੁਰਖਾਂ ਦੇ ਫਰਜੰਦ ਭਾਈ ਈਸ਼ਰ ਸਿੰਘ ਦਾ ਜਨਮ ਤਾਂ ਹੈ 12 ਫਰਵਰੀ ਦਾ, ਪਰ ਮਹਾਂਪੁਰਖਾਂ ਦਾ ਜਨਮ 2 ਜੂਨ 1947 ਦਾ ਹੀ ਹੈ। ਪਰ ਉਹ ਜੂਨ ਦਾ ਜਿਹੜਾ ਦਿਹਾੜਾ ਉਹ ਸਾਡਾ ਸ਼ਹੀਦੀ ਘੱਲੂਘਾਰਾ ਹੈ, 1 ਜੂਨ ਤੋਂ ਲੈ ਕੇ 6 ਜੂਨ ਤੱਕ। ਫਿਰ ਉਹਨਾਂ ਦਿਨਾਂ ਵਿੱਚ ਮਹਾਂਪੁਰਖਾਂ ਦਾ ਜਿਹੜਾ ਜਨਮ ਨੂੰ ਸਮਰਪਿਤ ਇੱਥੇ ਜੋ 2 ਜੂਨ ਨੂੰ ਸਮਾਗਮ ਆਪਾਂ ਕਰ ਲੈਂਦੇ ਹਾਂ। ਪਿਛਲੇ ਸਾਲ ਐਲਾਨ ਕਰ ਦਿੱਤਾ ਸੀ ਕਿ 2 ਜੂਨ ਨੂੰ ਉਹਨਾਂ ਦਾ ਇੱਥੇ ਗੁਰਦੁਆਰਾ ਸਾਹਿਬ, ਨਾਲੇ ਉਹਨਾਂ ਦਾ ਹੀ ਜਨਮ ਅਸਥਾਨ ਹੈ, ਇੱਥੇ ਉਹਨਾਂ ਦੀ ਯਾਦ ਤਾਜ਼ੀ ਕਰ ਲਿਆ ਜਾਏ ਕਰੇ। ਜਿਹੜੇ 12 ਫਰਵਰੀ ਨੂੰ ਮਨਾਉਂਦੇ ਆ ਸਤਿਪੁਰਸ਼ਾਂ ਦੀ ਯਾਦ ਹੀ ਮਨਾ ਰਹੇ ਹੈ, ਤਾਂ ਸਾਡਾ ਤਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ। ਜਿੰਨੀ ਮਰਜ਼ੀ ਕੋਈ ਸਾਰੇ ਸੰਸਾਰ ਵਿੱਚ ਜਿੰਨਾ ਵੀ ਕਿਸੇ ਦੇ ਮਨ ਵਿੱਚ ਪ੍ਰੇਮ ਹੈ, ਸ਼ਰਧਾ, ਉਤਸ਼ਾਹ, ਭਾਵੇਂ ਸਾਰਾ ਸਾਲ ਹੀ ਉਹਨਾਂ ਦੀ ਯਾਦ ਮਨਾਓ, ਮਨਾਉਣੀ ਵੀ ਚਾਹੀਦੀ ਹੈ। ਸਾਡਾ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ, ਨਾ ਹੀ ਅਸੀਂ ਰੱਖਣਾ ਚਾਹੁੰਦੇ ਹਾਂ। ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸਨ, ਪਰ ਸਾਰੀ ਕੌਮ ਦੇ ਸਿਰ ਦੇ ਤਾਜ ਹੈ ਉਹ। ਇਸ ਕਰਕੇ ਸਾਧ ਸੰਗਤ ਜੀ ਅਸੀਂ ਫਿਰ ਇਹ ਵਿਚਾਰ ਕੀਤੀ ਕਿ ਆਪਾਂ 22 ਫਰਵਰੀ ਨੂੰ ਸਮਰਪਿਤ ਸਮਾਗਮ ਰੱਖ ਲਿਆ ਕਰੀਏ, ਜੇ ਕੋਈ ਸਾਡੇ ਭਰਾਵਾਂ ਦੇ ਮਨ ਵਿੱਚ ਕੋਈ ਦਜੈਗੀ ਪੈਦਾ ਹੁੰਦੀ ਆਪਾਂ ਉਹ ਵੀ ਰਹਿਣ ਨਹੀਂ ਦੇਣੀ। ਇਸ ਕਰਕੇ ਫਿਰ ਇਹ ਫੈਸਲਾ ਕਰ ਲਿਆ ਸੀ ਕਿ 22 ਫਰਵਰੀ ਨੂੰ ਪਿਛਲੇ ਸਾਲ ਇਸ ਸਥਾਨ ਦਾ ਉਦਘਾਟਨ ਅਤੇ ਆਰੰਭਤਾ ਵੀ ਕਰ ਦਿੱਤੀ ਗਈ ਔਰ ਆਪਾਂ 22 ਫਰਵਰੀ ਨੂੰ ਸਮਰਪਿਤ ਸਮਾਗਮ ਰੱਖ ਲਏ ਔਰ 17 ਫਰਵਰੀ ਨੂੰ ਨਗਰ ਕੀਰਤਨ ਉਹਨਾਂ ਦੀ ਯਾਦ ਵਿੱਚ ਜਲੂਸ ਇਸ ਨਗਰ ਵਿੱਚ ਹੋਇਆ ਔਰ 18 ਤੋਂ ਇਹ ਸਮਾਗਮ ਪ੍ਰਾਰੰਭ ਹੋਏ ਔਰ ਅੱਜ ਸੰਪੂਰਨਤਾ ਦਾ ਦਿਹਾੜਾ ਹੈ। ਸਾਧ ਸੰਗਤ ਜੀ ਉਹ ਸਮੇਂ ਨੂੰ ਯਾਦ ਕਰੀਏ ਜਦੋਂ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਸਮੇਤ ਇਸ ਨਗਰ ਵਿੱਚ ਆਏ ਹੋਏ ਸਨ ਔਰ ਮਹਾਂਪੁਰਖ ਮਹੀਨਾ ਮਹੀਨਾ
ਫੱਗਣ ਔਰ ਚੇਤ ਦੇ ਇਹ ਦੋ ਮਹੀਨਿਆਂ ਦਾ ਵਿਚਕਾਰਲਾ ਸਮਾਂ, ਇਉਂ ਕਹਿ ਲਓ ਕਿ ਫੱਗਣ ਦੀ ਸੰਗਰਾਂਦ ਨੂੰ ਮਹਾਂਪੁਰਖ ਲਗਭਗ ਇਸ ਨਗਰ ਵਿੱਚ ਆ ਜਾਂਦੇ ਸਨ। ਚੇਤ ਦੀ ਸੰਗਰਾਂਦ ਤੱਕ ਜਥਾ ਰੋਡੇ ਨਗਰ ਵਿੱਚ ਹੀ ਰਹਿੰਦਾ ਸੀ। ਫਿਰ ਅੱਗੇ ਵਿਸਾਖੀ ਜਿਹੜੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਈ ਜਾਂਦੀ ਸੀ, ਜਿਹੜਾ 13 ਅਪ੍ਰੈਲ 1978 ਦਾ ਸਾਕਾ 13 ਸਿੰਘਾਂ ਦੀ ਸ਼ਹਾਦਤ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨਕਲੀ ਨਰਕ ਧਾਰੀਆਂ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ। ਉਹ ਜਿਹੜਾ ਕ੍ਰਮ ਚੱਲਦਾ ਸੀ ਉਹ ਜਥੇਬੰਦੀ ਦਾ, ਦਮਦਮੀ ਟਕਸਾਲ ਦਾ, ਨਗਰਾਂ ਦੇ ਵਿੱਚ ਗੁਰਮਤ ਦੇ ਪ੍ਰਚਾਰ ਦਾ ਰੂਟੀਨ ਉਵੇਂ ਹੀ ਚੱਲਦਾ ਆ ਰਿਹਾ ਸੀ। ਬ੍ਰਹਮ ਗਿਆਨੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਫੱਗਣ ਦੀ ਸੰਗਰਾਂਦ ਤੋਂ ਲੈ ਕੇ ਚੇਤ ਦੀ ਸੰਗਰਾਂਦ ਤੱਕ ਇਸੇ ਨਗਰ ਵਿੱਚ ਆ ਕੇ ਮਹੀਨਾ ਮਹੀਨਾ ਗੁਰਮਤ ਦਾ ਪ੍ਰਚਾਰ ਕਰਦੇ ਰਹੇ ਔਰ ਉਹਨਾਂ ਨੇ ਇੱਕ ਅਕੋਤਰੀ ਲੜੀ 101 ਅਖੰਡ ਪਾਠ ਸਾਹਿਬਾਂ ਦੀ ਵੀ ਇਸੇ ਨਗਰ ਵਿੱਚ ਕਰਵਾਈ, ਜਿਸ ਵਿੱਚ ਮਹਾਂਪੁਰਖਾਂ ਦੇ ਦਾਦਾ ਬਾਬਾ ਹਰਨਾਮ ਸਿੰਘ ਜੀ ਨੇ ਹੱਥੀਂ ਖਰਾਸ ਉੱਤੇ ਆਟਾ ਪੀਸਣ ਦੀ ਸੇਵਾ ਸਾਰੇ ਪੁਰਾਣੇ ਬਜ਼ੁਰਗਾਂ ਨਾਲ ਮਿਲ ਕੇ ਕਰਦੇ ਰਹੇ, ਸਾਰਾ ਨਗਰ ਹੀ ਕਰਦਾ ਰਿਹਾ। ਮੈਂ ਉਹਨਾਂ ਦਾ ਇਕੱਲਿਆਂ ਦਾ ਜ਼ਿਕਰ ਨਹੀਂ ਕਰਦਾ, ਸਿਰਫ ਮਹਾਂਪੁਰਖਾਂ ਦੇ ਪੜਦਾਦਾ ਜੀ ਕਰਕੇ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਹੱਥੀਂ ਸਾਰੇ ਨਗਰ ਨੇ, ਬਜ਼ੁਰਗਾਂ ਨੇ, ਮਾਵਾਂ ਨੇ, ਨੌਜਵਾਨਾਂ ਨੇ ਸੇਵਾਵਾਂ ਕੀਤੀਆਂ। ਉਹ ਲੜੀ ਅਖੰਡ ਪਾਠਾਂ ਦੀ ਵੀ ਅੱਜ ਤਾਂ ਥਾਂ ਥਾਂ ਹੁੰਦੀਆਂ, ਉਦੋਂ ਅਕੋਤਰੀ ਸ਼ਬਦ ਸਾਧ ਸਿੰਘ ਜੀ ਬਹੁਤ ਘੱਟ, ਇੱਕ ਅਖੰਡ ਪਾਠ ਸਾਹਿਬ ਕਿਤੇ ਇੱਕ ਪਿੰਡ 'ਚ ਹੋਣਾ, 50-50 ਪਿੰਡਾਂ ਨੇ ਅਖੰਡ ਪਾਠ ਸਾਹਿਬ ਆ ਕੇ ਸੁਣਨਾ, ਗੁਰਬਾਣੀ ਸੁਣਨੀ, ਸਹਿਜ ਪਾਠ ਵੀ ਵਿਰਲਾ ਵਾਂਝਾ ਹੋਇਆ ਕਰਦਾ ਸੀ। ਪਰ ਮਹਾਂਪੁਰਖ ਧੰਨ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਨੇ ਪੰਥ ਵਿੱਚ ਪਹਿਲੀ ਵਾਰ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ 127 ਅਖੰਡ ਪਾਠਾਂ ਦੀ ਅਕੋਤਰੀ ਕਰਵਾਈ ਸੀ। ਜਿਹੜੀ ਅਕੋਤਰੀ ਕਰਵਾਈ ਹੈ ਨਾ ਪੰਥ ਵਿੱਚ ਪਹਿਲਾਂ ਸਭ ਤੋਂ, ਉਹ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਰਵਾਈ ਸੀ ਔਰ ਬੜੀ ਮਰਿਆਦਾ ਨਾਲ ਕਰਵਾਈ ਸੀ। ਸੰਗਤਾਂ ਜਿੰਨਾ ਚਿਰ ਅਕੋਤਰੀ ਹੁੰਦੀ ਰਹੀ, 24-24 ਘੰਟੇ ਪਿੰਡਾਂ ਦੇ ਪਿੰਡ ਉੱਥੇ ਬਹਿ ਕੇ ਅਖੰਡ ਪਾਠ ਸਾਹਿਬ ਦੀ ਬਾਣੀ ਸਤਿਗੁਰਾਂ ਦੀ ਸੁਣਿਆ ਕਰਦੇ ਸਨ। ਹੱਥੀਂ ਸੇਵਾ ਨਾਲ ਕੀਰਤਨ ਕਥਾ ਦਾ ਪ੍ਰਵਾਹ ਵੀ ਨਾਲ ਚੱਲਣਾ, ਦੀਵਾਨ ਸੱਜਣੇ, ਇਹ ਉਹਨਾਂ ਮਹਾਂਪੁਰਖਾਂ ਦੀ ਬੜੀ ਵੱਡੀ ਘਾਲਣਾ ਕਿ ਅਕੋਤਰੀ ਉਹਨਾਂ ਤੋਂ ਅਖੰਡ ਪਾਠਾਂ ਦੀ ਸ਼ੁਰੂ ਹੋਈ ਔਰ ਫਿਰ ਉਹਨਾਂ ਨੇ ਰੋਡੇ ਨਗਰ ਵਿੱਚ 101 ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਅਕੋਤਰੀ ਕਰਵਾਈ, ਜਿਸ ਵਿੱਚ ਮਹਾਂਪੁਰਖਾਂ ਨੇ ਆਪ ਵੀ, ਜਥੇ ਦੇ ਸਿੰਘਾਂ ਨੇ ਵੀ, ਇਸ ਨਗਰ ਨੇ ਵੀ ਬਹੁਤ ਵੱਡੀ ਸੇਵਾ ਕੀਤੀ। ਸੋ ਫਿਰ ਵੱਡੇ ਮਹਾਂਪੁਰਖ ਆਉਂਦੇ ਰਹੇ, ਉਹ ਵੀ ਮਹੀਨਾ ਰਹੇ ਔਰ ਚੇਤ ਦੀ ਸੰਗਰਾਂਦ ਤੋਂ ਬਾਅਦ ਫਿਰ ਜਥਾ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਅੱਗੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਂਦਾ ਸੀ। ਉਹੀ ਜਿਹੜਾ ਰੂਟੀਨ ਬਣਿਆ ਹੋਇਆ ਸੀ ਉਵੇਂ ਰੂਟੀਨ ਚੱਲਦਾ ਹੀ ਚੱਲਦਾ ਫਿਰ ਮਹਾਂਪੁਰਖ ਚੇਤ ਦੇ ਮਹੀਨੇ ਵਿੱਚੋਂ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਅੱਗੇ ਫਿਰ ਵਿਸਾਖੀ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ, ਉਵੇਂ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਆਉਂਦੇ ਰਹੇ, ਫਿਰ ਉਵੇਂ ਹੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ,
ਸੋ ਸਾਧ ਸੰਗਤ ਜੀ ਇਹੀ ਦਿਨ ਸੀ ਕਿ ਅੱਜ ਦੇ ਦਿਨ ਇਸ ਨਗਰ ਵਿੱਚ ਅੰਮ੍ਰਿਤ ਸੰਚਾਰ ਹੋਇਆ ਤੇ ਉਹਨਾਂ ਅੰਮ੍ਰਿਤ ਵਲਾਖੀਆਂ ਵਿੱਚ ਇੱਕ ਕੌਮ ਦੀ ਸ਼ਖਸੀਅਤ ਪੰਜਾਂ ਪਿਆਰਿਆਂ ਦੇ ਸਨਮੁਖ ਹੱਥ ਜੋੜ ਕੇ ਖੜੀ ਹੈ ਤੇ ਉਹ ਕੌਣ ਹਨ? ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਹਨ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਸਤ ਸੰਗਤ ਜੀ ਅੰਮ੍ਰਿਤਾਂ ਆਪਾਂ ਵੀ ਛਕਦੇ ਹਾਂ, ਅੰਮ੍ਰਿਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਵੀ ਛਕਿਆ, ਪਰ ਜਿਹੜੇ ਅੰਮ੍ਰਿਤ ਦੀ ਦਾਤ ਉਹਨਾਂ ਨੇ ਪ੍ਰਾਪਤ ਕਰਕੇ ਅੰਮ੍ਰਿਤ ਸ਼ਬਦ ਨੂੰ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਵਿਲੱਖਣਤਾ ਪ੍ਰਦਾਨ ਕੀਤੀ, ਉਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ। ਜਿਹੜਾ ਅੰਮ੍ਰਿਤ ਬਾਬਾ ਦੀਪ ਸਿੰਘ ਜੀ ਨੇ ਛਕਿਆ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਛਕਿਆ, ਸ਼ਹੀਦ ਭਾਈ ਤਾਰੂ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਨੇ, ਜਾਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪੰਜਾਂ ਪਿਆਰਿਆਂ ਨੇ ਛਕਿਆ, ਉਹ ਅੰਮ੍ਰਿਤ ਦੀ ਇੱਕ ਵਿਲੱਖਣ ਮਹਾਨਤਾ ਹੈ। ਅੰਮ੍ਰਿਤ ਉਹੋ ਹੀ ਹੈ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਪਰ ਅੰਮ੍ਰਿਤ ਛਕਣ ਵਾਲੇ ਨੇ ਅੰਮ੍ਰਿਤ ਦੀ ਰਹਿਤ ਨੂੰ ਤੇ ਅੰਮ੍ਰਿਤ ਨੂੰ ਕਿੰਨੀ ਕੁ ਮਹਾਨਤਾ ਦਿੱਤੀ ਹੈ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਵਿੱਚੋਂ ਵੇਖੀ ਜਾ ਸਕਦੀ ਹੈ। ਮੈਂ ਇਹ ਕਹਿ ਰਿਹਾ ਕਿ ਅੰਮ੍ਰਿਤ ਹਰ ਇੱਕ ਲਈ ਛਕਣਾ ਜ਼ਰੂਰੀ ਹੈ, ਪਰ ਅੰਮ੍ਰਿਤ ਨੂੰ ਮਹਾਨਤਾ ਦੇਣੀ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ। ਅੰਮ੍ਰਿਤ ਕੋਈ ਐਸੀ ਵਸਤੂ ਨਹੀਂ ਵੀ ਪਤਾਸੇ ਪਾ ਕੇ ਅੰਮ੍ਰਿਤ ਛਕਾ ਦਿੱਤਾ ਵੀ ਛਕ ਲਿਆ। ਸਤ ਸੰਗਤ ਜੀ ਸ਼ੇਰਨੀ ਦਾ ਦੁੱਧ ਜਿਹੜਾ ਨਾ ਉਹ ਸੋਨੇ ਦੇ ਬਰਤਨ ਵਿੱਚ ਹੀ ਟਿਕਦਾ, ਦੂਸਰੀ ਧਾਤ ਦੇ ਬਰਤਨ ਵਿੱਚੋਂ ਛੇਕ ਕਰਕੇ ਨਿਕਲ ਜਾਂਦਾ। ਜਿਹੜਾ ਅੰਮ੍ਰਿਤ ਸੰਤ ਬਾਬਾ ਜਰਨੈਲ ਸਿੰਘ ਜੀ ਮੁੱਖ ਵਿੱਚ ਗਿਆ, ਜਿਹੜਾ ਉਹਨਾਂ ਦੇ ਹਿਰਦੇ ਵਿੱਚ ਗਿਆ, ਔਰ ਜਿਸ ਦਿਨ ਤੋਂ ਅੰਮ੍ਰਿਤ ਛਕ ਲਿਆ ਉਸ ਦਿਨ ਤੋਂ ਲੈ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਅੰਮ੍ਰਿਤ ਦੀ ਰਹਿਤ ਕਮਾਈ। ਮੈਨੂੰ ਬਚਨ ਯਾਦ ਆਇਆ, ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਮ੍ਰਿਤ ਛਕਣ ਗਏ ਨਾ, ਉਦੋਂ ਤਖ਼ਤਾਂ ਦੇ ਉੱਤੇ ਅੰਮ੍ਰਿਤ ਸੰਚਾਰ ਬੜੀ ਕਰਨੀ ਵਾਲੇ ਗੁਰਸਿੱਖ ਅੰਮ੍ਰਿਤ ਦੀ ਸੇਵਾ ਵਿੱਚ ਲੱਗਦੇ ਸਨ। ਇੱਥੋਂ ਤੱਕ ਕਿ ਬ੍ਰਹਮ ਗਿਆਨੀਆਂ ਨੂੰ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲਾਇਆ ਜਾਂਦਾ ਸੀ। ਸ਼ਹੀਦੀ ਬਾਗ ਦੇ ਜਥੇਦਾਰ ਸਨ, ਬਾਅਦ ਵਿੱਚ ਤਰਨਾ ਦਲ ਬਾਬਾ ਬਕਾਲਾ ਸਾਹਿਬ ਜਥੇਬੰਦੀ ਦੇ ਮੁਖੀ ਬਣੇ ਜਥੇਦਾਰ ਬਾਬਾ ਸਾਧੂ ਸਿੰਘ ਜੀ, ਬਾਬਾ ਮੰਗਲ ਸਿੰਘ ਜੀ, ਇਹ ਬਣੀਆਂ ਕਰਨੀਆਂ ਵਾਲੀਆਂ ਆਤਮਾਵਾਂ ਸਨ। ਤਖ਼ਤ ਕੇਸਗੜ੍ਹ ਸਾਹਿਬ ਇਹ ਗੁਰਮੁਖ ਮਹਾਂਪੁਰਖ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਤੇ ਇਹਨਾਂ ਪੰਜਾਂ ਪਿਆਰਿਆਂ ਤੋਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅੰਮ੍ਰਿਤ ਛਕ ਰਹੇ ਸਨ। ਅੰਮ੍ਰਿਤ ਛਕ ਕੇ ਹਟੇ ਹੈ ਜਿੱਥੇ ਤਖ਼ਤ ਸਾਹਿਬ ਦੇ ਸ਼ਸਤਰ ਲੱਗੇ ਹੋਏ ਹੈ ਨਾ, ਅਸਲੀ ਜੋ ਮਹਾਰਾਜ ਦਾ ਤਖ਼ਤ ਹੈ ਜਿਸ ਨੂੰ ਤੰਬੂ ਸਾਹਿਬ ਕਿਹਾ ਜਾਂਦਾ। ਸ਼੍ਰੋਮਣੀ ਕਮੇਟੀ ਦੇ ਮੈਨੇਜਰ ਸਾਹਿਬ ਬੈਠੇ ਹੈ, ਮੈਂਬਰ ਸਾਹਿਬਾਨ ਬੈਠੇ ਹੈ, ਜਿੱਥੇ
ਤਖ਼ਤ ਕੇਸਗੜ੍ਹ ਸਾਹਿਬ ਅੰਦਰ ਅਸਲੀ ਅੰਮ੍ਰਿਤ ਸੰਚਾਰ ਜਿੱਥੇ ਸਤਿਗੁਰੂ ਨੇ ਕੀਤਾ, ਜਿੱਥੇ ਮਹਾਰਾਜ ਦੇ ਅੰਦਰ ਸ਼ਸਤਰ ਹੈ, ਤਖ਼ਤਾਂ 'ਤੇ ਅਸਲੀ ਅਸਥਾਨ ਜਿਹੜੇ ਹੁੰਦੇ ਉੱਥੇ ਸ਼ਸਤਰ ਹੀ ਹੁੰਦੇ ਆ। ਪੀਰੀ ਦਾ ਪ੍ਰਤੀਕ ਹੈ ਸਾਡੀ ਮੀਰੀ ਦਾ। ਉੱਥੇ ਉਦੋਂ ਕਲਗੀਧਰ ਨੇ ਤੰਬੂ ਲਾਇਆ ਸੀ, ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਉਸ ਅਸਥਾਨ ਨੂੰ ਤੰਬੂ ਸਾਹਿਬ ਪੁਰਾਣੇ ਸਿੰਘ ਨਾਮ ਲੈ ਕੇ ਬੁਲਾਉਂਦੇ ਆ। ਅਕਾਲ ਤਖ਼ਤ ਸਾਹਿਬ ਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਰਹਿਤਨਾਮਿਆਂ ਤੋਂ ਇਲਾਵਾ ਜਿਹੜੇ ਇਤਿਹਾਸਕ ਸਰੋਤ ਹੈ, ਅਕਾਲ ਤਖ਼ਤ ਸਾਹਿਬ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਹੈ, ਅਕਾਲ ਦਾ ਤਖ਼ਤ। ਸੋ ਤੰਬੂ ਸਾਹਿਬ ਵੈਸੇ ਸਾਰੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ ਸੰਪੂਰਨ, ਪਰ ਉੱਥੇ ਅੰਮ੍ਰਿਤ ਸੰਚਾਰ ਹੋਇਆ। ਜਦੋਂ ਮਹਾਂਪੁਰਖ ਅੰਮ੍ਰਿਤ ਸੰਚਾਰ ਹੁੰਦਿਆਂ, ਅੰਮ੍ਰਿਤ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਇਆ, ਅਰਦਾਸ ਹੋਈ, ਅੰਮ੍ਰਿਤ ਛਕਾਇਆ, ਜਦੋਂ ਅੰਮ੍ਰਿਤ ਛਕ ਕੇ ਮੱਥਾ ਟੇਕ ਕੇ ਖੜ੍ਹੇ ਹੋਏ ਤਾਂ ਸਾਹਮਣੇ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੋਏ। ਇੱਥੇ ਨਹੀਂ ਫਿਰ ਬਸ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ। ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਹ ਅੰਮ੍ਰਿਤ ਦੀ ਕਰਾਮਾਤ ਹੈ। ਮੈਂ ਤਾਂ ਕਹਿ ਰਿਹਾ ਅੰਮ੍ਰਿਤ ਆਪਾਂ ਵੀ ਛਕਦੇ ਹਾਂ, ਅੰਮ੍ਰਿਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਵੀ ਛਕਿਆ, ਪਰ ਉਹਨਾਂ ਦੀ ਕਮਾਈ ਦਾ ਫਰਕ ਹੈ ਨਾ, ਉਹਨਾਂ ਦੀ ਕਰਨੀ ਦਾ, ਉਹਨਾਂ ਦੇ ਅਭਿਆਸ ਦਾ, ਉਹਨਾਂ ਦੇ ਜੀਵਨ ਦਾ। ਜਾਂ ਇਉਂ ਕਹਿ ਲਓ ਵੀ ਅੰਮ੍ਰਿਤ ਦੀ ਮਹਾਨਤਾ ਨੂੰ ਉਹਨਾਂ ਨੇ ਕਿੰਨਾ ਵੱਡਾ ਉਚੇਰਾ ਸਮਝਿਆ, ਅਸੀਂ ਉਹ ਮਹਾਨਤਾ ਦੇ ਅਜੇ ਨੇੜੇ ਵੀ ਨਹੀਂ ਗਏ। ਕਿੱਡੀ ਵੱਡੀ ਮਹਾਨਤਾ ਉਹਨਾਂ ਦੇ ਹਿਰਦੇ ਵਿੱਚ ਹੋਏਗੀ ਅੰਮ੍ਰਿਤ ਦੀ। ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਪਹਿਲੀ ਵਾਰ ਅੰਮ੍ਰਿਤ ਜਦੋਂ ਛਕਿਆ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਹੋਏ। ਜਦੋਂ ਪੰਜ ਪਿਆਰਿਆਂ ਨੇ ਮੂਲ ਮੰਤਰ ਵਾਹਿਗੁਰੂ ਮੰਤਰ ਦ੍ਰਿੜ ਕਰਾਇਆ ਨਾ ਸੰਗਤ ਜੀ, ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਮੰਤਰ ਦਾ ਜਾਪ ਉਸੇ ਵਕਤ ਆਪਣੇ ਆਪ ਜਾਰੀ ਹੋ ਗਿਆ। ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਹ ਅੰਮ੍ਰਿਤ ਦੀ ਕਰਾਮਾਤ ਹੈ, ਇਹ ਅੰਮ੍ਰਿਤ ਦੀ ਬਰਕਤ ਹੈ। ਇਹ ਨਾ ਸਮਝਿਆ ਕਰੋ ਕਿ ਲੋਹੇ ਦੇ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਛਕਾ ਦਿੱਤਾ ਅਤੇ ਅਸੀਂ ਉਹਨੂੰ ਉਹਨਾਂ ਸਤਿਕਾਰ ਹੀ ਨਾ ਦੇ ਸਕੀਏ ਵੀ ਇੱਕ ਰਸਮ ਨਿਭਾ ਲਈ। ਅੰਮ੍ਰਿਤ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਛਕਿਆ, ਧੰਨ ਬਾਬਾ ਦੀਪ ਸਿੰਘ ਜੀ ਨੇ ਛਕਿਆ। ਅੰਮ੍ਰਿਤ ਦਾ ਅਰਥ ਹੁੰਦਾ ਜਿਹਦੇ ਅੰਦਰ ਅੰਮ੍ਰਿਤ ਚਲੇ ਗਿਆ ਉਹ ਅਮਰ ਹੋ ਗਿਆ। ਮ੍ਰਿਤ ਤੋਂ ਭਾਵ ਮੌਤ ਤੋਂ ਉੱਤੇ ਚਲੇ ਗਿਆ, ਮੌਤ ਵੀ ਜਿਹਦੇ ਸਾਹਮਣੇ ਨਹੀਂ ਖੜ ਸਕਦੀ ਅੜ ਸਕਦੀ, ਮੌਤ ਜਿਹਨੂੰ ਡਰਾ ਨਹੀਂ ਸਕਦੀ, ਮੌਤ ਜਿਹਦੇ ਅੱਗੇ ਖਲੋ ਨਹੀਂ ਸਕਦੀ, ਜਾਂ ਮੌਤ ਦਾ ਡਰ ਭੈ ਜਿਹਦੇ ਨੇੜੇ ਵੀ ਨਹੀਂ ਆ ਸਕਦਾ। ਮੌਤ ਤੋਂ ਤਾਂ ਸਾਧ ਸੰਗਤ ਜੀ ਦੁਨੀਆਂ ਦੇ ਵੱਡੇ ਵੱਡੇ ਜੇਤੂ ਜਰਨੈਲ ਡਰ ਕੇ ਬਿੱਲੀ ਬਣ ਗਏ। ਤੁਸੀਂ ਦੁਨੀਆਂ ਦੇ ਇੱਕ ਜਰਨੈਲ ਦਾ ਜੀਵਨ ਪੜ੍ਹ ਲਓ, ਨੈਪੋਲੀਅਨ ਦਾ, ਜਦੋਂ ਸਾਹਮਣੇ ਮੌਤ ਦਿਖਾਈ ਦਿੱਤੀ ਤਾਂ ਬਿੱਲੀ ਦੀ ਤਰ੍ਹਾਂ ਸਹਿ ਗਿਆ। ਜਦੋਂ ਮੌਤ ਹਿਟਲਰ ਨੂੰ ਦਿਖਾਈ ਦਿੱਤੀ, ਮੌਤ ਦਾ ਸਾਹਮਣਾ ਨਾ ਕਰ ਸਕਿਆ। ਮੈਂ ਦੁਨੀਆਂ ਦੇ ਜਰਨੈਲਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਲੋਕ ਜਰਨੈਲ ਕਹਿੰਦੇ ਹੈ, ਪਰ ਮੌਤ ਚੜ ਕੇ ਆਈ ਹਰਿਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਹਵਾਈ ਹਮਲਿਆਂ ਦੇ ਵਿੱਚ, ਤੇ ਸੁਮੇਰ ਪਰਬਤ ਦੀ ਤਰ੍ਹਾਂ ਉਹ ਸੂਰਮਾ ਮੌਤ ਦੇ ਸਾਹਮਣੇ ਅੜ ਗਿਆ, ਮੌਤ ਨਾਲ ਟਕਰਾ ਗਿਆ, ਦੁਨੀਆਂ ਦੀਆਂ ਹਕੂਮਤਾਂ ਨਾਲ ਟਕਰਾ ਗਿਆ। ਉਹ ਕੌਣ ਸੀ?
ਉਹ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸਨ, ਜਿਨ੍ਹਾਂ ਨੇ ਮੌਤ ਨੂੰ ਵੀ ਝੁਕਾ ਦਿੱਤਾ ਅੰਮ੍ਰਿਤ ਦੀ ਸ਼ਕਤੀ ਨਾਲ। ਉਹ ਅੰਮ੍ਰਿਤ ਅੱਜ ਉਹਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਹੋਇਆ ਸੀ। ਉਹ ਅੰਮ੍ਰਿਤ ਦੇ ਪਵਿੱਤਰ ਬੁੱਕ ਉਹਨਾਂ ਨੇ ਅੱਜ ਇਸ ਧਰਤੀ ਤੋਂ ਪੰਜਾਂ ਪਿਆਰਿਆਂ ਦੇ ਪਵਿੱਤਰ ਹਸਤ ਕਮਲਾਂ ਤੋਂ ਪ੍ਰਾਪਤ ਕੀਤੇ। ਉਸ ਅੰਮ੍ਰਿਤ ਦੀ ਸ਼ਕਤੀ ਨੇ ਦੁਨੀਆਂ ਦੀਆਂ ਸਰਕਾਰਾਂ ਹਿਲਾ ਦਿੱਤੀਆਂ। ਇਸ ਕਰਕੇ ਖਾਲਸਾ ਜੀ ਅੱਜ ਉਸ ਮਹਾਂਪੁਰਖ ਦਾ ਮੈਂ ਤਾਂ ਕਹਿੰਦਾ ਇੰਨਾ ਸੁੰਦਰ ਸੁਨਹਿਰੀ ਦਿਹਾੜਾ ਨਾ ਕਿ ਅੱਜ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ। ਅੰਮ੍ਰਿਤ ਛੱਕ ਕੇ ਸਿੱਖ ਦਾ ਜੀਵਨ ਬਦਲਦਾ। ਸਤਿਗੁਰ ਕੈ ਜਨਮੇ ਗਵਨ ਮਟਾਇਆ, ਇਹ ਗੁਰਬਾਣੀ ਦੀਆਂ ਪੰਕਤੀਆਂ ਦਾ ਭਾਵ ਇਹ ਹੈ। ਇੱਕ ਜਨਮ ਤਾਂ ਮਾਤਾ ਦੇ ਹੀ ਕੁੱਖ ਤੋਂ ਹੁੰਦਾ ਬੱਚੇ ਦਾ, ਜਿਹੜਾ ਮਾਂ ਦੀ ਕੁੱਖ ਤੋਂ ਜਨਮ ਹੁੰਦਾ ਨਾ, ਉਸ ਜਨਮ ਤੋਂ ਬਾਅਦ ਇੱਕ ਨਾ ਇੱਕ ਦਿਨ ਮੌਤ ਆਉਂਦੀ ਹੈ। ਜੇ ਜਨਮ ਹੈ ਤਾਂ ਮੌਤ ਵੀ ਹੈ, ਵਾਹਿਗੁਰੂ ਦਾ ਹੁਕਮ ਹੈ ਨਾ, ਕੁਦਰਤ ਦਾ ਇੱਕ ਵਿਧੀ ਵਿਧਾਨ ਹੈ, ਅਕਾਲ ਪੁਰਖ ਦੀ ਆਗਿਆ, ਜੋ ਜਨਮੋ ਸੋ ਜਾਨੋ ਮੂਆ, ਜਿਹੜਾ ਜਨਮਿਆ ਉਹਨੇ ਮਰਨਾ ਵੀ ਹੈ। ਪਰ ਇੱਕ ਜਨਮ ਉਹ ਹੈ ਜਿਹੜਾ ਉਹ ਜਨਮ ਸਿੱਖ ਨੂੰ ਮਿਲ ਜਾਂਦਾ, ਉਦੋਂ ਫਿਰ ਦੁਬਾਰਾ ਉਹਦੀ ਮੌਤ ਨਹੀਂ ਆਉਂਦੀ। ਉਹ ਜਨਮ ਕਦੋਂ ਮਿਲਦਾ? ਜਦੋਂ ਸਿੱਖ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਨਾ, ਉਦੋਂ ਪੰਜ ਪਿਆਰੇ ਕਹਿੰਦੇ ਆ ਖਾਲਸਾ ਜੀ ਅੱਜ ਤੁਹਾਡਾ ਗੁਰੂ ਘਰ ਦੇ ਵਿੱਚ ਨਵਾਂ ਜਨਮ ਹੋਇਆ, ਤੁਹਾਨੂੰ ਸਿੱਖੀ ਦੀ ਦਾਤ ਮਿਲੀ, ਅੰਮ੍ਰਿਤ ਦੀ ਦਾਤ ਮਿਲੀ। ਜੇ ਤੁਸੀਂ ਇਹ ਗੁਰੂ ਘਰ ਵਿੱਚੋਂ ਲਏ ਹੋਏ ਜਨਮ ਨੂੰ ਅੰਮ੍ਰਿਤ ਦੀ ਦਾਤ ਦੁਆਰਾ, ਜਿਹੜਾ ਜਨਮ ਸਤਿਗੁਰ ਕੈ ਜਨਮ ਹੈ, ਗੁਰੂ ਘਰ ਵਿੱਚ ਜਿਹੜਾ ਤੁਹਾਡਾ ਜਨਮ ਹੋਇਆ ਨਾ, ਅੱਜ ਅੰਮ੍ਰਿਤ ਛੱਕ ਕੇ ਗਵਨ ਮਟਾਇਆ, ਤੁਹਾਡਾ ਆਵਾਗਮਨ ਮਿਟ ਗਿਆ, ਤੁਹਾਡਾ ਆਉਣ ਜਾਣ ਦਾ 84 ਦਾ ਚੱਕਰ ਮੁੱਕ ਗਿਆ, ਤੁਸੀਂ ਮਰੋਗੇ ਨਹੀਂ ਅੱਜ ਤੋਂ ਬਾਅਦ। ਮਰਨਾ ਕੀ ਆ? ਮੌਤ ਦੇ ਹੱਥ ਚੜ ਜਾਣਾ, 84 ਵਿੱਚ ਪੈਣਾ, ਨਰਕਾਂ ਵਿੱਚ ਦੁੱਖ ਭੋਗਣੇ। ਅੰਮ੍ਰਿਤਧਾਰੀ ਸਿੱਖ ਜਿਹਦੇ ਰਗਾਂ ਵਿੱਚ ਸਿੱਖ ਸੰਗਤ ਜੀ, ਇੱਕ ਵਾਰੀ ਅੰਮ੍ਰਿਤ ਚੱਲਿਆ ਜਾਂਦਾ ਨਾ, ਇੱਕ ਵਾਰੀ ਅੰਮ੍ਰਿਤ ਜਿਹਦੀਆਂ ਰਗਾਂ ਵਿੱਚ ਚਲੇ ਗਿਆ, ਉਹ 84 ਦੇ ਗੇੜੇ ਵਿੱਚ ਨਹੀਂ ਆਏਗਾ, ਕਦੇ ਵੀ ਨਹੀਂ ਆਏਗਾ, ਭੁੱਲ ਕੇ ਵੀ ਨਹੀਂ ਆਏਗਾ, ਨਰਕਾਂ 'ਚ ਨਹੀਂ ਪਏਗਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅਨੰਦ ਸਿੱਖ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਬੀੜ ਦਸਮ ਦੀ ਲਿਖੀ ਹੈ, ਦਸਮ ਬਾਣੀ ਦੀ, ਪਟਨਾ ਸਾਹਿਬ ਅੱਜ ਵੀ ਮੌਜੂਦ ਹੈ, ਮਾਲ ਕੌਂਸ ਦੀ ਵਾਰ ਹੈ। ਉਹਦੇ ਵਿੱਚ ਮਹਾਰਾਜ ਕਹਿੰਦੇ ਕਲਗੀਧਰ ਦੇ ਬਚਨ ਲਿਖੇ ਬਾਬਾ ਦੀਪ ਸਿੰਘ ਜੀ ਨੇ, ਬਿਨ ਕੇਸਾਂ ਸਿਰ ਕੁੱਟੇਨ ਚੰਗਾਰੇ ਕੌਣ ਛਡਾਏ ਹੈ। ਕਹਿੰਦੇ ਜਿਹੜੇ ਸਿਰ ਤੇ ਕੇਸ ਦਾੜਾ ਨਹੀਂ ਰੱਖਣਗੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ, ਜਿਵੇਂ ਪੁਰਾਣੇ ਸਮਿਆਂ ਵਿੱਚ ਉਖਲੀਆਂ ਵਿੱਚ ਮੋਹਲਿਆਂ ਨਾਲ, ਤੁਹਾਨੂੰ ਪਤਾ ਪਿੰਡਾਂ ਦੀ ਸੰਗਤ ਬੈਠੇ ਹੋ, ਪਹਿਲਾਂ ਚੌਲਾਂ ਨੂੰ ਛੱਡਿਆ ਜਾਂਦਾ ਸੀ ਮੋਲੇ ਤੇ ਉਖਲੀ ਵਿੱਚ ਹੀ ਪਾ ਕੇ ਕੁੱਟ ਕੇ, ਉਹਨਾਂ ਦੀ ਫੱਕ ਅਲੱਗ ਤੇ ਚੌਲ ਅਲੱਗ ਕਰਕੇ ਚੌਲਾਂ ਨੂੰ ਇਸੇ ਤਰ੍ਹਾਂ ਤਿਆਰ ਕੀਤਾ ਜਾਂਦਾ ਸੀ। ਕਹਿੰਦੇ ਨਰਕਾਂ ਦੀਆਂ ਉਖਲੀਆਂ ਦੇ ਵਿੱਚ ਉਹਨਾਂ ਦੇ ਸਿਰ ਚੌਲਾਂ ਦੀ ਤਰ੍ਹਾਂ ਕੁੱਟੇ ਜਾਣਗੇ, ਜਿਹੜੇ ਸਿਰ ਤੇ ਕੇਸ ਤੇ ਮੁੱਖ ਤੇ ਦਾੜਾ ਨਹੀਂ ਰੱਖਦੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਦੀ ਬਾਣੀ ਲਿਖੀ ਹੈ, ਉਹਨਾਂ ਦੇ ਬਚਨ ਲਿਖੇ ਹੈ। ਪਰ ਸਾਧ ਸੰਗਤ ਜੀ, ਜੇ ਸਿੱਖ ਮਹਾਰਾਜ ਗੁਰ ਰਹਿਤਨਾਮਿਆਂ 'ਚ ਵੀ ਆਉਂਦਾ, ਗੁਰ ਇਤਿਹਾਸ ਵਿੱਚ ਵੀ ਆਉਂਦਾ, ਸਿੱਖ ਅੰਮ੍ਰਿਤ ਛਕ ਲਿਆ, ਕੋਈ ਵਜਰ ਗੁਨਾਹ ਵੀ ਹੋ ਗਿਆ, ਕਿਤੇ ਭੁਲੇਖੇ ਨਾਲ ਨਰਕਾਂ ਚਲੇ ਗਿਆ,
ਕਲਗੀਆਂ ਵਾਲਾ ਦੇਖਦਾ ਮੇਰਾ ਸਿੱਖ ਗੁਨਾਹਗਾਰ ਹੋ ਕੇ ਨਰਕਾਂ 'ਚ ਪੈ ਗਿਆ, ਕੇਸਾਂ ਤੋਂ ਪਛਾਣ ਕੇ ਆਪਣੇ ਅੰਮ੍ਰਿਤਧਾਰੀ ਨੂੰ ਮਹਾਰਾ ਨਰਕਾਂ 'ਚੋਂ ਕੱਢ ਕੇ ਮਾਤ ਲੋਕ 'ਤੇ ਭੇਜ ਦਿੰਦੇ ਆ, ਜਾ ਸਿੱਖਾਂ ਦੇ ਘਰ ਵਿੱਚ ਜਾ ਕੇ ਜਨਮ ਲੈ, ਦੁਬਾਰਾ ਅੰਮ੍ਰਿਤਧਾਰੀ ਹੋ ਕੇ ਰਹਿਤ ਕਮਾਈ, ਤੇਰੇ ਨਰਕਾਂ ਦਾ ਗੇੜਾ ਖਤਮ ਹੋ ਜਾਏਗਾ, 84 'ਚ ਨਹੀਂ ਪਏਗਾ। ਅੰਮ੍ਰਿਤ ਦੀ ਇਹ ਸ਼ਕਤੀ ਹੈ, ਅੰਮ੍ਰਿਤ ਦੀ ਇਹ ਕਰਾਮਾਤ ਹੈ, ਅੰਮ੍ਰਿਤ ਦੀ ਬਰਕਤ ਹੈ। ਜਿਹੜਾ ਇੱਕ ਵਾਰੀ ਅੰਮ੍ਰਿਤ ਛਕ ਲੈਂਦਾ, ਜਿਹਦੀਆਂ ਰਗਾਂ ਵਿੱਚ ਅੰਮ੍ਰਿਤ ਚਲੇ ਗਿਆ, ਮਹਾਰਾਜ ਉਹਨੂੰ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਇਦੋਂ ਵੱਡੀ ਕੀ ਕਿਰਪਾ ਹੋ ਸਕਦੀ ਹੈ ਸੰਗਤ ਜੀ? ਤੁਹਾਨੂੰ ਪੁੱਠੇ ਲਮਕ ਕੇ ਤਪ ਕਰਨ ਦੀ ਲੋੜ ਨਹੀਂ, ਯੋਗ ਕਰਨ ਦੀ ਲੋੜ ਨਹੀਂ, ਕਠਿਨ ਸਾਧਨ ਨਹੀਂ। ਇੰਨੀ ਸਸਤੀ ਮੁਕਤੀ ਤਾਂ ਕਿਸੇ ਵੀ ਧਰਮ ਨੇ ਨਹੀਂ ਲਾਈ, ਇੰਨਾ ਇੰਨਾ ਸਸਤਾ ਸੌਦਾ ਮੁਕਤੀ ਦਾ ਕਿ ਅੰਮ੍ਰਿਤ ਛਕਣ ਨਾਲ ਮੁਕਤੀ ਮਿਲ ਜਾਏ, ਜੰਮਣ ਮਰਨ ਕੱਟਿਆ ਜਾਏ, ਫਿਰ ਹੋਰ ਚਾਹੁੰਦੇ ਕੀ ਹਾਂ ਆਪਾਂ? ਇਹ ਅੰਮ੍ਰਿਤ ਹੈ, ਜਿਹਨੇ ਅੰਮ੍ਰਿਤ ਲੈ ਲਿਆ, ਅੰਮ੍ਰਿਤ ਦੀ ਰਹਿਤ ਰੱਖੀ, ਨਾਮ ਦੀ ਕਮਾਈ ਕੀਤੀ, ਇਹ ਅੰਮ੍ਰਿਤ ਦੀ ਦਾਤ ਸਿੱਖ ਨੂੰ ਸਾਧੂ ਵੀ ਬਣਾ ਦਿੰਦੀ ਹੈ, ਸੰਤ ਵੀ ਬਣਾ ਦਿੰਦੀ ਹੈ, ਬ੍ਰਹਮ ਗਿਆਨੀ ਵੀ ਬਣਾ ਦਿੰਦੀ ਹੈ, ਸਿੱਧ ਵੀ ਬਣਾ ਦਿੰਦੀ ਹੈ। ਇਹ ਅੰਮ੍ਰਿਤ ਦੀ ਸ਼ਕਤੀ ਹੈ। ਅੰਮ੍ਰਿਤ ਛਕ ਕੇ ਸਿੱਖ ਬ੍ਰਹਮ ਗਿਆਨੀ ਵੀ ਬਣ ਸਕਦਾ। ਇਹ ਅੰਮ੍ਰਿਤ ਵਿੱਚੋਂ ਸਾਰੇ ਕ੍ਰਿਸ਼ਮੇ ਪ੍ਰਾਪਤ ਹੁੰਦੇ ਹੈ। ਮੌਤ ਤੋਂ, ਮੌਤ ਦੇ ਭੈ ਤੋਂ ਰਹਿਤ ਹੋ ਜਾਂਦਾ ਸਿੱਖ, ਸਿੱਖ ਅਮਰ ਹੋ ਜਾਂਦਾ। ਸੰਤ ਬਾਬਾ ਜਰਨੈਲ ਸਿੰਘ ਜੀ ਅਮਰ ਹੈ, ਕਿਤੇ ਗਏ ਥੋੜੋ ਹੈ। ਨਾਨਕ ਕੱਚੜਿਆਂ ਸਿਓ ਤੋੜ, ਢੂਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਾ, ਮੋਇਆ ਨਾ ਜਾਹੀ ਛੋੜ। ਇੱਕ ਬਚਨ ਯਥਾਰਥ ਅੱਜ ਮੈਂ ਕਰਨਾ ਚਾਹੁੰਦਾ ਸੀ ਥੋੜ੍ਹਾ ਜਿਹਾ ਤੁਹਾਡੇ ਨਾਲ, ਕਿ ਮਹਾਂਪੁਰਖਾਂ ਦੀ ਕਿੰਨੀ ਸ਼ਕਤੀ ਹੈ, ਕਿੰਨੀ ਉਹਨਾਂ ਦੀ ਬਰਕਤ ਹੈ। ਜਦੋਂ ਅਸਥਾਨ ਦੀ ਸੇਵਾ ਆਰੰਭ ਕੀਤੀ ਨਾ, ਮੇਰੇ ਮਨ 'ਚ ਬੜਾ ਖਿਆਲ ਜਿਹਾ ਆਇਆ ਬਈ ਸੇਵਾ ਤਾਂ ਸ਼ੁਰੂ ਹੋ ਗਈ, ਨੇਪਰੇ ਕਿਵੇਂ ਚੜ੍ਹੇਗੀ? ਮਹਾਂਪੁਰਖਾਂ ਦੇ ਮੈਨੂੰ ਮਹਿਤੇ ਸੁੱਤੇ ਪਿਆ, ਰਾਤ ਨੂੰ ਸੁਪਨੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ, ਚਿੰਤਾ ਨਾ ਕਰ, ਕਾਹਲੀ ਵੀ ਨਾ ਕਰੀ, ਟਾਈਮ ਲੱਗੂਗਾ ਪਰ ਬਣੂਗਾ, ਬਹੁਤ ਸੋਹਣਾ ਅਸਥਾਨ, ਤੇਰੀ ਇੱਛਾ ਪੂਰੀ ਹੋ ਜੂ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ, ਕੈਪਟਨ ਸਾਹਿਬ ਨੇ ਵੀ ਸੁਨੇਹਾ ਦੇਣਾ, ਸਿੰਘ ਸਾਹਿਬ ਨੇ ਵੀ, ਤੂੰ ਚਿਰ ਲਾ ਤਾ ਇੰਨਾ ਲੰਮਾ ਸਮਾਂ, ਸੋਧੀ ਜੀ ਨੇ ਵੀ ਕਾਹਲੇ ਪੈ ਜਾਣਾ ਵੀ ਨਹੀਂ ਹੁੰਦੀ ਸੇਵਾ, ਅਸੀਂ ਕਰਾ ਦਿੰਦੇ ਹਾਂ, ਸੇਵਾ ਕਿਉਂ ਨਹੀਂ ਛੇਤੀ ਹੁੰਦੀ? ਮੈਨੂੰ ਪਤਾ ਸੀ ਵੀ ਸਤਿਪੁਰਸ਼ਾਂ ਦਾ, ਉਹਨਾਂ ਦਾ ਫਰਮਾਨ ਹੈ, ਉਹਨਾਂ ਦੀ ਮੌਜ ਨਾਲ ਹੋਣੀ ਹੈ, ਮੈਂ ਲੱਖ ਯਤਨ ਕਰ ਲਾ ਨਹੀਂ ਹੋਣੀ, ਉਹਨਾਂ ਦੀ ਮੌਜ ਨਾਲ ਹੀ ਹੋਣੀ ਹੈ, ਮੇਰੇ ਵੱਸ ਵਿੱਚ ਨਹੀਂ ਸੀ ਕੁਛ ਵੀ। ਪਰ ਮੈਂ ਇਹ ਬਚਨ ਕੋਈ ਸਾਂਝਾ ਵੀ ਨਹੀਂ ਕਿਸੇ ਕੋਲ ਕਰ ਸਕਦਾ ਸੀ, ਕਿਉਂ ਅੱਜ ਕੱਲ੍ਹ ਨਾਸਤਿਕਤਾ ਦਾ ਬੋਲਬਾਲਾ ਦੂਜੇ ਪਾਸੇ ਨੂੰ ਗੱਲ ਲੈ ਜਾਂਦੇ ਹੈ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ, ਕਈ ਬੰਦੇ ਉਈ ਸੁਪਨਿਆਂ ਨੂੰ ਸੱਚ ਵੀ ਬਣਾਈ ਜਾਂਦੇ ਹੈ, ਮੈਨੂੰ ਆਹ ਹੋਇਆ, ਉਹਨਾਂ ਦੀ ਗੱਲ ਨਾ ਮੰਨਿਆ ਕਰੋ। ਪਰ ਕਈ ਐਸੇ ਵੀ ਹੈ ਜਿਨ੍ਹਾਂ ਦਾ ਗੁਰਬਾਣੀ ਵਿੱਚ ਵੀ ਪ੍ਰਮਾਣ ਹੈ, ਸੁਪਨਾ ਉਹ ਵੀ ਭਈ ਗਹਿੋ ਕੀ ਨਾਂ ਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਇਹਦੇ ਅਰਥ ਕੀ ਹੈ? ਸੁਪਨੇ ਵਿੱਚ ਹੈ ਵਾਹਿਗੁਰੂ ਤੇਰੀ ਅਕਾਲੀ ਜੋਤ ਦੇ ਦਰਸ਼ਨ ਹੋਏ। ਅਕਾਲੀ ਜੋਤ ਕੀ ਹੈ? ਅਕਾਲ ਪੁਰਖ ਦੇ।
ਸੁਪਨਾ ਉਹ ਵੀ ਪਾਈ। ਸੁਪਨੇ ਵਿੱਚ ਜਗਿਆਸੂ ਖੜਾ ਹੋ ਗਿਆ, ਹੇ ਮਹਾਰਾਜ ਤੇਰੇ ਦਰਸ਼ਨਾਂ ਦੀ ਝਲਕ ਹੋਈ। ਖੜਾ ਹੋ ਗਿਆ ਅਦਬ ਦੇ ਵਿੱਚ, ਪਿਆ ਜਾਂ ਬੈਠਾ ਨਹੀਂ ਰਿਹਾ, ਖੜਾ ਹੋ ਗਿਆ ਹੱਥ ਜੋੜ ਕੇ ਉਹ ਵੀ ਨਾਮ ਖੜੇ ਹੋਣ ਦਾ। ਸੁਪਨਾ ਉਹ ਵੀ ਭਾਈ, ਸੁਪਨੇ ਦੇ ਵਿੱਚ ਖੜਾ ਹੋ ਗਿਆ, ਪਰ ਕੀ ਵੇਖਿਆ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਮੇਰਾ ਮਾਲਕ ਐਸੇ ਸੁੰਦਰ ਸਿੰਘਾਸਨ ਉੱਤੇ ਬੈਠਾ, ਇੰਨੀ ਉਹਦੀ ਝਲਕ ਤੇਜ ਸੀ ਕਿ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਵੀ ਉੱਥੇ ਮੱਧਮ ਪੈ ਜਾਏ। ਵੇਖ ਕੇ ਕਹਿੰਦੇ ਉਸ ਪ੍ਰਕਾਸ਼ ਦੀ ਝਲਕ ਨੂੰ ਐਸਾ ਅੱਖਾਂ ਝੁੰਦਿਆ ਗਈਆਂ, ਵੇਖ ਨਹੀਂ ਸਕੀਆਂ, ਔਰ ਪਲ ਦੇ ਵਿੱਚ ਹੀ ਸਕਿੰਟ ਦੇ ਵਿੱਚ ਹੀ ਕਹਿੰਦੇ ਉਹ ਪ੍ਰਭੂ ਦੇ ਦਰਸ਼ਨਾਂ ਦਾ ਝਲਕਾਰਾ, ਕਹਿੰਦੇ ਮਨ ਜਿਹੜਾ ਸੀ ਨਾ ਉਹ ਵਿਚਲਿਤ ਹੋ ਗਿਆ, ਭਾਵ ਝੱਲ ਨਾ ਸਕਿਆ। ਭਾਈ ਵੀਰ ਸਿੰਘ ਨਹੀਂ ਲਿਖਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਮ ਦੀ ਰਹੀ ਕਲਾਈ। ਹੇ ਗੁਰੂ ਰਾਮਦਾਸ ਜੀ, ਅੱਜ ਅੰਮ੍ਰਿਤ ਵੇਲੇ ਤੁਹਾਡੇ ਮੈਨੂੰ ਦਰਸ਼ਨ ਹੋਏ, ਪਰ ਗੁਰੂ ਰਾਮਦਾਸ ਜੀ ਤੁਸੀਂ ਨੂਰ ਹੀ ਨੂਰ ਸੀ, ਕਰੋੜਾਂ ਸੂਰਜ ਕਰੋੜਾਂ ਚੰਦਰਮਾ ਦਾ ਪ੍ਰਕਾਸ਼ ਵੀ ਉਹੋ ਜਿਹਾ ਨਹੀਂ ਹੋ ਸਕਦਾ। ਮੈਂ ਬਾਹਾਂ ਅੱਗੇ ਕੀਤੀਆਂ, ਭਾਈ ਵੀਰ ਸਿੰਘ ਲਿਖਦੇ ਆ ਕਿ ਬਾਹਾਂ ਅੱਗੇ ਕੀਤੀਆਂ, ਮੇਰੇ ਗੁਰੂ ਰਾਮਦਾਸ ਜੀ ਮੈਨੂੰ ਗਲਵੱਕੜੀ 'ਚ ਪਾ ਲਓ, ਮੈਨੂੰ ਚਰਨੀ ਪਕੜ ਲੈਣ ਦਿਓ, ਚਰਨਾਂ ਨੂੰ ਮਸਤਕ ਲਾ ਲਵਾਂ। ਕਹਿੰਦੇ ਮੇਰੀਆਂ ਬਾਹਾਂ ਕੰਬਦੀਆਂ ਰਹਿ ਗਈਆਂ, ਪਰ ਮਹਾਰਾਜ ਤੁਸੀਂ ਮੇਰੇ ਹੱਥ ਵਿੱਚ ਨਹੀਂ ਆਏ। ਬ੍ਰਹਮ ਗਿਆਨੀ ਬਾਬਾ ਖਜਾਨ ਸਿੰਘ ਜੀ ਭਿੰਡਰਾਂ ਵਾਲੇ, ਜੋ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਦੇ ਪਿਤਾ ਜੀ ਸਨ, ਸਾਧ ਸੰਗਤ ਜੀ ਇਹ ਕਥਾ ਦਾ ਉਹ ਕਥਾ ਵੀ ਉਹੀ ਮਹਾਰਾਜ ਜੀ ਕਰਾਉਂਦੇ ਆ, ਉਹਨਾਂ ਦਾ ਹੀ ਫੁਰਨਾ। ਮਹਾਂਪੁਰਖਾਂ ਜਾਂ ਮਹਾਂਪੁਰਖ ਜਾਣਦੇ ਆ ਕਿੱਧਰ ਨੂੰ ਵਿਚਾਰ ਚਲੀ ਗਈ, ਮੇਰੇ ਵੱਸ 'ਚ ਨਹੀਂ ਅੱਜ ਹੈ ਕੁਛ ਵੀ। ਬਾਬਾ ਖਜਾਨ ਸਿੰਘ ਜੀ ਨੇ 36 ਲੱਖ ਮੂਲ ਮੰਤਰ ਦਾ ਜਾਪ ਕੀਤਾ, ਔਰ 7.5 ਸਾਲਾਂ ਵਿੱਚ 125,000 ਜਪਜੀ ਸਾਹਿਬ ਦਾ ਉਹਨਾਂ ਨੇ ਪਾਠ ਕੀਤਾ, 51-51 ਪਾਠ ਕਰਕੇ। 1 ਸਾਲ 1 ਲੱਤ ਦੇ ਭਾਰ ਖੜ ਕੇ ਸੁਖਮਨੀ ਸਾਹਿਬ ਦਾ ਅੰਮ੍ਰਿਤ ਵੇਲੇ 3 ਵਜੇ ਤੋਂ ਪਾਠ ਕਰਨਾ, ਹੌਲੀ ਹੌਲੀ ਕਰਨਾ। ਸੰਤ ਬਾਬਾ ਜਰਨੈਲ ਸਿੰਘ ਜੀ 2.5 ਮਿੰਟ 'ਚ ਵੀ ਜਪਜੀ ਸਾਹਿਬ ਪੜ੍ਹ ਦਿੰਦੇ ਸਨ। ਸੰਤ ਬਾਬਾ ਕਰਤਾਰ ਸਿੰਘ ਜੀ ਸੁਖਮਨੀ ਸਾਹਿਬ 17.5 ਮਿੰਟਾਂ 'ਚ ਸੁਣਾ ਦਿੰਦੇ ਸਨ ਪੂਰਾ, ਅਤੇ ਸੰਤ ਬਾਬਾ ਸੁੰਦਰ ਸਿੰਘ ਜੀ 1 ਪਹਿਰ 'ਚ ਜਪਜੀ ਸਾਹਿਬ ਕਰਦੇ ਸੀ 3.25 ਘੰਟਿਆਂ 'ਚ। ਹੁਣ ਕੀ ਕਹੋਗੇ ਤੁਸੀਂ ਵੀ ਬਾਬਾ ਸੁੰਦਰ ਸਿੰਘ ਜੀ ਦਾ ਪਾਠ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਦਾ? ਇਹ ਤਾਂ ਅਵਸਥਾ ਹੈ, ਇਹ ਕਮਾਈ ਹੈ, ਇਹ ਕਰਨੀ ਹੈ, ਇੱਕ ਨੂੰ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਓ। ਇਹ ਗੁਰੂ ਸਾਹਿਬ ਦੀ ਜਿਨ੍ਹਾਂ 'ਤੇ ਕਿਰਪਾ, ਇੱਕ ਸਿੱਖ ਦੇ ਰੋਮ ਰੋਮ ਵਿੱਚ ਵੀ ਵਾਹਿਗੁਰੂ ਚੱਲ ਰਿਹਾ, ਸਾਡੀ ਤਾਂ ਜਮਾਨ 'ਤੇ ਵੀ ਨਹੀਂ ਆਉਂਦਾ, ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਨਾ। ਬਾਬਾ ਖਜਾਨ ਸਿੰਘ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਪ੍ਰਤੱਖ, ਅਤੇ ਬਾਬਾ ਜੀ ਨੇ ਨਾ ਭੱਜ ਕੇ ਸਾਧ ਸਿੰਘ ਜੀ ਗੁਰੂ ਸਾਹਿਬ ਦੇ ਚਰਨ ਪਕੜਨੇ ਚਾਹੇ। ਹੁਣ ਮਹਾਰਾਜ ਦੇ ਨੂਰ ਵਿੱਚ ਨੂਰੀ ਦਰਸ਼ਨ ਸਨ, ਪ੍ਰਕਾਸ਼ ਦੇ ਦਰਸ਼ਨ ਸਨ, ਹੱਥ 'ਚ ਨਾ ਆਏ, ਵਿਰਾਗ ਅੱਖਾਂ ਵਿੱਚੋਂ ਅੱਥਰੂਆਂ ਨਾਲ ਪਰਨਾ ਭਿੱਜ ਗਿਆ, ਚੋਲਾ ਭਿੱਜ ਗਿਆ। ਸੱਚੇ ਪਾਤਸ਼ਾਹ ਜ਼ਿੰਦਗੀ ਵਿੱਚ ਤੁਹਾਡੇ ਦਰਸ਼ਨਾਂ ਦੀ ਲਾਲਸਾ ਸੀ,
ਪਰ ਚਰਨਾਂ ਨੂੰ ਹੱਥ ਨਹੀਂ ਲੱਗੇ। ਇੰਨਾ ਵਿਰਾਗ ਆਇਆ, ਗੁਰੂ ਨਾਨਕ ਸਾਹਿਬ ਪ੍ਰਤੱਖ ਹੋਏ, ਕਹਿੰਦੇ ਲਓ ਤੁਸੀਂ ਮੈਨੂੰ ਗਲਵੱਕੜੀ ਨਹੀਂ ਪਾ ਸਕਦੇ, ਮੈਂ ਤੁਹਾਨੂੰ ਆਪਣੀ ਗਲਵੱਕੜੀ ਚ ਲੈਂਦਾ। ਮਹਾਰਾਜ ਜੀ ਨੇ ਗਲਵੱਕੜੀ ਵਿੱਚ ਬਾਬਾ ਖਜਾਨ ਸਿੰਘ ਜੀ ਨੂੰ ਲਿਆ ਅਤੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਦੀ ਫੁਹਾਰ ਛੁੱਟ ਪਈ। ਇਹ ਦਰਸ਼ਨਾਂ ਦੀ ਕਰਾਮਾਤ ਹੁੰਦੀ, ਐਵੇਂ ਦਰਸ਼ਨ ਹੋ ਗਏ ਜੀ, ਫਲਾਨਾ ਹੋ ਗਿਆ। ਜਿਹਨੂੰ ਦਰਸ਼ਨ ਹੁੰਦੇ ਆ ਉਹਦੇ ਜੀਵਨ ਵਿੱਚ ਸਾਧ ਸੰਗਤ ਜੀ ਕੋਈ ਨਾ ਕੋਈ ਬਦਲਾਅ ਪੈਦਾ ਹੁੰਦਾ। ਸੁਪਨਾ ਵੀ ਐਵੇਂ ਨਹੀਂ ਹੁੰਦਾ, ਸੁਪਨਾ ਜਿਹੜਾ ਨਾ, ਜਦੋਂ ਮੂਸਾ ਨੂੰ, ਮੂਸਾ ਨੇ 40 ਦਿਨ ਤੋਂ ਰੇਤ ਕੋਹੇ ਤੂਰ ਪਹਾੜ ਤੇ ਪਰਬਤ ਤੇ ਤਪੱਸਿਆ ਕੀਤੀ, ਜਿਹੜਾ ਯਹੂਦੀਆਂ ਦਾ ਪੈਗੰਬਰ ਹੋਇਆ, ਮੂਸਾ ਕਹਿੰਦਾ ਖੁਦਾ ਮੈਨੂੰ ਦਰਸ਼ਨ ਦੇ। ਆਕਾਸ਼ ਬਾਣੀ ਹੋਈ, ਮੂਸਾ ਮੇਰੇ ਦਰਸ਼ਨਾਂ ਦੀ ਝਲਕ ਨਹੀਂ ਝੱਲ ਸਕੇਗਾ, ਤੈਨੂੰ ਦਰਸ਼ਨ ਨਹੀਂ ਹੋ ਸਕਦੇ। ਕਹਿੰਦਾ ਦਰਸ਼ਨ ਦੇ, ਪੂਰੇ ਦਰਸ਼ਨ ਕਰਨੇ ਹੈ। ਇੱਕ ਨੂਰਾਨੀ ਕਿਰਨ ਐਸੀ ਉਸ ਪਹਾੜ ਤੇ ਪਾਈ ਨਾ ਸਾਧ ਸੰਗਤ ਜੀ, ਸਾਰਾ ਪਹਾੜ ਸੜ ਕੇ ਸੁਰਮਾ ਬਣ ਗਿਆ। ਸੁਰਮਾ ਪੁਰਾਣਾ ਸੁਰਮਾ ਬਜ਼ੁਰਗਾਂ ਨੂੰ, ਮਾਈਆਂ ਨੂੰ ਪਤਾ। ਮੂਸਾ 7 ਦਿਨ ਬੇਹੋਸ਼ ਬਸੁੱਧ ਪਿਆ, ਯਹੂਦੀਆਂ ਦੀਆਂ ਕਿਤਾਬਾਂ 'ਚ ਲਿਖਿਆ। 7 ਦਿਨਾਂ ਬਾਅਦ ਹੋਸ਼ ਆਈ, ਆਕਾਸ਼ ਬਾਣੀ ਹੋਈ, ਮੂਸਾ ਤੂੰ ਕਹਿੰਦਾ ਸੀ ਪ੍ਰਤੱਖ ਦਰਸ਼ਨ ਦੇ, ਤੂੰ ਤਾਂ ਨਿੱਕੀ ਜੀ ਕਿਰਨ ਨਹੀਂ ਝੱਲ ਸਕਿਆ, ਮੇਰੇ ਪੂਰੇ ਦਰਸ਼ਨਾਂ ਦਾ ਜਲਵਾ ਕਿਵੇਂ ਬਰਦਾਸ਼ਤ ਕਰੇਗਾ? ਇੱਕ ਝਲਕ ਨਹੀਂ ਤੇਰੇ ਤੋਂ ਸਹਾਰੀ ਗਈ, ਉਹ ਮੇਰੀ ਨਿੱਕੀ ਜੀ ਝਲਕ ਸੀ, ਨਿੱਕੀ ਜੀ ਕਿਰਨ ਸੀ, ਇੱਕ ਕਿਣਕੇ ਤੋਂ ਵੀ ਛੋਟੀ, ਤੇ ਤੇਰਾ ਪਹਾੜ ਜਿੱਤੇ ਬੈਠਾ ਉਹ ਸੁਰਮਾ ਬਣ ਗਿਆ ਸੜਕੇ। 7 ਦਿਨ ਤੈਨੂੰ ਸੁਰਤ ਨਹੀਂ ਆਈ, ਜੇ ਪੂਰੇ ਦਰਸ਼ਨ ਦੇ ਦਿੰਦਾ ਤੇਰਾ ਬਣਦਾ ਕੀ? ਇਹ ਮਹਾਰਾਜ ਦੀ ਮੌਜ ਹੈ, ਪੜਦਾ ਪਾਉਂਦੇ ਹੈ। ਗੁਰਬਾਣੀ ਵਿੱਚ ਆਇਆ, ਭਾਈ ਰਾਮ ਥੰਮਣ ਗੁਰੂ ਨਾਨਕ ਸਾਹਿਬ ਦੀ ਮਾਸੀ ਦੇ ਪੁੱਤਰ ਹੈ, ਤਪੱਸਿਆ ਕੀਤੀ, ਮਹਾਰਾਜ ਦਰਸ਼ਨ ਦਿਓ, ਦਰਸ਼ਨ ਹੋਏ। ਸ਼ਬਦ ਉਚਾਰਿਆ ਉਹਨਾਂ ਦੀ ਅਵਸਥਾ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ, ਕਹਿਣ ਲੱਗੇ ਮਹਾਰਾਜ ਦਰਸ਼ਨ ਤਾਂ ਹੋਏ, ਕੀ ਬਣਿਆ? ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਈ। ਮਹਾਰਾਜ ਦਰਸ਼ਨ ਹੋਏ ਸੁਪਨੇ ਵਿੱਚ, ਪਰ ਦੁਬਾਰਾ ਮੈਂ ਤਰਸਦਾ ਰਹਿ ਗਿਆ, ਤਰਸਦਾ ਰਹਿ ਗਿਆ, ਤਰਸਦਾ ਰਹਿ ਗਿਆ ਸੱਚੇ ਪਾਤਸ਼ਾਹ, ਦੁਬਾਰਾ ਦਰਸ਼ਨ ਨਹੀਂ ਹੋਏ। ਕੇਵਲ ਦਰਸ਼ਨਾਂ ਦਾ ਵਿਛੋੜਾ ਵੈਰਾਗ ਪੱਲੇ ਪੈ ਗਿਆ, ਅੱਖਾਂ ਵਿੱਚੋਂ ਉਹ ਦਰਸ਼ਨਾਂ ਨੂੰ ਯਾਦ ਕਰਕੇ ਰੋਂਦਾ ਰਹਿੰਦਾ 24 ਘੰਟੇ ਵਿਰਾਗ ਵਿੱਚ। ਸੁਪਨਾ ਵੀ ਭਾਗਾਂ ਵਾਲਿਆਂ ਨੂੰ, 4 ਤਰ੍ਹਾਂ ਦੇ ਦਰਸ਼ਨ ਆ। ਇੱਕ ਸੁਪਨ ਦਰਸ਼ਨ, ਜਦੋਂ ਸਿੱਖ ਬਾਣੀ ਪੜ੍ਹਦਾ, ਕਮਾਈ ਕਰਦਾ, ਪਹਿਲਾਂ ਉਹਨੂੰ ਸੁਪਨੇ ਵਿੱਚ ਗੁਰੂ ਸਾਹਿਬ ਦੀ ਦਰਸ਼ਨ ਤੇ ਝਲਕਾਰੇ ਹੁੰਦੇ ਆ। ਦੂਜੇ ਚਿੱਤਰ ਦਰਸ਼ਨ ਮੰਨੇ ਆ, ਔਰ ਤੀਜੇ ਸਾਧ ਸੰਗਤ ਜੀ ਪ੍ਰਤੱਖ ਦਰਸ਼ਨ, ਚੌਥਾ ਸਰਵਣ ਦਰਸ਼ਨ। ਜਿਹੜਾ ਆਪਾਂ ਸੁਣ ਰਹੇ ਹਾਂ ਸਰਵਣ ਦਰਸ਼ਨ, ਦੂਜੇ ਚਿੱਤਰ, ਤੀਜਾ ਸੁਪਨਾ, ਚੌਥਾ ਪ੍ਰਤੱਖ ਦਰਸ਼ਨ। ਜਿਵੇਂ ਜਿਵੇਂ ਕਮਾਈ ਗੁਰਸਿੱਖ ਦੀ ਹੋਈ ਜਾਂਦੀ ਹੈ, ਉਵੇਂ ਉਵੇਂ ਮਹਾਰਾਜ ਦਰਸ਼ਨ ਦੀ ਕਿਰਪਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਜਦੋਂ ਹਜ਼ੂਰ ਸਾਹਿਬ ਤਪ ਕੀਤਾ ਮਾਤਾ ਜੀ ਦੇ ਅਸਥਾਨ 'ਤੇ,
ਮਾਤਾ ਜੀ ਦੇ ਦਰਸ਼ਨ ਹੋਏ, ਮਾਤਾ ਸਾਹਿਬ ਦੇਵ ਕੌਰ ਜੀ ਦੇ। ਮਹਾਂਪੁਰਖਾਂ ਨੇ ਆਪ ਆਪਣੀ ਰਸਨਾ ਤੋਂ ਦੱਸਿਆ, ਅਭਿਆਸੀ ਬੈਠੇ ਸਨ ਭਾਈ ਦਲਵੀਰ ਸਿੰਘ ਜੀ, ਦੋ ਨੰਬਰ ਕਮਰਾ ਮਹਿਤੇ ਉੱਤੇ ਵਿਦਿਆਲੇ ਵਿੱਚ। ਮੈਨੂੰ ਥੋੜ੍ਹਾ ਸਮਾਂ ਗੜਬਈ ਬਣ ਕੇ ਸਿੰਘਾਂ ਦੀ ਅਭਿਆਸੀਆਂ ਦੀ ਸੇਵਾ ਕਰਨ ਦਾ ਸਮਾਂ ਮਿਲਿਆ। ਮੈਂ ਵੀ ਇੱਕ ਖੂੰਜੇ 'ਚ ਲੁੱਕ ਕੇ ਬੈਠਾ ਹੋਇਆ ਸੀ ਕਿ ਮਹਾਂਪੁਰਖ ਬਾਹਰ ਨਾ ਕੱਢ ਦੇਣ। ਮਹਾਂਪੁਰਖਾਂ ਨੇ ਬਚਨ ਸੁਣਾਏ, ਕਹਿੰਦੇ ਜਦੋਂ ਉੱਥੇ ਮੂਲ ਮੰਤਰ ਦਾ ਅਭਿਆਸ ਕੀਤਾ ਗੋਦਾਵਰੀ ਦੇ ਜਲ ਵਿੱਚ ਵੀ ਗਲ ਗਲ ਖੜੋ ਕੇ, ਅੱਜ ਕੱਲ੍ਹ ਇਹਨੂੰ ਕਠਿਨ ਤਪ ਦਾ ਨਾਮ ਦਿੰਦੇ ਆ ਸਾਧ ਸੰਗਤ ਜੀ। ਗਲ ਗਲ ਪਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਰਾਵੀ ਦਰਿਆ ਵਿੱਚ ਕਰਤਾਰਪੁਰ ਸਾਹਿਬ ਖੜ ਕੇ ਤਪ ਕਰਦੇ ਰਹੇ। ਗੁਰਸਿੱਖ ਆਪਣੇ ਗੁਰੂ ਦੇ ਪੂਰਨਿਆਂ 'ਤੇ ਚੱਲਦਾ, ਤਪ ਉਹ ਨਹੀਂ ਸਿੱਖ ਨੇ ਕਰਨਾ ਜਿਹੜਾ ਕਰਾਮਾਤਾਂ ਅਤੇ ਸ਼ਕਤੀਆਂ ਵਾਸਤੇ ਕਰਨਾ, ਉਹ ਹੱਠ ਯੋਗ ਹੈ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਘਾਲਣਾ ਘਾਲਦੇ ਆ। ਗੁਰੂ ਅੰਗਦ ਦੇਵ ਜੀ 6 ਮਹੀਨੇ ਖਡੂਰ ਸਾਹਿਬ ਮਾਤਾ ਭਰਾਈ ਦੇ ਅਸਥਾਨ 'ਤੇ ਬੈਠੇ ਨਹੀਂ ਅੰਦਰ ਅਨਦਲ ਤੋਂ ਬਿਨਾਂ ਹੀ। ਭਾਈ ਗੁਰਦਾਸ ਜੀ ਨੇ ਕਿਹਾ, ਰੇਤ ਰੱਖ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆਈ। ਭਾਈ ਗੁਰਦਾਸ ਜੀ ਨੇ ਮਿਸਾਲ ਦਿੱਤੀ, ਏਮਨਾਬਾਦ 'ਚ ਗੁਰਦੁਆਰੇ ਦਾ ਨਾਂ ਹੀ ਰੋੜੀ ਸਾਹਿਬ ਹੈ। ਰੋੜਾਂ ਦੀ ਵਿਛਾਈ ਕਰਕੇ ਅੱਕ ਅਤੇ ਰੇਤ ਦਾ ਹਾਰ ਕਰਦੇ ਰਹੇ ਮਹਾਰਾਜ, ਅਨਜਲ ਵੀ ਤਿਆਗ ਦਿੱਤਾ, ਇੰਨਾ ਤਪ ਕੀਤਾ। ਸਿੱਖਾਂ ਨੇ ਪੁੱਛਿਆ, ਇੰਨਾ ਕਠਿਨ ਤਪ ਕਿਉਂ ਕਰਦੇ ਹੋ ਗੁਰੂ ਸਾਹਿਬ? ਕਹਿਣ ਲੱਗੇ, ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਸਿੱਖ ਪੁੱਤਰਾਂ ਲਈ ਇਹ ਘਾਲਣਾ ਘਾਲ ਰਹੇ ਹਾਂ, ਜਿਹੜੇ ਸਿੱਖ ਨਾਮ ਦੀ ਕਮਾਈ ਕਰਨਗੇ ਉਹਨਾਂ ਨੂੰ ਇਸ ਕਮਾਈ ਵਿੱਚੋਂ ਕਿਣਕਾ ਪ੍ਰਾਪਤ ਹੋਏਗਾ। ਸਿਆਣਾ ਮਾਪਾ ਜਦੋਂ ਪੁੱਤਰ ਨੂੰ ਕੋਈ ਕਾਰੋਬਾਰ ਕਰਕੇ ਦਿੰਦਾ ਨਾ, ਜਾਂ ਕੋਈ ਤੁਹਾਡਾ ਭਲਾ ਲੋਚਣ ਵਾਲਾ, ਉਦੋਂ ਕਹਿੰਦਾ, ਪੁੱਤਰ ਆ ਇੰਨਾ ਧਨ ਮੈਂ ਤੈਨੂੰ ਆਪਣੇ ਕੋਲੋਂ ਦੇ ਰਿਹਾ, ਇਹਦੀ ਤੂੰ ਕਮਾਈ ਕਰ, ਫਿਰ ਇਹਦੇ ਆਸਰੇ ਦੇ ਜ਼ਰੀਏ ਅੱਗੇ ਕਮਾ ਕੇ ਵਪਾਰ ਕਰ, ਪੂੰਜੀ ਆਪਣੀ ਹੋਰ ਬਣਾ। ਗੁਰੂ ਸਾਹਿਬ ਨੇ ਜਿਹੜਾ ਤਪ ਕੀਤਾ ਉਹਨਾਂ ਨੂੰ ਲੋੜ ਨਹੀਂ ਸੀ, ਉਹਨਾਂ ਨੇ ਸਾਡੇ ਲਈ ਕੀਤਾ ਕਿ ਆਪਾਂ ਨੂੰ ਉਹ ਪੂੰਜੀ ਦੇਣੀ ਸੀ ਮਹਾਰਾਜ ਨੇ, ਉਹ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ, ਸਾਡੇ ਪੱਲੇ ਕੁਛ ਨਹੀਂ। ਜੇ ਗੁਰੂ ਸਾਹਿਬ ਨਾ ਕਰਦੇ ਤਾਂ ਆਪਾਂ ਕਿੱਥੋਂ ਬਾਣੀ ਪੜ੍ਹ ਲੈਣੀ ਸੀ? ਜੇ ਉਹ ਘਾਲਣਾ ਦੱਸ ਗੁਰੂ ਸਾਹਿਬਾਨ ਨਾ ਕਰਦੇ ਤਾਂ ਆਪਾਂ ਨੂੰ ਕੀ ਮਿਲਣਾ ਸੀ? ਉਹ ਸਾਡੇ ਲਈ ਘਾਲਣਾ ਘਾਲੀ। ਸੋ ਮਹਾਂਪੁਰਖ ਗੋਦਾਵਰੀ ਦੇ ਜਲ ਵਿੱਚ ਗਲ ਗਲ ਖੜ ਕੇ ਵੀ ਸਿਮਰਨ ਕਰਦੇ ਰਹੇ, ਇੱਥੇ ਵੀ ਕਰਦੇ ਰਹੇ, ਚਲੀਸਾ ਵੀ ਕੀਤਾ ਉਹਨਾਂ ਨੇ ਰੋੜਾਂ 'ਤੇ ਕੰਡਿਆਂ 'ਤੇ ਬੈਠ ਕੇ ਕੀਤਾ। ਰਹੋ ਵਿਚਾਰ, ਮਾਤਾ ਜੀ ਦੇ ਦਰਸ਼ਨ ਹੋਏ, ਵੈਰਾਗ ਵਿੱਚ ਆ ਗਏ। ਦੂਜੇ ਦਿਨ ਫਿਰ ਮਾਤਾ ਸਾਹਿਬ ਦੇਵ ਕੌਰ ਜੀ ਦੇ ਦਰਸ਼ਨ ਹੋਏ। ਮਾਤਾ ਜੀ ਨੇ ਕਿਹਾ, ਕਿਉਂ ਵੈਰਾਗ ਕਰਦਾ? ਮਹਾਂਪੁਰਖਾਂ ਨੇ ਇਵੇਂ ਬੋਲਿਆ, ਉਵੇਂ ਦੱਸਿਆ, ਕੰਨੀ ਸੁਣਿਆ ਬਚਨ ਹੈ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ। ਮਹਾਂਪੁਰਖ ਕਹਿੰਦੇ, ਮੈਂ ਕਿਹਾ, ਮਾਤਾ ਜੀ, ਬਾਪੂ ਜੀ ਦੇ ਦਰਸ਼ਨ ਨਹੀਂ ਹੋਏ, ਬੜਾ ਮਨ ਵਿੱਚ ਵਿਛੋੜਾ। ਕਹਿੰਦੇ, ਕੱਲ੍ਹ ਨੂੰ ਹੀ ਤੈਨੂੰ ਦਰਸ਼ਨ ਹੋਣਗੇ ਅੰਮ੍ਰਿਤ ਵੇਲੇ। ਦੂਜੇ ਦਿਨ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋਏ। ਮਹਾਂਪੁਰਖ ਕਹਿੰਦੇ, ਫਿਰ ਉਹਨਾਂ ਦਿਨਾਂ ਵਿੱਚ ਮੇਰੇ ਮਨ ਵਿੱਚ ਖਿਆਲ ਆਇਆ ਵੀ ਕਹਿੰਦੇ ਤਪ ਕਰੀਏ, ਨਾਮ ਜਪੀਏ, ਭਗਤੀ ਕਰੀਏ, ਰਿੱਧੀਆਂ ਸਿੱਧੀਆਂ ਆਖੇ ਆ ਜਾਂਦੀਆਂ, ਅਤੇ ਮੈਨੂੰ ਤਾਂ ਕੋਈ ਵੀ ਨਹੀਂ ਅਜੇ ਤੱਕ ਰਿੱਧੀ ਸਿੱਧੀ ਕੋਈ ਦਿਸੀ।
ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਦੱਸਿਆ। ਭਾਈ ਦਲਵੀਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਰਿੱਧੀਆਂ ਸਿੱਧੀਆਂ ਜਾਮਾ ਬਣਾ ਕੇ ਸਾਹਮਣੇ ਖੜ ਗਈਆਂ, ਇਸਤਰੀ ਜਾਮੇ ਦੇ ਰੂਪ ਵਿੱਚ। ਇੰਨਾ ਉਹਨਾਂ ਦਾ ਰੂਪ ਸੁੰਦਰ, ਔਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਮਹਾਂਪੁਰਖ ਕਹਿੰਦੇ ਮੈਨੂੰ ਪਤਾ ਕੀ ਕਿਹਾ। ਰਿੱਧੀਆਂ ਸਿੱਧੀਆਂ ਨੇ ਕਿਹਾ, ਕਹਿੰਦੇ ਬਾਪੂ ਜੀ ਨੇ ਸਾਨੂੰ ਤੁਹਾਡੀ ਸੇਵਾ ਵਿੱਚ ਭੇਜਿਆ, ਕਰੋ ਫੁਰਨਾ ਕੀ ਚਾਹੀਦਾ ਤੁਹਾਨੂੰ, ਜੋ ਕਹੋਗੇ ਉਹ ਹੀ ਹਾਜ਼ਰ ਹੋ ਜਾਏਗਾ। ਗੁਰਬਾਣੀ ਵਿੱਚ ਵੀ ਹੈ, ਰਿੱਧ ਹੋਵਾ ਸਿੱਧ ਹੋਵਾ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ, ਮਤ ਦੇਖ ਭੂਲਾ ਵਿਸਰਤ ਰਚਿਤ ਨਾ ਆਵੈ ਨਾ। ਸਿੱਧ ਹੋਵਾ ਸਿੱਧ, ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ, ਉਹ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ। ਰਿੱਧੀ ਹੁੰਦੀ ਅੰਨ ਦੀ ਅਤੋਟਤਾ, ਲੱਖਾਂ ਨੂੰ ਵਰਤਾ ਕੇ ਲੰਗਰ ਮੁੱਕਣ ਨਾ ਦੇਵੇ। ਸਿੱਧੀ ਹੁੰਦੀ ਹੈ ਧਨ ਦੇ ਅੰਬਾਰ ਲਾ ਦੇਵੇ। ਹੁਣ ਸੰਤ ਕਹਿੰਦੇ ਵੀ ਉਹ ਖਲੋ ਗਈਆਂ ਸਾਹਮਣੇ, ਉਹਨਾਂ ਨੇ ਫੁਰਨਾ ਮੇਰਾ ਸੀ, ਮੇਰੇ ਮਨ ਵਿੱਚ ਜੋ ਫੁਰਨਾ ਹੋਈ ਜਾਵੇ ਉਹੀ ਪੂਰਾ ਹੋਈ ਜਾਵੇ। ਕਹਿੰਦੇ ਇੰਨਾ ਵੈਰਾਗ ਮਨ 'ਚ ਆਇਆ, ਗਲ 'ਚ ਪੱਲਾ ਪਾ ਕੇ ਕਹਿੰਦੇ ਰੋ ਰੋ ਕੇ ਤਰਲੇ ਕੀਤੇ ਸੱਚੇ ਪਾਤਸ਼ਾਹ, ਜਿੱਦਣ ਦੀਆਂ ਰਿੱਧੀਆਂ ਸਿੱਧੀਆਂ ਵੇਖ ਲਈਆਂ ਮੇਰਾ ਤਾਂ ਮਨ ਹੀ ਨਹੀਂ ਜੁੜਿਆ ਬਾਣੀ ਵਿੱਚ, ਨਾਮ ਵਿੱਚ, ਦੁਬਾਰਾ ਵਾਪਸ ਲੈ ਲਓ। ਉਹ ਕਹਿੰਦੇ ਫਿਰ ਸਾਹਮਣੇ ਖੜ ਜਾਣ ਗੁਪਤ ਰੂਪ ਵਿੱਚ। ਇਹ ਤੁਹਾਨੂੰ ਦੱਸਣ ਲਈ ਮੈਨੂੰ ਇਵੇਂ ਦੱਸਣਾ ਪੈਣਾ ਜਿਵੇਂ ਉਹਨਾਂ ਨੇ ਦੱਸਿਆ। ਇਹ ਵੈਸੇ ਫੁਰਨੇ ਰੂਪ ਵਿੱਚ ਹੀ ਅਭਿਆਸੀ ਦਾ ਸਭ ਕੁਝ ਹੋ ਜਾਂਦਾ, ਫੁਰਨਾ ਹੀ ਜੋ ਕਰੇ ਉਵੇਂ ਹੋ ਜਾਂਦਾ। ਫਿਰ ਕਹਿੰਦੇ ਮੈਂ ਵੈਰਾਗ ਨਾਲ ਬੇਨਤੀਆਂ ਕੀਤੀਆਂ, ਉਹ ਦ੍ਰਿਸ਼ ਅਲੋਪ ਹੋਇਆ, ਤਾਂ ਕਹਿੰਦੇ ਜਾ ਕੇ ਦੁਬਾਰਾ ਮੈਨੂੰ ਮੂਲ ਮੰਤਰ ਵਿੱਚੋਂ ਫਿਰ ਦੁਬਾਰਾ ਰਸ ਆਇਆ। ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧੀਆਂ ਸਿੱਧੀਆਂ ਮੋਹ 'ਚ ਫਸਾ ਲੈਂਦੀਆਂ, ਨਾਮ ਵਿੱਚੋਂ ਮਨ ਟੁੱਟ ਜਾਂਦਾ। ਇਹ ਉਹਨਾਂ ਨਾਲ ਹੋਇਆ ਸਭ ਕੁਝ, ਪਰ ਉਹਨਾਂ ਨੇ ਦਿਖਾਈਆਂ ਨਹੀਂ। ਜੇ ਚਾਹੁੰਦੇ ਹਰਿਮੰਦਰ ਸਾਹਿਬ 'ਚੋਂ ਚੁੱਪ ਕਰਕੇ ਨਿਕਲ ਜਾਂਦੇ, ਜੇ ਚਾਹੁੰਦੇ ਤਾਂ ਆਪਣਾ ਕੋਈ ਗੁਰੂ ਸਾਹਿਬ ਦੀਆਂ ਬਰਕਤਾਂ 'ਚੋਂ ਕ੍ਰਿਸ਼ਮਾ ਦਿਖਾ ਕੇ ਵੀ ਉਹ ਭਾਵੇਂ ਸਰਕਾਰ ਦਾ ਤਖ਼ਤ ਮੁੱਧਾ ਮਾਰ ਦਿੰਦੇ, ਪਰ ਨਹੀਂ, ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਹ ਮਹਾਨ ਸ਼ਹਾਦਤ ਤੱਤੀ ਲੋਹ 'ਤੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੀਸ ਕੁਰਬਾਨ ਕਰਨਾ, ਦਸਮ ਪਿਤਾ ਜੀ ਦੇ ਸਾਹਮਣੇ ਆਪ ਅਕਾਲ ਪੁਰਖ ਸਨ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰ ਸ਼ਕਤੀ ਨਹੀਂ ਦਿਖਾਈ। ਵਾਜਾਂ ਵਾਲਾ ਤਾਂ ਅਕਾਲ ਪੁਰਖ ਦਾ ਰੂਪ ਹੈ, ਪਰ ਭਾਣਾ ਮੰਨਿਆ ਮਿੱਠਾ ਕਰਕੇ। ਬਾਬਾ ਦੀਪ ਸਿੰਘ ਜੀ ਕੀ ਨਹੀਂ ਕਰ ਸਕਦੇ ਸਨ, ਪਰ ਭਾਣਾ ਮੰਨਿਆ। ਉਹੀ ਭਾਣੇ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਾਕਰ ਰਹੇ, ਪ੍ਰਸੰਨ ਰਹੇ ਕਿ ਮਹਾਰਾਜ ਧਰਮ ਦੀ ਖਾਤਰ ਸਿਰ ਦੇਣਾ, ਕੁਰਬਾਨੀ ਦੇਣੀ ਹੈ, ਔਰ ਤੁਹਾਡੀ ਰਜ਼ਾ 'ਚ ਦੇਣੀ ਹੈ। ਜੋ ਚਾਹੁੰਦੇ ਕਰ ਸਕਦੇ ਸਨ। ਇਹ ਕਿੱਥੋਂ ਸਭ ਕੁਝ ਤੁਰਿਆ? ਇਹ ਅੱਜ ਦੇ ਦਿਨ ਤੋਂ ਅੰਮ੍ਰਿਤ ਦੀ ਸ਼ਕਤੀ ਵਿੱਚੋਂ ਸਭ ਕੁਝ ਪ੍ਰਾਪਤ ਹੋਇਆ। ਸੋ ਸਾਧ ਸੰਗਤ ਜੀ, ਸਮਾਂ ਨਹੀਂ ਮੈਨੂੰ ਆਗਿਆ ਦਿੰਦਾ ਕਿ ਅੱਗੇ ਜਾਵਾਂ। ਅੱਜ ਉਹਨਾਂ ਦੇ ਅੰਮ੍ਰਿਤ ਛਕਣ ਦਾ ਦਿਹਾੜਾ, ਔਰ ਇਸ ਗੁਰਦੁਆਰਾ ਸਾਹਿਬ ਦਾ ਉਦਘਾਟਨ ਵੀ ਹੋਇਆ, ਅਤੇ ਇਹੀ ਆਪਾਂ ਜੋੜ ਮੇਲਾ ਹੁਣ ਸਦਾ
ਇੱਥੇ ਇਸੇ ਰੂਪ ਵਿੱਚ ਹੀ ਮਨਾਈ ਜਾਣਾ। ਪਹਿਲਾਂ ਨਗਰ ਕੀਰਤਨ ਜਲੂਸ, ਸਾਰਾ ਨਗਰ, ਸਾਰਾ ਇਲਾਕਾ, ਸੰਗਤ, ਆਪਾਂ ਇਹ ਪ੍ਰੋਗਰਾਮ ਜਿਵੇਂ ਤੁਸੀਂ ਰੱਖਿਆ ਇਵੇਂ ਰੱਖਣਾ ਪਿਛਲੇ ਸਾਲ ਤੋਂ, ਅਤੇ ਇਹੀ ਗੁਰਮਤ ਦੇ ਸਮਾਗਮਾਂ ਦੀ ਲੜੀ ਉਹਨਾਂ ਦੀ ਯਾਦ ਵਿੱਚ ਚੱਲਦੀ ਰਹੇ। ਆਓ ਹੁਣ ਹੁਕਮਨਾਮੇ ਦੀ ਕਥਾ, ਮੈਂ ਬਹੁਤਾ ਸਮਾਂ ਨਹੀਂ ਲੈਣਾ, ਸਮਾਂ ਬਹੁਤ ਹੋ ਗਿਆ, ਮਹਾਂਪੁਰਖ ਵੀ ਬੈਠੇ ਹੈ, ਸੰਗਤ ਵੀ ਬੈਠੀ ਹੈ। ਕੇਵਲ ਮੈਂ ਸੰਖੇਪ ਸ਼ਬਦਾਂ ਵਿੱਚ ਹੀ ਸ਼੍ਰੀ ਮੁਖ ਵਾਕ ਦੀ ਕਥਾ ਤੁਹਾਡੇ ਨਾਲ ਥੋੜ੍ਹਾ ਸਮਾਂ ਗੁਰੂ ਸਾਹਿਬ ਕਿਰਪਾ ਕਰਨ ਸਮਤ ਬਖਸ਼ਣ। ਇਹ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਦੋਂ ਉਚਾਰਿਆ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਡਾਲੀ ਨਗਰ ਵਿੱਚ, ਗੁਰੂ ਕੀ ਬਡਾਲੀ ਸਾਹਿਬ, ਅਵਤਾਰ ਹੋਇਆ ਛੇਵੇਂ ਪਾਤਸ਼ਾਹ ਜੀ ਦਾ। ਤਿੰਨ ਕੁ ਸਾਲ ਦੇ ਸਨ ਜਦੋਂ ਛੇਵੇਂ ਪਾਤਸ਼ਾਹ ਜੀ, ਜਦੋਂ ਸੰਗਤਾਂ ਦੇ ਬੇਨਤੀ ਕਰਨ ਤੋਂ ਬਡਾਲੀ ਸਾਹਿਬ ਤੋਂ ਛੇਵੇਂ ਪਾਤਸ਼ਾਹ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਸਮੇਤ ਪਰਿਵਾਰ ਦੇ ਲੈ ਕੇ ਆਏ। ਉਦੋਂ ਮਹਾਰਾਜ ਸਾਹਿਬ ਨੇ ਸ਼੍ਰੀ ਮੁਖ ਵਾਕ ਉਚਾਰੇ ਸਨ, ਸ਼ੁਕਰਾਨੇ ਦੇ ਭਾਵ ਨੂੰ ਮੁੱਖ ਰੱਖ ਕੇ ਉਚਾਰੇ ਹੈ। ਇਹ ਸਾਨੂੰ ਸੇਧ ਦਿੰਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਨ ਕਰ ਰਹੇ ਹਨ, ਸੋਰਠ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਹਨ ਸੋਰਠ ਰਾਗਣੀ ਵਿੱਚ, ਗੁਰਪੂਰੈ ਕਿਰਪਾ ਧਾਰੀ। ਗੁਰੂ ਅਰਜਨ ਦੇਵ ਜੀ ਦੇ ਗੁਰੂ ਕੌਣ ਹੈ? ਸ਼੍ਰੀ ਗੁਰੂ ਰਾਮਦਾਸ ਜੀ। ਔਰ ਸ਼ੁਕਰਾਨਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕਰ ਰਹੇ ਹੈ ਕਿ ਹੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ, ਪੂਰੇ ਸਤਿਗੁਰੂ, ਤੁਸੀਂ ਕਿਰਪਾ ਕੀਤੀ। ਧਾਰਨ ਹੁੰਦਾ ਧਾਰਨ ਕਰਾਉਣਾ, ਜਿਵੇਂ ਆਪਾਂ ਮਹਾਂਪੁਰਖਾਂ ਨੂੰ ਵਸਤਰ ਦਿੰਦੇ ਸੀ, ਕਹਿੰਦੇ ਸੀ ਜੀ ਤੁਸੀਂ ਧਾਰਨ ਕਰਿਓ, ਆਹ ਧਨ ਸਾਡਾ ਪ੍ਰਵਾਨ ਕਰਕੇ ਧਾਰਨ ਕਰ ਲਓ, ਪ੍ਰਵਾਨ ਕਰ ਲਓ। ਪੂਰਾ ਗੁਰੂ ਜਦੋਂ ਕਿਰਪਾ ਧਾਰਨ, ਕਿਰਪਾ ਬਣਾਉਂਦਾ, ਧਾਰੀ ਕਿਰਪਾ ਦਾ ਹੱਥ ਰੱਖਿਆ, ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਉਹਨਾਂ ਨੇ ਆਪਣੀ ਨਜ਼ਰ ਕੀਤੀ ਹੈ। ਪ੍ਰਭ ਪੂਰੀ ਲੋਚ ਹਮਾਰੀ। ਪ੍ਰਭੂ ਨੇ ਸਤਿਗੁਰੂ ਦੁਆਰਾ, ਜਦੋਂ ਪਰਮੇਸ਼ਰ ਕੋਈ ਕਿਰਪਾ ਕਰਦਾ ਨਾ ਸੰਗਤ ਜੀ, ਪੂਰੇ ਗੁਰੂ ਦੁਆਰਾ ਕਰਦਾ, ਗੁਰੂ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ। ਸਾਡੇ 10 ਗੁਰੂ ਸਾਹਿਬਾਨ ਹੈ, ਕਿਰਪਾ ਇਸੇ ਦੁਆਰਾ ਹੀ ਅਕਾਲ ਪੁਰਖ ਨੇ ਸਾਡੇ 'ਤੇ ਕਰਨੀ ਹੈ, ਹੋਰ ਕੋਈ ਸਾਧਨ ਨਹੀਂ ਹੈ ਸਾਡੇ ਲਈ। ਇੱਕ ਬੇਨਤੀ ਕਰਾਂ, ਮੈਨੂੰ ਨਾ ਆ ਕੇ ਬਾਰ ਬਾਰ ਇਹ ਨਾ ਕਿਹਾ ਕਰੋ ਆਹ 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 ਸਾਨੂੰ ਦੁੱਖ ਤਕਲੀਫ ਆ ਕੁਛ ਹੈ। ਮੈਂ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਪੱਲੇ ਕੱਖ ਵੀ ਨਹੀਂ, ਕਿਰਪਾ ਲੈਣੀ ਆ, ਅੰਦਰ ਅਰਦਾਸ ਕਰਿਆ ਕਰੋ। ਇੱਥੇ ਜੋ ਇੱਕ ਹੋਰ ਤੁਹਾਡਾ ਸ਼ੰਕਾ ਕੱਢਦੇ ਹਾਂ, ਆਪ ਅਰਦਾਸ ਕਰੋ, ਆਪ ਸੇਵਾ ਕਰੋ, ਆਪ ਬਾਣੀ ਪੜ੍ਹੋ, ਤਾਂ ਫਲ ਜ਼ਿਆਦਾ ਮਿਲੂਗਾ ਤੁਹਾਨੂੰ। ਇਹ ਚੇਤੇ ਰੱਖਿਓ, ਬੇਨਤੀ ਹੈ ਮੇਰੀ। ਮੈਂ ਯਥਾਰਥ ਬਚਨ ਗੁਰੂ ਕੀ ਸੰਗਤ ਵਿੱਚ ਕਰਨਾ, ਕੋਈ ਦੁੱਖ ਤਕਲੀਫ ਹੈ ਮਹਾਂਪੁਰਖਾਂ ਦੇ ਸਥਾਨ 'ਤੇ ਆਪ ਜਾ ਕੇ ਅਰਦਾਸ ਕਰ ਲਿਆ ਕਰੋ, ਨਹੀਂ ਆਉਂਦੀ ਭਾਈ ਬਲਵਿੰਦਰ ਸਿੰਘ ਜੀ ਤੋਂ ਜਾਂ ਹੋਰ ਸਿੰਘਾਂ ਤੋਂ ਕਰਾ ਲਿਆ ਕਰੋ। ਜਿੰਨਾ ਵੱਡਾ ਪਾਪ ਹੁੰਦਾ ਉਨਾ ਵੱਡਾ ਦੁੱਖ ਹੈ। ਮੈਨੂੰ ਵੀ ਦੁੱਖ ਚਿੰਬੜੇ, ਮੇਰੇ ਵੀ ਪਾਪ ਹੈ। ਪੁੰਨਾਂ ਦਾ ਫਲ ਸੁੱਖ ਹੁੰਦਾ, ਪਾਪ ਦਾ ਫਲ ਦੁੱਖ ਹੁੰਦਾ। ਸੰਗਤ ਜੀ ਇਹ ਖਿਆਲ ਰੱਖਣਾ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਠੁੱਲੀਵਾਲ ਨਗਰ ਵਿੱਚ ਗਏ, ਉੱਥੇ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਨੇ, ਜਿਨ੍ਹਾਂ ਤੋਂ ਬ੍ਰਹਮ ਵਿੱਦਿਆ ਲਈ ਸੰਤ ਸਚਕਾਨੰਦ ਜੀ ਹੋਏ,
ਸਾਧ ਸੰਗਤ ਜੀ ਉਹਨਾਂ ਦੀ ਛੱਪਰੀ ਦੇ ਨਾਲ ਆ ਕੇ ਪਿਛਲੇ ਜਨਮਾਂ ਦਾ ਸੀ ਕਹਿੰਦੇ ਹਿਸਾਬ ਕਿਤਾਬ। ਉਹਨਾਂ ਦੀ ਛੱਪਰੀ ਦੇ ਨਾਲ ਆ ਕੇ ਨਾ ਬਾਰ ਬਾਰ ਸੰਡਾ ਖਿਆ ਕਰੇ। ਨਗਰ ਦੇ ਲੋਕਾਂ ਨੇ ਆਲੇ ਦੁਆਲੇ ਖਾਲੀ ਪੜਤੀ, ਉਹ ਫਿਰ ਖਿਆ ਕਰੇ। ਸੰਤਾਂ ਨੇ ਉੱਥੇ ਮਾਲ ਪੂੜਿਆਂ ਦਾ ਭੰਡਾਰਾ ਕੀਤਾ, ਉਹ ਕਥਾ ਸੁਣਨ ਆਇਆ ਕਰਨ, ਮਾਲ ਪੂੜੇ ਭੇਟ ਦਿਆ ਕਰਨ, ਮੈਂ ਲੰਮੀ ਨਹੀਂ ਬਚਨ ਕਰਨਾ। ਉਹ ਕਿ ਦਿਨ ਸੰਤਾਂ ਕੋਲ ਆ ਗਏ, ਸੰਤ ਬਾਣੀ ਸੁਣ ਰਹੇ ਸਨ, ਕੇਸ ਹਰੇ ਕਰ ਰਹੇ ਸਨ ਢਕੇ ਹੋਏ। ਸੱਚਕਾਨੰਦ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਇਹ ਮੇਰਾ ਖਹਿੜਾ ਨਹੀਂ ਛੱਡਦਾ। ਕਹਿੰਦੇ ਪਤਾ ਤਾਂ ਤੁਹਾਨੂੰ ਵੀ ਹੈ। ਉਹਨਾਂ ਨੂੰ ਇਹ ਸੀ, ਉਹ ਕਹਿੰਦੇ ਮੇਰੇ ਪਿਛਲੇ ਜਨਮ ਦਾ ਮੇਰਾ ਇਹਦੇ ਨਾਲ ਵੈਰ ਹੈ, ਇਹਨੇ ਮੇਰੀ ਜਾਨ ਲੈਣੀ ਲੈਣੀ ਹੈ, ਛੱਡਣਾ ਨਹੀਂ ਮੈਨੂੰ ਜਿਉਂਦਾ। ਇਹਨੇ ਕੋਈ ਵੈਰ ਸੀ ਪਿਛਲੇ ਜਨਮ ਦਾ। ਕਹਿੰਦੇ ਮਹਾਰਾਜ, ਸੰਤ ਕਹਿੰਦੇ ਪਤਾ ਤਾਂ, ਸੰਤ ਜੀ ਤੁਹਾਨੂੰ ਵੀ ਹੈ। ਕਹਿੰਦੇ ਪਤਾ ਤਾਂ ਹੈ, ਪਰ ਖਹਿੜਾ ਪੂਰਨ ਪੁਰਖ ਛਡਾ ਸਕਦਾ, ਦੂਜਾ ਨਹੀਂ ਛਡਾ ਸਕਦਾ, ਤੁਸੀਂ ਕਿਰਪਾ ਕਰੋ। ਸੰਤਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਕਿਹਾ, ਕਹਿੰਦੇ ਚੰਗਾ ਜਾਓ ਅੰਦਰ ਜਾ ਕੇ ਅਰਦਾਸ ਕਰ ਆਓ ਮਹਾਰਾਜ ਦੇ ਚਰਨਾਂ 'ਚ। ਜਦੋਂ ਅਰਦਾਸ ਕੀਤੀ ਨਾ ਸਾਧ ਸੰਗਤ ਜੀ, ਜਦੋਂ ਜੂਦੇ ਦਿਨ ਉਹ ਝੋਟਾ ਮਿਲਿਆ ਤਾਂ ਸੰਤਾਂ ਦੇ ਸਾਹਮਣੇ ਸਿਰ ਨਵਾ ਕੇ ਖੜਾ। ਪਹਿਲਾਂ ਤਾਂ ਮਾਰਨ ਪੈਂਦਾ ਸੀ, ਫਿਰ ਉਹ ਬਦਲੀ ਗਿਆ। ਅਪੁਸ਼ਟ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸਜਣਾਈ, ਪੁੱਠੀਆਂ ਤੋਂ ਸਿੱਧੀਆਂ ਪੈ ਜਾਂਦੀਆਂ। ਹੁਣ ਮਹਾਂਪੁਰਖ ਆਪਣੀ ਮੌਜ ਦੇ ਮਾਲਕ ਵੱਡੇ ਪਿੰਡ ਵਾਲਿਆਂ ਨੂੰ ਕਹਿੰਦੇ ਭਾਈ, ਸੱਚਕਾਨੰਦ ਦਾ ਤਾਂ ਕਸ਼ਟ ਕੱਟਿਆ ਗਾ, ਸਾਡੇ ਉੱਤੇ ਬੜਾ ਭਾਰ ਆਉਂਦਾ, 6 ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਪਿੰਡ ਕਰਾਓ। ਇੱਥੇ ਪਿੰਡ ਵਿੱਚੋਂ 2-2 4-4 ਪੈਸੇ ਇਕੱਠੇ ਕਰਕੇ ਸਾਰੇ ਪਿੰਡ ਨੇ 6 ਸਹਿਜ ਪਾਠ ਕਰਾਏ। ਇਹ ਸਾਖੀ ਸੁਣਾਉਣ ਦਾ ਭਾਵ ਇਹ ਹੈ, ਪਿਛਲੇ ਜਨਮਾਂ ਦੇ ਪਾਪ ਹੁੰਦੇ ਵੱਡੇ ਤੇ ਆਪਾਂ ਚਾਹੁੰਦੇ ਚੁਟਕੀ 'ਚ ਹੀ ਮੁੱਕ ਜੇ ਕੰਮ। ਜੇ ਦੁੱਖ ਥੋੜ੍ਹਾ ਹੋਵੇ ਫਿਰ ਮਹਾਰਾਜ ਅੱਗੇ ਮੱਥਾ ਟੇਕ ਕੇ ਕੱਟਿਆ ਜਾਣਾ, ਜੇ ਵੱਡਾ ਹੋਵੇ ਫਿਰ ਝਾੜੂ ਦਿਆ ਕਰੋ, ਜੂਠੇ ਬਰਤਨ ਮਾਂਜਿਆ ਕਰੋ, ਜੋੜੇ ਝਾੜਿਆ ਕਰੋ। ਜਦੋਂ ਪਾਪ ਕੱਟਿਆ ਗਿਆ ਆਪੇ ਪਤਾ ਲੱਗ ਜਾਣਾ ਵੀ ਹੁਣ ਮੇਰਾ ਲੇਖਾ ਜੋਖਾ ਨਿਬੜ ਗਿਆ, ਕਿਉਂ ਮੈਂ ਦੂਜੇ ਤੇ ਭਾਰ ਬਣਾ। ਇਸ ਕਰਕੇ ਮੇਰਾ ਤਾਂ ਆਪਣਾ ਹੀ ਨਹੀਂ ਨਿਬੜਦਾ, ਮੇਰੇ ਤਾਂ ਆਪਣੇ ਪਾਪ ਹੀ ਨਹੀਂ ਮੁੱਕਦੇ, ਇਸ ਕਰਕੇ ਅੰਦਰ ਬੇਨਤੀ ਕਰਿਆ ਕਰੋ। ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ, ਉਹਨਾਂ ਦਾ ਜਨਮ ਸਥਾਨ ਹੈ। ਇਹ ਧਰਤੀ ਐਵੇਂ ਨਹੀਂ, ਇੱਥੇ ਪਤਾ ਨਹੀਂ ਕਿੰਨੇ ਯੁਗਾਂ ਦੀ ਤਪੱਸਿਆ ਹੋਈ ਹੈ ਤਾਂ ਉਹਨਾਂ ਦਾ ਇੱਥੇ ਜਨਮ ਹੋਇਆ। ਜਿੱਥੇ ਐਡੀ ਵੱਡੀ ਹਸਤੀ ਹੋਵੇ, ਜਿੱਥੇ ਐਡੀ ਵੱਡੀ ਤਪੱਸਿਆ ਹੋਈ ਹੋਵੇ ਉੱਥੇ ਤਾਂ ਹੀ ਪੂਰਨ ਮਹਾਂਪੁਰਖ ਜਨਮ ਲੈਂਦਾ, ਤੇ ਉਹਦੇ ਜਨਮ ਕਰਕੇ ਇਹ ਜਿਹੜੇ ਥਾਂ ਹੁੰਦੇ ਇਸ ਥਾਂ ਤੀਰਥ ਬਣ ਜਾਂਦੇ, ਤੀਰਥ ਬਣ ਗਿਆ ਇਹ। ਇੱਥੇ ਹਰ ਇੱਕ ਦੀ ਇੱਛਾ ਪੂਰੀ ਆਪੇ ਉਹਨਾਂ ਨੇ ਕਰੀ ਜਾਣੀ ਹੈ। ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਸੇਵਾ ਅੰਦਰ ਹੀ ਜਾਇਆ ਕਰੋ, ਆਪ ਹੀ ਕਰ ਲਿਆ ਕਰੋ ਅਰਦਾਸ ਸੇਵਾ, ਜੋ ਚਾਹੀਦਾ ਇੱਥੋਂ ਮੰਗ ਲਿਆ ਕਰੋ, ਕਿਸੇ ਕੋਲੇ ਹੋਰ ਨਹੀਂ ਜਾਣ ਦੀ ਲੋੜ। ਐਵੇਂ ਨਾ ਉਰੇ ਪਰੇ ਨਾ ਜਾਇਆ ਕਰੋ, ਅੰਦਰ ਬੇਨਤੀ ਕਰੋ, ਬਸ ਅਰਦਾਸ ਕਰੋ, ਨਹੀਂ ਗੱਲ ਬਣਦੀ ਢਹਿ ਪਿਆ ਕਰੋ।
ਸਿੱਧੀ ਬੇਨਤੀ ਕਰਿਆ ਕਰੋ ਜਿਵੇਂ ਧੰਨੇ ਨੇ ਕੀਤੀ ਸੀ। ਕਿਹਾ ਕਰੋ ਸੰਤਾਂ ਨੂੰ ਤੇਰੇ ਚਰਨ ਨਹੀਂ ਛੱਡਣੇ ਜਿੰਨਾ ਚਿਰ ਮੇਰਾ ਖਹਿੜਾ ਨਹੀਂ ਦੁੱਖਾਂ ਤੋਂ ਛਡਾਉਂਦਾ, ਤੇਰਾ ਖਹਿੜਾ ਨਹੀਂ ਛੱਡਣਾ, ਜਾਂ ਤਾਂ ਕਿਰਪਾ ਕਰਨੀ, ਇੱਥੋਂ ਜਾਣਾ ਨਹੀਂ ਮੈਂ। ਐਂ ਕਹਿ ਕੇ ਦੇਖੋ ਨਾ, ਤੁਹਾਡੀ ਬਾਂਹ ਫੜਨ ਮੈਨੂੰ ਫੜ ਲਿਓ। ਕਰੋ ਤਾਂ ਸਹੀ, ਸਿੱਧੇ ਤਾਂ ਹੋ ਥੋੜ੍ਹੇ ਬਹੁਤੇ ਅੰਦਰੋਂ। ਐਵੇਂ ਨਾ ਪਰਦੇ ਜੇ ਰੱਖਿਆ ਕਰੋ, ਦਿਖਾਵਾ ਨਾ ਕਰਿਆ ਕਰੋ। ਜਿੰਨਾ ਸਰਲ ਹਿਰਦਾ ਹੋ, ਜਿੰਨਾ ਨਿਸ਼ਕਪਟ ਹਿਰਦਾ ਹੋ, ਜਿੰਨੀ ਭੋਲੇ ਭਾਏ ਮਿਲੇ ਰਗ ਰਾਇਆ, ਉਨੀ ਛੇਤੀ ਕਿਰਪਾ ਹੋ ਜਾਊਗੀ। ਦਿਲ ਖੋਲ੍ਹ ਕੇ ਕਹਿ ਦਿਆ ਕਰੋ ਵੀ ਆਹ ਗੁਨਾਹ ਹੋਇਆ, ਪਾਪ ਹੋਇਆ, ਤੂੰ ਜਾਣ ਮੈਂ ਆ ਗਿਆ, ਤੂੰ ਕਰਦੇ ਕਿਰਪਾ, ਛਡਾ ਦੇ ਮੇਰਾ ਖਹਿੜਾ। ਕਿਉਂ ਐਵੇਂ ਹੋਰੇ ਪਾਸੇ ਭੱਜੇ ਫਿਰਦੇ ਆ? ਅਕਾਲ ਪੁਰਖ ਨੇ ਕਿਰਪਾ ਹਰ ਇੱਕ 'ਤੇ ਕਰਨੀ ਕਰਨੀ ਗੁਰੂ ਸਾਹਿਬ ਦੁਆਰਾ। ਇਸ ਕਰਕੇ ਇੱਥੇ ਵੀ ਮਹਾਰਾਜ ਕਹਿ ਰਹੇ ਆ, ਸਾਨੂੰ ਸਿੱਖਿਆ ਦੇ ਰਹੇ, ਪ੍ਰਭ ਪੂਰੀ ਲੋਚ ਮਾਰੀ। ਗੁਰੂ ਅਰਜਨ ਸਾਹਿਬ ਨੂੰ ਕੀ ਕਹਾਂਗੇ, ਪਰਮੇਸ਼ਰ ਨਹੀਂ ਸਨ ਉਹ, ਪਰਮੇਸ਼ਰ ਸਨ ਪ੍ਰਤੱਖ, ਪਰ ਉਹਨਾਂ ਨੇ ਵੀ ਅਕਾਲ ਪੁਰਖ ਦੀ ਸਿਫਤ ਕੀਤੀ ਹੈ, ਜਸ ਕੀਤਾ ਕਿ ਮੇਰੇ ਪ੍ਰਭੂ ਨੇ ਸਾਡੀ ਇੱਛਾ ਪੂਰੀ ਕਰ ਦਿੱਤੀ, ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਅੰਦਰ ਅਰਦਾਸ ਕਰਿਆ ਕਰੋ, ਕਿਤੇ ਨਾ ਕਿਸੇ ਨੂੰ ਨਾ ਕਿਹਾ ਕਰੋ। ਜਿਹੜਾ ਅੰਦਰਲੀ ਗੱਲ ਹੈ ਨਾ, ਉਹ ਬੰਦਾ ਦੂਜੇ ਨੂੰ ਨਹੀਂ ਦੱਸਦਾ, ਪੜਦਾ ਰੱਖਦਾ। ਗੁਨਾਹਾਂ ਦਾ ਬੰਦਾ ਪੜਦਾ ਰੱਖਦਾ, ਗੁਣਾਂ ਦੀ ਦੁਨੀਆਂ ਵਿੱਚ ਆਪਣੀ ਮਹਿਮਾ ਕਰਾਉਣ ਲਈ ਹੁੱਬ ਹੁੱਬ ਕੇ ਦੱਸਦਾ। ਤੇ ਅੰਦਰ ਦੱਸਦਿਆ ਕਰੋ, ਸੰਤਾਂ ਨੂੰ ਕਹਿ ਦਿਆ ਕਰੋ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਇਹ ਪਾਪ ਹੋ ਗਿਆ, ਹੋਇਆ ਗੁਨਾਹ, ਬਖਸ਼ ਦਿਓ। ਭੁੱਲਣ ਹਾਰ ਹੈ, ਹੁੰਦੇ ਹੀ ਰਹਿੰਦੇ ਆ, ਅਸੀਂ ਭੁੱਲਣ ਹਾਰ ਹੈ, ਪਾਪੀ ਹਾਂ ਅਸੀਂ, ਕਿਹੜਾ ਕੋਈ ਜੰਮਦੇ ਬ੍ਰਹਮ ਗਿਆਨੀ ਹੈ। ਉੱਤੋਂ ਅੰਦਰ ਕਰ ਲਿਆ ਕਰੋ ਬੇਨਤੀ, ਸਿੱਧਮ ਸਿੱਧਾ ਦੱਸ ਦਿਆ ਕਰੋ ਸਾਰਾ ਕੁਛ। ਹੋ ਗਿਆ ਗਨਾਹ, ਜੀਵ ਭੁੱਲਣ ਹਾਰ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮਹਾਰਾਜ ਅੱਗੇ ਆਪਣਾ ਪੱਲਾ ਫੁਲਾ ਦਿਆ ਕਰੋ, ਮਹਾਰਾਜ ਹੋ ਗਈ ਗਲਤੀ, ਗਨਾਹ ਹੋ ਗਿਆ, ਬਖਸ਼ ਦੇ, ਅੱਗੇ ਤੋਂ ਬਚੇ ਰਹੀਏ, ਅੱਗੇ ਤੋਂ ਨਹੀਂ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ, ਦੁੱਖ ਪੈ ਗਏ ਛਡਾ ਦਿਓ। ਐਂ ਕਰਿਆ ਕਰੋ ਅਰਦਾਸ, ਜਿਵੇਂ ਧੰਨੇ ਨੇ ਸਿੱਧੀਆਂ ਗੱਲਾਂ ਕੀਤੀਆਂ ਸਨ, ਸਿੱਧੀਆਂ ਕਰਿਆ ਕਰੋ। ਜੇ ਅਜੇ ਮਨ 'ਤੇ ਮੈਲ ਹੈ, ਸਿੱਧੀਆਂ ਗੱਲਾਂ ਨਹੀਂ ਹੁੰਦੀਆਂ, ਫਿਰ ਮਨ ਸਰਲ ਕਿਵੇਂ ਹੋਵੇ? ਤੁਸੀਂ ਕਹੋ ਨਾ ਵੀ ਹੁਣ ਮਨ ਸਰਲ ਨਹੀਂ ਹੁੰਦਾ, ਫਿਰ ਬਰਤਨ ਮਾਂਜੋ, ਚੋੜੇ ਝਾੜੋ, ਝਾੜੂ ਦਿਆ ਕਰੋ, ਮਨ ਸਰਲ ਹੋ ਜਾਊਗਾ, ਨਿਸ਼ਕਪਟ ਹੋ ਜੂ, ਲਹਿ ਜੂ ਮਨ ਦੀਆਂ ਮੈਲਾਂ। ਆ ਕਪਟ ਕੁਪਟ ਛਲ ਛੁਲ ਜੇ ਹੈ ਨਾ, ਮਨ ਵਿੱਚੋਂ ਸਾਰੇ ਚਲੇ ਜਾਣਗੇ, ਸਾਰੇ ਦੂਰ ਹੋ ਜਾਣਗੇ, ਕੋਈ ਕਪਟ ਕੁਪਟ ਨਹੀਂ ਰਹਿਣਾ। ਸੇਵਾ ਕਰਕੇ ਵੇਖ ਲਓ, ਐਨ ਮਨ ਸਿੱਧਾ ਹੋ ਜੂ ਤੱਕਲੇ ਵਰਗਾ। ਜਦੋਂ ਸਿੱਧਾ ਹੋ ਗਿਆ, ਸਿੱਧੀ ਸਿੱਧੀ ਗੱਲ ਕਰ ਲਿਓ ਅੰਦਰ ਜਾ ਕੇ, ਤੇ ਕੰਮ ਵੀ ਸਿੱਧੇ ਹੋ ਜਾਣਗੇ ਸਾਰੇ। ਇਸ ਕਰਕੇ ਭਰਾ ਪੂਰੀ ਲੋਚ ਹਮਾਰੀ। ਮਹਾਰਾਜ ਸਿੱਧੇ ਬਚਨ ਕਰ ਰਹੇ ਨਾ ਅਕਾਲ ਪੁਰਖ ਨਾਲ, ਗੁਰੂ ਅਰਜਨ ਦੇਵ ਜੀ ਸਿੱਧਾ ਵਾਰਤਾਲਾਪ ਕਰ ਰਹੇ ਹੈ। ਕਰ ਵੀ ਕਿੱਥੇ ਰਹੇ ਹਰਿਮੰਦਰ ਸਾਹਿਬ, ਕਿ ਹੇ ਪ੍ਰਭੂ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਾਡੀ ਇੱਛਾ ਪੂਰੀ ਕਰ ਦਿੱਤੀ ਆ। ਘਰ ਇਸ਼ਨਾਨ ਗ੍ਰਹਿ ਆਏ, ਇਸ਼ਨਾਨ ਕੀਤਾ ਹਰਿਮੰਦਰ ਸਾਹਿਬ ਆਪ ਵੀ ਸਰੋਵਰ ਵਿੱਚ, ਤੇ ਛੇਵੇਂ ਪਾਤਸ਼ਾਹ ਨੂੰ ਹੱਥਾਂ ਨਾਲ ਫੜ ਕੇ ਇਸ਼ਨਾਨ ਕਰਾਇਆ। ਉਹ ਪਾਪੀਆਂ ਨੂੰ ਢੋਈ ਨਹੀਂ ਮਿਲਣੀ ਜਿਹੜੇ ਦਰਬਾਰ ਸਾਹਿਬ ਦੇ ਸਰੋਵਰ ਤੇ ਕਿੰਤੂ ਕਰਦੇ ਆ, ਇਸ਼ਨਾਨ ਕਰਨ ਤੋਂ ਸੰਗਤ ਨੂੰ ਰੋਕਦੇ ਆ। ਮਹਾਰਾਜ ਕੀ ਕਹਿ ਰਹੇ ਹੈ? ਇਹ ਉਸ ਸਮੇਂ ਦਾ ਵਾਰਤਾਲਾਪ ਹੈ, ਵਿਚਾਰ ਹੈ। ਇਸ਼ਨਾਨ ਕੀਤਾ ਹਰਿਮੰਦਰ ਸਾਹਿਬ ਸਰੋਵਰ ਵਿੱਚ,
ਫਿਰ ਹਰਿਮੰਦਰ ਸਾਹਿਬ ਦੇਖ ਕਰਾਈ, ਫਿਰ ਪ੍ਰਕਰਮਾ ਕੀਤੀਆਂ, ਉੱਥੋਂ ਮੱਥਾ ਟੇਕ ਕੇ ਡਿਉਢੀ ਨੂੰ ਮੱਥਾ ਟੇਕ ਕੇ ਫਿਰ ਗੁਰੂ ਕੇ ਮਹਿਲਾਂ ਮਹਾਰਾਜ ਦੇ ਇੱਥੇ ਘਰ ਸੀ, ਗੁਰੂ ਕੇ ਮਹਿਲ ਸਾਹਿਬ ਇੱਥੇ ਰਹਿਸ਼ ਬਣਾਈ ਹੋਈ ਸੀ ਗੁਰੂ ਰਾਮਦਾਸ ਜੀ ਦੀ। ਉੱਥੇ ਹੁਣ ਮਹਾਰਾਜ ਆਏ ਹਨ, ਆਨੰਦ ਮੰਗਲ ਸੁਖ ਪਾਏ। ਹੁਣ ਸੰਗਤਾਂ ਫੁੱਲ ਲੈ ਕੇ ਸਿਹਰੇ ਤਾਜ਼ੇ ਲੈ ਕੇ ਖੜੀਆਂ ਵੀ ਛੇਵੇਂ ਪਾਤਸ਼ਾਹ ਪਹਿਲੇ ਦਿਨ ਆਏ ਹੈ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਜਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਗਤਾਂ ਕਰ ਰਹੀਆਂ ਹਨ ਤੇ ਸੁਖ ਮਾਣ ਰਹੀਆਂ ਹਨ, ਕਿਉਂ ਸਾਰਿਆਂ ਦਾ ਮਨ ਆਨੰਦਿਤ ਹੈ, ਖੁਸ਼ੀਆਂ ਵਿੱਚ ਝੂਮਿਆ ਹੋਇਆ ਕਿ ਅੱਜ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆਏ ਹੈ। ਇਹ ਤਾਂ ਸੀ ਪ੍ਰਤੱਖ ਜੋ ਉਹ ਸਮੇਂ ਹੋਇਆ, ਅੰਤਰੀਵ ਅਰਥ ਹੈ ਜਦੋਂ ਪੂਰਾ ਗੁਰੂ ਸਿੱਖ ਦੇ ਸਿਰ ਤੇ ਕਿਰਪਾ ਦਾ ਹੱਥ ਰੱਖ ਦਿੰਦਾ, ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਔਰ ਇੱਛਾ ਪੂਰੀਆਂ ਹੋਣ ਤੋਂ ਬਾਅਦ ਜਦੋਂ ਸਿੱਖ ਗੁਰੂ ਦਾ ਸ਼ੁਕਰਾਨਾ ਕਰਦਾ, ਨਾਮ ਵਿੱਚ ਜੁੜ ਜਾਂਦਾ, ਤੇ ਉਹਦੇ ਸਿਰ ਤੇ ਗੁਰੂ ਦੀ ਕਿਰਪਾ ਦਾ ਅਸਲੀ ਹੱਥ ਜਦੋਂ ਆ ਜਾਂਦਾ, ਫਿਰ ਹਿਰਦੇ ਦੇ ਅੰਦਰ, ਮਨ ਦੇ ਅੰਦਰ ਜਿਹੜੀਆਂ ਜਨਮਾਂ ਜਨਮਾਂ ਦੀਆਂ ਮੈਲਾਂ ਜੰਮੀਆਂ ਹੋਈਆਂ ਨਾ, ਉਹ ਮੈਲਾਂ ਨਾਮ ਰੂਪ ਜਲ ਦੇ ਨਾਲ ਧੋਤੀਆਂ ਜਾਂਦੀਆਂ, ਹਿਰਦੇ ਦਾ ਅੰਤਕਰਨ ਦਾ ਮਨ ਦਾ ਇਸ਼ਨਾਨ ਨਾਮ ਰੂਪ ਜਲ ਦੇ ਨਾਲ ਹੋ ਜਾਂਦਾ, ਔਰ ਬਿਰਤੀ ਅੰਤਰਮੁਖ ਜਿਹੜੀ ਹੈ ਉਹ ਹਿਰਦੇ ਰੂਪ ਘਰ ਦੇ ਵਿੱਚ ਆ ਕੇ ਸਥਿਤ ਗੁਰੂ ਵੱਲ ਸਨਮੁਖ, ਪਰਮੇਸ਼ਰ ਦੇ ਸਨਮੁਖ ਹੋ ਜਾਂਦੀ, ਔਰ ਫਿਰ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ, ਮੰਗਲ ਦਾ ਅਰਥ ਕਲਿਆਣ ਹੀ ਕਲਿਆਣ ਪ੍ਰਾਪਤ ਹੋ ਜਾਂਦੀ ਹੈ। ਸੰਤ ਹੋ ਰਾਮ ਨਾਮ ਨਿਸਤਰੀਆ। ਹੇ ਸੰਤੋ, ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ, ਭਾਈ ਸਾਲੋ ਨੂੰ ਸੰਤ ਕਿਹਾ ਉਦੋਂ। ਆਖੇ ਜੀ ਸੰਤ ਤਾਂ ਹੁੰਦਾ ਹੀ ਨਹੀਂ, ਸੰਤ ਸ਼ਬਦ ਇੱਥੇ ਕਹਿ ਰਹੇ ਆ। ਇਹ ਸੰਤ ਸ਼ਬਦ ਕਿਹਦੇ ਲਈ ਹੈ? ਤੁਹਾਡੀ ਸੰਗਤ ਲਈ ਹੈ ਮਹਾਰਾਜ, ਤੁਹਾਨੂੰ ਕਹਿ ਰਹੇ ਆ, ਸੰਗਤ ਨੂੰ ਕਹਿ ਰਹੇ ਆ ਕਿ ਸੰਗਤ ਸੰਤ ਸਰੂਪ ਹੈ। ਹੇ ਸੰਤੋ, ਹੇ ਗੁਰਸਿੱਖੋ, ਹੇ ਮਹਾਂਪੁਰਖੋ, ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਨਿਸ ਪ੍ਰਪੰਚ ਜਿਹੜਾ ਸੰਸਾਰ ਤਰਨਾ ਕਠਿਨ ਹੈ, ਜਿਹੜਾ ਉਸ ਨਾਮ ਨੂੰ ਜਪਦਾ, ਮਹਾਰਾਜ ਇਹ ਸਿੱਖਿਆ ਦੇ ਰਿਹਾ। ਹੈ ਸੰਤੋ, ਗੁਰਸਿੱਖੋ, ਮਹਾਂਪੁਰਖੋ, ਨਾਮ ਜਪੋਗੇ ਰਵੇਂ ਪਰਮੇਸ਼ਰ ਦਾ ਤਾਂ ਸੰਸਾਰ ਤੋਂ ਵੀ ਸੁਖੈਨ ਤਰ ਜਾਓਗੇ। ਉਠਤ ਬੈਠਤ ਹਰ ਹਰ ਧਿਆਈ ਹੈ। ਜਪਣਾ ਕਿਵੇਂ ਹੈ? ਮਹਾਰਾਜ ਕਹਿੰਦੇ ਉੱਠਦਿਆਂ ਬੈਠਦਿਆਂ ਅੱਠੇ ਪੈਰ ਪਰਮੇਸ਼ਰ ਦੇ ਨਾਮ ਨੂੰ ਧਿਆਈ ਜਾਇਆ ਕਰੋ, ਜਪੀ ਜਾਇਆ ਕਰੋ। ਆਨ ਦਿਨ ਸੁਕ੍ਰਿਤ ਕਰੀਏ। ਆ ਦਿਨ ਸ੍ਰੇਸ਼ਟ ਕਿਰਤ ਕਰੋ, ਸ੍ਰੇਸ਼ਟ ਸ਼ੁਭ ਕਰਮ ਕਰੋ, ਸੇਵਾ ਕਰਨੀ ਪੁੰਨਾਂ ਵਾਲੀ ਕਿਰਤ ਕਰੋ, ਪਾਪ ਨਾ ਕਰੋ ਕਦੇ ਵਾਸਤੇ ਵੀ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਤਾਂ ਫੁਰਨੇ ਰੂਪ ਵਿੱਚ ਵੀ ਆ ਜਾਏ ਤਾਂ ਵੀ ਅਰਦਾਸ ਕਰੋ, ਮਹਾਰਾਜ ਬਖਸ਼ ਦੇ, ਪਾਪਾਂ ਤੋਂ ਤਾਂ ਬਚਿਆ ਹੀ ਜਾਵੇ ਜਿੰਨਾ ਹੋ ਸਕੇ। ਇਸ ਕਰਕੇ ਰਾਤ ਦਿਨ ਨਾਮ ਜਪਣ ਦੀ, ਧਰਮ ਦੀ ਕਿਰਤ ਦਸਾਂ ਨਾ ਹੁੰਦੀ, ਸੇਵਾ ਕਰਨ ਦੀ, ਆਪਣੀ ਕਮਾਈ ਵਿੱਚੋਂ ਦਸਵੰਧ ਗੁਰੂ ਦੀ ਸੇਵਾ ਵਿੱਚ ਜਿੰਨਾ ਸਰ ਬਣਿਆ ਆਵੇ ਦੇ ਦਿਆ ਕਰੋ, ਲੰਗਰ ਛਕੂਗੀ ਸੰਗਤ, ਤੁਹਾਡੀ ਕਿਰਤ ਸਫਲੀ ਹੋ ਜਾਏਗੀ, ਤੁਹਾਨੂੰ ਫਲ ਮਿਲੇਗਾ। ਗੁਰੂ ਕੀ ਸੇਵਾ ਵਿੱਚ ਲੱਗ ਗਿਆ ਤੁਹਾਡਾ ਧਨ, ਗੁਰੂ ਦੇ ਦਰ 'ਤੇ ਲੇਖੇ ਲੱਗ ਗਿਆ, ਹੱਥ ਪਿੱਛੇ ਨਹੀਂ ਖਿੱਚਣਾ ਸੇਵਾ ਕਰਨ ਵਿੱਚ, ਸੂਮਤਾਈ ਦੀ ਨਹੀਂ ਦਿਖਾਈ ਜਾਣੀ। ਜੇ ਕਿਰਤ ਦਿੱਤੀ ਹੈ ਤਾਂ ਕਿਰਤ ਤੁਹਾਨੂੰ ਇਕੱਲਿਆਂ ਨੂੰ ਖਾਣ ਦਾ ਅਧਿਕਾਰ ਨਹੀਂ,
ਕਿਰਤ ਕਰਕੇ ਦੂਜਿਆਂ ਨੂੰ ਵੀ ਛਕਾਉਣਾ, ਵੰਡ ਕੇ ਛਕਣਾ। ਇਹ ਲੰਗਰ ਲਾਉਂਦੇ ਹਾਂ ਵੰਡ ਕੇ ਹੀ ਛਕਣਾ ਨਾ, ਸੇਵਾ ਕਰਨੀ ਵੰਡ ਕੇ ਛਕਣਾ। ਇਸ ਕਰਕੇ ਸ਼ੁਭ ਕਿਰਤ ਧਰਮ ਦੀ ਵੀ ਕਰੋ, ਪੁੰਨਾਂ ਦੀ ਵੀ ਕਿਰਤ ਕਰੋ, ਨਾਮ ਜਪਣ ਦੀ ਵੀ ਕਿਰਤ। ਰਾਤ ਦਿਨ ਇਸੇ ਪਾਸੇ ਧਿਆਨ ਰੱਖੀਏ। ਕਿਰਤ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਕਰਦੇ ਰਹੇ, ਮਹਾਂਪੁਰਖ ਹਲ ਜੋੜ ਕੇ ਹਲ ਵਾਹੁੰਦੇ ਰਹੇ, ਵਿਸਰਾਮ ਦੇ ਕੇ ਫਰਮਾਉਂਦੇ ਹਨ। ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤ ਦਾ ਰਸਤਾ ਕੀ ਹੈ? ਧਰਮ ਦੇ ਮਾਰਗ ਤੇ ਚੱਲਦਾ। ਸੰਤ ਕਦੇ ਅਧਰਮ ਦੇ ਵੱਲ ਨਹੀਂ ਚੱਲਦਾ, ਧਰਮ ਦੇ ਰਸਤੇ ਤੇ ਚੱਲਦਾ, ਔਰ ਇਹੀ ਉਹਦੀ ਪੌੜੀ ਮੰਜ਼ਿਲ ਹੈ। ਸਾਡੀ ਮੰਜ਼ਿਲ ਹੈ ਪੁੱਤ ਕਨੇਡਾ ਅਮਰੀਕਾ 'ਚ ਚਲਿਆ ਜਾਏ, ਬਸ ਫਿਰ ਨਹੀਂ ਗੁਰਦੁਆਰੇ ਆਉਣਾ। ਜਿੱਦਣ ਲੱਗ ਗਿਆ ਵੀਜ਼ਾ, ਕੰਮ ਹੋ ਗਿਆ ਵੀ ਹੁਣ ਬਸ ਠੀਕ ਹੈ ਬਾਬਾ, ਕੰਮ ਬਣ ਗਿਆ, ਹੁਣ ਮੈਂ ਆਪਣਾ ਘਰੇ ਕੰਮ ਕਰਨਾ। ਸਾਡੀ ਤਾਂ ਇੰਨੀ ਕੁ ਮੰਜ਼ਿਲ ਹੈ, ਚਾਰ ਸਿਆੜ ਜ਼ਮੀਨ ਮਿਲ ਜਾਏ, ਲੀਡਰੀ ਮਿਲ ਜਾਏ, ਬਸ ਇੰਨੀ ਕੁ ਮੰਜ਼ਿਲ ਹੈ। ਸੰਤ ਦੀ ਮੰਜ਼ਿਲ ਇਹ ਨਹੀਂ, ਸੰਤ ਦੀ ਮੰਜ਼ਿਲ ਇਹ ਹੈ ਸਿਰ ਦੇ ਕੇ ਵੀ ਧਰਮ ਨਹੀਂ ਛੱਡਿਆ, ਧਰਮ ਦੀ ਖਾਤਰ ਸਿਰ ਦੇ ਦਿੱਤਾ। ਸੰਤ ਦਾ ਮਾਰਗ ਕੀ ਹੈ? ਧਰਮ ਦੇ ਰਸਤੇ 'ਤੇ ਚੱਲਣਾ, ਇਹੀ ਉਹਦੀ ਮੰਜ਼ਿਲ ਹੈ। ਭਾਵੇਂ ਸਿਰ ਦੇਣਾ ਵੀ ਪੈ ਗਿਆ, ਫਿਰ ਵੀ ਪਿੱਛੇ ਨਹੀਂ ਹਟਿਆ, ਇਹੀ ਸੰਤ ਦੀ ਮੰਜ਼ਿਲ ਹੈ। ਸੰਤ ਧਰਮ ਦੇ ਰਸਤੇ ਤੇ ਚੱਲਦਾ ਹੈ। ਕੋ ਵੱਡ ਭਾਗੀ ਪਾਏ, ਹੋਰ ਵੀ ਅਰਥਾਂ ਸਮਾਂ ਨਹੀਂ ਆਗਿਆ ਦਿੰਦਾ। ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਕੋਈ ਵਿਰਲਾ ਹੁੰਦਾ ਹੈ। ਕੋਟ ਜਨਮ ਕੇ ਕਿਲ ਬਿਖ ਨਾਸੇ, ਜਿਹੜਾ ਧਰਮ ਦੇ ਪੱਥ ਤੇ ਚੱਲ ਗਿਆ ਨਾ, ਤੁਰ ਪਿਆ, ਨਾਮ ਜਪਣ ਲੱਗ ਗਿਆ, ਸਿੱਖੀ ਕਮਾਉਣ ਲੱਗ ਗਿਆ, ਅੰਮ੍ਰਿਤ ਛਕ ਲਿਆ ਨਾ, ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਣਗੇ। ਹਰ ਚਰਨੀ ਚਿੱਤ ਲਾਏ, ਵਾਹਿਗੁਰੂ ਦੇ ਚਰਨਾਂ ਵਿੱਚ ਚਿੱਤ ਜੁੜ ਜਾਏਗਾ ਨਾਮ ਵਿੱਚ। ਉਸ ਤਤ ਕਰੋ ਸਦਾ ਪ੍ਰਭ ਆਪਣੇ, ਐਸਾ ਜਿਹੜਾ ਦਿਆਲੂ, ਇੰਨੀਆਂ ਕਿਰਪਾ, ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ, ਉਹਦੀ ਸਦਾ ਉਸਤਤ ਕਰਿਆ ਕਰੋ, ਉਹਦਾ ਜਸ ਕਰਿਆ ਕਰੋ, ਉਹਦੀ ਮਹਿਮਾ ਗਾਇਆ ਕਰੋ। ਭਾਈ ਅੱਠੇ ਪਹਿਰ ਜਿਨ ਪੂਰੀ ਕਲ ਰਾਖੀ, ਜਿਹੜਾ ਕਲਯੁਗ ਦੇ ਵਿੱਚ ਪਾਪਾਂ ਤੋਂ ਸਾਡੀ ਰੱਖਿਆ ਕਰਨ ਵਾਲਾ, ਸਾਡੀ ਇੱਜ਼ਤ ਵੀ ਰੱਖਣ ਵਾਲਾ, ਪੱਤ ਵੀ ਢੱਕਦਾ ਉਹ ਬੰਦੇ ਦੇ ਹੱਥ ਨਹੀਂ ਇੱਜ਼ਤ ਰੱਖਣੀ। ਸਾਧ ਸੰਗਤ ਜੀ, ਬੰਦਾ ਕਿਸੇ ਦੀ ਇੱਜ਼ਤ ਨਹੀਂ ਢੱਕ ਸਕਦਾ, ਵਾਹਿਗੁਰੂ ਪੱਤ ਢੱਕਦਾ ਹਮੇਸ਼ਾ। ਜਿਹੜੀ ਵਾਹਿਗੁਰੂ ਨੇ ਪੱਤ ਢੱਕ ਲਈ, ਉਹ ਕਿਸੇ ਨੇ ਨਹੀਂ ਢੱਕਣੀ। ਜਿਹੜਾ ਉਹਨੇ ਪੜਦਾ ਪਾਤਾ, ਉਹ ਕਿਸੇ ਨੇ ਨਹੀਂ ਪਾਉਣਾ। ਪੰਡਿਤ ਧਰਮ ਚੰਦ ਲੜਕੀ ਦਾ ਵਿਆਹ ਕਰਜਈ ਹੋ ਗਿਆ, ਨਹਾ ਕੇ ਹੱਥ ਜੋੜ ਕੇ ਬਹਿ ਗਿਆ ਮੋਟਰ ਤੇ, ਔਲੂ ਤੇ, ਕਹਿੰਦਾ ਲੈ ਵੀ ਸੱਚੇ ਪਾਤਸ਼ਾਹ, ਮੇਰੀ ਇੱਜ਼ਤ, ਮੇਰੀ ਪੱਤ ਤੇਰੇ ਹੱਥ 'ਚ, ਢੱਕਣੀ ਢੱਕਦੇ ਨਹੀਂ, ਢੱਕਣੀ ਨਾ ਢੱਕ, ਮੈਂ ਚਿੰਤਾ ਲਾ ਕੇ ਘਰ ਨੂੰ ਚੱਲਿਆ ਜੁੱਤੀ ਲਾ ਕੇ। ਘਰੇ ਜਾਂਦੇ ਹੀ ਸਾਧ ਸੰਗਤ ਜੀ, ਪਰਮੇਸ਼ਰ ਨੇ ਬੰਦੇ ਭੇਜਤੇ, ਕਹਿੰਦੇ ਕਿੰਨਾ ਕੁੜੀ ਦੇ ਵਿਆਹ 'ਤੇ ਖਰਚ ਆਉਣਾ ਦੱਸ। ਕਹਿੰਦਾ ਜਿਹਨੇ ਭੇਜਿਆ ਉਹਨੂੰ ਪੁੱਛ ਲੈ ਜਾ ਕੇ, ਮੈਂ ਤਾਂ ਖਰਚ ਵੀ ਨਹੀਂ ਦੱਸਣਾ। ਕਹਿੰਦਾ ਲੜਕੀ ਦਾ ਵਿਆਹ ਵੀ ਹੋ ਗਿਆ, ਕਰਜ਼ਾ ਵੀ ਲੈ ਗਿਆ, ਮਕਾਨ ਵੀ ਬਣ ਗਿਆ, ਇਹ ਤਾਂ ਦੱਸੀ ਗੱਲ, ਬੱਧਣੀ 'ਚ ਪੁੱਛ ਲਓ ਜਾ ਕੇ ਧਰਮ ਚੰਦ ਨੂੰ। ਜਪਜੀ ਸਾਹਿਬ ਦੇ ਪਾਠ ਕਰਦਾ ਪੰਡਿਤ, ਉਹਨੇ ਗੱਲ ਸੁਣਾਈ ਆਪ ਸੰਤ ਪ੍ਰਦੀਪ ਸਿੰਘ ਉਹਨਾਂ ਦੇ ਕੋਲੇ ਮੈਨੂੰ, ਕਹਿੰਦੇ ਤਾਂ ਮੇਰੀ ਐਸੀ ਪੱਤ ਢੱਕੀ ਪਰਮੇਸ਼ਰ ਨੇ। ਪਰ ਭਰੋਸਾ ਇੰਨਾ ਹੋਵੇ, ਯਕੀਨ ਹੋਵੇ,
ਢਕਦਾ ਜ਼ਰੂਰ ਹੈ, ਕਮੀ ਨਹੀਂ ਰਹਿਣ ਦਿੰਦਾ, ਪਰ ਵਿਸ਼ਵਾਸ ਬਣ ਜਾਏ। ਕਲਯੁੱਗ ਦੇ ਵਿੱਚ ਪੱਤ ਢਕੇਗਾ, ਪਰ ਅੱਠੇ ਪੈਰ ਉਸਤਤ ਕਰੋ, ਉਹਦੇ ਪ੍ਰਾਇਣ ਹੋ ਜਾਈਏ, ਹੋਇਆ ਨਹੀਂ ਜਾਂਦਾ। ਜੀ ਅਜੰਤ ਸਭ ਭਏ ਪਵਿੱਤਰਾ, ਜੀ ਵੀ ਸਾਰੇ, ਜੰਤ ਵੀ ਸਾਰੇ ਭਾਈ, ਜੰਤ ਪਰਿਵਾਰ ਵੀ, ਜੀ ਸੰਬੰਧੀ ਵੀ, ਜਾਂ ਇਉਂ ਕਹਿ ਲਓ ਜੰਤ ਜਿੰਨੇ ਵੀ ਹੈ ਸਾਰੇ ਰੋਮ ਰੋਮ, ਜੀ ਜਿੰਨੇ ਵੀ ਸਵਾਸ ਹੈ ਸਾਰੇ ਪਵਿੱਤਰ ਹੋ ਜਾਂਦੇ ਹੈ। ਸਤਿਗੁਰ ਕੀ ਸੱਚ ਸਾਖੀ, ਇਹਨਾਂ ਨੇ ਮੇਰੇ ਸਤਿਗੁਰਾਂ ਦੀ ਸੱਚੀ ਸਿੱਖਿਆ ਕਮਾ ਲਈ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਉਹਨਾਂ ਦੇ ਸਾਰੇ ਵਿਘਨ ਨਾਸ ਹੋ ਜਾਂਦੇ ਆ, ਕਹਿੰਦਾ ਕੰਮ ਨਹੀਂ ਪੂਰੇ ਹੁੰਦੇ, ਜਿਹੜਾ ਸ਼ੁਰੂ ਕਰਦਾ ਵਿਘਨ ਪੈ ਜਾਂਦਾ, ਸਿਰੇ ਨਹੀਂ ਲੱਗਦਾ। ਮਹਾਰਾਜ ਕਹਿੰਦੇ ਹੋ ਜਾਣਗੇ ਵਿਘਨ, ਤੇਰੇ ਨਾਸ ਹੋ ਜਾਣਗੇ ਸਾਰੇ। ਸਤਿਗੁਰ ਨਾਮ ਦ੍ਰਿੜਾਇਆ, ਜਿਹੜਾ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਨਾਮ ਦਿੱਤਾ ਨਾ, ਉਹੀ ਨਾਮ ਉਹਨਾਂ ਨੇ ਕਮਾਇਆ, ਉਹੀ ਆਪਾਂ ਕਮਾ ਲਈਏ। ਜਿਹੜਾ ਇਹ ਦ੍ਰਿੜ ਹੋ ਗਿਆ ਇਸ ਨਾਮ ਨੂੰ ਕਮਾ ਲਈਏ, ਸਾਰੇ ਵਿਘਨ ਰਸਤਾ ਛੱਡ ਜਾਂਦੇ ਹੈ। ਕੋਈ ਪਾਪ ਭਏ ਸਭ ਪਾਵਨ, ਸਾਰੇ ਪਾਪ ਖਤਮ ਹੋ ਜਾਣਗੇ, ਐਨ ਪਵਿੱਤਰ ਜੀਵਨ ਹੋ ਜਾਏਗਾ, ਵਾਰਾ ਮੰਨੀ ਦੇ ਸੋਨੇ ਵਰਗਾ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨੇੜੇ ਕੋਈ ਪਾਪ ਨਜ਼ਰ ਆਇਆ ਜਨਮ ਤੋਂ ਲੈ ਕੇ? ਦੱਸੋ, ਕੋਈ ਰੋਡਿਆਂ ਵਿੱਚ ਬੈਠੇ ਹੋ, ਜਨਮ ਤੋਂ ਲੈ ਕੇ ਤੁਹਾਡੇ ਨਾਲ ਰਹੇ ਆ, ਕੋਈ ਇੱਕ ਵੀ ਪਾਪ ਉਹਨਾਂ ਦੇ ਨੇੜੇ ਸੀ? ਇੰਨਾ ਪਵਿੱਤਰ ਤੇ ਨਿਰਮਲ ਜੀਵਨ ਸੀ, ਸਾਰਾ ਪਿੰਡ ਹੀ ਮੰਨਦਾ ਨਾ, ਸਾਰਾ ਪਿੰਡ ਹੀ, ਸਾਰੇ ਪਰਿਵਾਰ ਚੋਂ ਉਹਨਾਂ ਨੂੰ ਮੱਥਾ ਟੇਕਦਾ ਵੀ ਉਹਨਾਂ ਦਾ ਜੀਵਨ ਇੰਨਾ ਪਵਿੱਤਰ ਸੀ, ਇੰਨੇ ਮਹਾਨ ਸਨ, ਪਵਿੱਤਰ 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 ਪੁਨੀਤ, ਐ ਪਵਿੱਤਰ ਸੀ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦਾ, ਜਿਵੇਂ ਗੰਗਾ ਦਾ ਜਲ ਨਿਰਮਲ ਹੁੰਦਾ ਜਨਮ ਤੋਂ ਲੈ ਕੇ, ਜਨਮ ਤੋਂ ਲੈ ਕੇ ਇੰਨਾ ਪਵਿੱਤਰ ਜੀਵਨ। ਇਸ ਕਰਕੇ ਉਹਨਾਂ ਦੇ ਪਾਪ ਖਤਮ ਹੋ ਗਏ, ਉਹ ਪਾਵਨ ਤੋਂ ਪਾਵਨ ਹਨ। ਜਨ ਨਾਨਕ ਸੁਖ ਘਰ ਆਇਆ, ਉਹਨਾਂ ਜਨ ਪਿਆਰਿਆਂ ਦੇ ਘਰ ਵਿੱਚ ਸਾਰੇ ਸੁੱਖ ਆ ਜਾਂਦੇ ਹੈ, ਸੁੱਖ ਸਰੂਪ ਵਾਹਿਗੁਰੂ ਵੀ ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਆ ਕੇ ਵੱਸ ਜਾਂਦਾ ਹੈ। ਸੰਗਤ ਜੀ, ਸਮਾਂ ਬਹੁਤ ਲੈ ਗਿਆ, ਮੈਨੂੰ ਖਿਮਾ ਕਰਿਓ, ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਸੀ, ਰੋਂ ਆਪੇ ਹੀ ਉਹਨਾਂ ਨੇ ਚਲਾ ਲਈ, ਮੇਰੇ ਤਾਂ ਵੱਸ ਵਿੱਚ ਹੈ ਨਹੀਂ ਸੀ, ਪਰ ਫਿਰ ਵੀ ਸਮਾਂ ਜ਼ਿਆਦਾ ਲੱਗ ਗਿਆ, ਖਿਮਾ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ ਮੈਂ ਸਾਰੀ ਸੰਗਤ ਦਾ। ਭਾਈ, ਮੇਰਾ ਮਨ ਗਦਗਦ ਹੋ ਗਿਆ ਜਦੋਂ ਤੁਸੀਂ ਪਿਛਲੇ ਸਾਲ ਇੰਨਾ ਚਾਰ ਰੋਡਿਆਂ ਵਾਲਿਆਂ ਨੇ ਕੀਤਾ, ਮੇਰਾ ਤਾਂ ਨਾ ਤੁਹਾਡੇ, ਜਿੱਥੇ ਤੁਹਾਡੀ ਧੂੜ ਪਈ ਹੈ ਨਾ, ਉਸ ਧੂੜ ਦੇ ਥੱਲੇ ਵੀ ਮੇਰਾ ਸਿਰ ਝੁਕਦਾ, ਮੇਰੇ ਮਸਤਕ ਨੂੰ ਤੁਹਾਡੀ ਸੰਗਤ ਦੀ ਝੂੜ ਧੂੜ ਲੱਗੇ ਕਿ ਤੁਸੀਂ ਇੰਨਾ ਚਾਅ ਕੀਤਾ, ਮੇਰੇ ਕੋਲ ਸ਼ਬਦ ਨਹੀਂ ਮਹਾਂਪੁਰਖਾਂ ਦੀ ਯਾਦ ਵਿੱਚ ਕਿ ਮੈਂ ਤੁਹਾਡੀ ਕਿਵੇਂ ਸੋਭਾ ਕਰਾਂ, ਕਿਵੇਂ ਤੁਹਾਡਾ ਦੇਣ ਨਹੀਂ ਮੈਂ ਕਦੇ ਦੇ ਸਕਦਾ, ਕਰੋੜਾਂ ਜਨਮ ਨਹੀਂ ਤੁਹਾਡਾ ਦੇਣ ਦੇ ਸਕਦਾ ਕਿ ਤੁਸੀਂ ਇੰਨਾ ਸਤਿਪੁਰਸ਼ਾਂ ਦੀ ਯਾਦ ਚਾਅ ਨਾਲ ਔਰ ਸ਼ਰਧਾ ਨਾਲ ਮਨਾਓ। ਪਿੰਡ ਵਿੱਚ ਬਾਹਰਲੇ ਪਿੰਡਾਂ ਵਾਲਿਆਂ ਨੂੰ ਦੱਸਦਾ, ਸੰਗਤ ਜੀ ਇੱਕ ਡੱਕਾ ਨਹੀਂ ਮੈਨੂੰ ਇਸ ਪਿੰਡ ਦੀਆਂ ਗਲੀਆਂ 'ਚ ਦਿਖਾਈ ਦਿੱਤਾ, ਇੰਨੀ ਸਫਾਈ, ਇੰਨੀ ਤਿਆਰੀ ਕੀਤੀ ਤੁਸੀਂ, ਮੇਰੇ ਕੋਲ ਸ਼ਬਦ ਨਹੀਂ। ਹੁਣ ਵੀ ਤੁਸੀਂ ਕਿੰਨੇ ਚਾਅ ਨਾਲ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਨਗਰ ਕੀਰਤਨ ਜਲੂਸ ਦੀ ਸੇਵਾ, ਦੀਵਾਨਾਂ ਦੀ ਸੇਵਾ, ਲੰਗਰਾਂ ਦੀ ਸੇਵਾ, ਬਸ ਮੈਂ ਤਾਂ
ਤੁਹਾਡੇ ਚਰਨਾਂ 'ਚ ਆਪਣਾ ਸਿਰ ਰੱਖ ਕੇ ਨਮਸਕਾਰ ਹੀ ਕਰ ਸਕਦਾ, ਹੋਰ ਮੈਂ ਤੁਹਾਡੀ ਕੋਈ ਸ਼ੋਭਾ ਨਹੀਂ ਕਰ ਸਕਦਾ। ਤੁਹਾਡਾ ਰੋਮ ਰੋਮ ਕਰਕੇ ਮੇਰੇ ਹਿਰਦੇ ਦੀ ਗਹਿਰਾਈ ਵਿੱਚੋਂ ਧੰਨਵਾਦ ਹੈ। ਮੇਰੇ ਔਗਣ ਨਾ ਦੇਖਿਓ, ਮੇਰੇ ਗੁਨਾਹਾਂ ਦੀ ਤੁਸੀਂ ਮੈਨੂੰ ਖਿਮਾ ਬਖਸ਼ ਦਿਓ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ। ਮਹਾਂਪੁਰਖਾਂ ਦਾ ਸਮੁੱਚਾ ਪਰਿਵਾਰ ਬੈਠਾ, ਵਾਹਿਗੁਰੂ ਸਾਧ ਸੰਗਤ ਜੀ, ਮੈਂ ਸਾਰੇ ਮਹਾਂਪੁਰਖਾਂ ਦੇ ਸਮੁੱਚੇ ਪਰਿਵਾਰ ਦਾ, ਕੈਪਟਨ ਸਾਹਿਬ ਜੀ ਦਾ, ਭਾਈ ਹਰਜੀਤ ਸਿੰਘ ਜੀ ਦਾ, ਮਹਾਂਪੁਰਖਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਦਾ, ਸੰਸਾ ਭਾਈ ਜਸਵੀਰ ਸਿੰਘ ਜੀ ਦਾ, ਦੋ ਹੀ ਪਰਿਵਾਰ ਵੱਡੇ ਸਨ, ਬਾਬਾ ਭਗਵਾਨ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਵੱਡੀ ਸੇਵਾ ਜਥੇ ਦੀ ਕਰਦੇ ਰਹੇ। ਬਾਬਾ ਭਗਵਾਨ ਸਿੰਘ ਜੀ ਦੇ ਪੋਤਰੇ ਮੈਂਬਰ ਸਾਹਿਬ ਭਾਈ ਸੁਖ ਹਰਪ੍ਰੀਤ ਸਿੰਘ ਜੀ ਬੈਠੇ ਹੈ, ਭਾਈ ਜਗਤਾਰ ਸਿੰਘ ਜੀ ਬੈਠੇ ਹੈ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ। ਤੋ ਮਹਾਂਪੁਰਖ ਸੰਤ ਬਾਬਾ ਗੁਰਜੰਟ ਸਿੰਘ ਜੀ ਸਲੀਨੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਅਤੇ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ ਲੰਗਿਆਣੇ ਵਾਲੇ ਗਿਆਨੀ ਜੀ ਬੈਠੇ ਹੈ ਕਿਸ਼ਨਪੁਰੇ ਤੋਂ, ਸਾਰੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਬੈਠੀਆਂ, ਸ਼ਹੀਦ ਪਰਿਵਾਰ ਬੈਠੇ ਹੈ, ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਮੇਰੀ ਤੁਹਾਡੇ ਚਰਨਾਂ 'ਚ ਫਿਰ ਬੇਨਤੀ ਹੈ, ਤੁਹਾਡਾ ਸਥਾਨ, ਸਭ ਕੁਛ ਤੁਸੀਂ ਕਰਨਾ, ਸਾਰੀ ਸੰਗਤ ਨੇ ਮਿਲ ਕੇ ਕਰਨਾ। ਇਹ ਜੋੜ ਮੇਲੇ 'ਚ ਬਹੁਤ ਚਾਅ ਨਾਲ ਸਭ ਆਪੋ ਆਪਣਾ ਯੋਗਦਾਨ ਪਾਇਆ ਕਰੋ, ਸੇਵਾ ਕਰਿਆ ਕਰੋ। ਜੇ ਕੋਈ ਕਮੀ ਪੇਸ਼ੀ ਅੱਗੇ ਵੀ ਰਹੇ, ਹੁਣ ਵੀ ਰਹੀਆਂ, ਤਾਂ ਮੈਨੂੰ ਸਦਾ ਹੀ ਖਿਮਾ ਕਰਦੇ ਰਹਿਣਾ ਤੁਸੀਂ ਸਾਰੀ ਸੰਗਤ ਨੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਤੁਸੀਂ ਤਨ ਮਨ ਧਨ ਕਰਕੇ, ਮੈਂ ਕਹਿੰਦਾ ਜਿਹੜੀਆਂ ਮੇਰੀਆਂ ਮਾਵਾਂ ਨੇ ਲੰਗਰ ਦੀ ਸੇਵਾ ਕੀਤੀ, ਮੇਰੇ ਬਜ਼ੁਰਗਾਂ ਨੇ ਜੋ ਜੋ ਸੇਵਾ ਕੀਤੀ, ਨੌਜਵਾਨਾਂ ਨੇ ਕੀਤੀ, ਛੋਟੇ ਛੋਟੇ ਬੱਚਿਆਂ ਨੇ ਕੀਤੀ, ਮੈਂ ਸਭ ਦੇ ਚਰਨਾਂ 'ਚ ਆਪਣਾ ਸਿਰ ਰੱਖਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਸੰਗਤ ਜੀ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।